ਤੁਸੀਂ ਦੱਸੋ ਮੈਂ ਇੱਕ ਤਾਂ ਮੈਂ ਜਿਵੇਂ ਤੁਸੀਂ ਹੇਟ ਦੀ ਗੱਲ ਕਰਾਈ, ਚਲੋ ਜਿਹੜੇ ਆਏ ਨਹੀਂ ਜਿਮ ਉਹ ਤਾਂ ਵੱਖਰੀ ਗੱਲ ਹੋ ਗਈ, ਚਲੋ ਉਹ ਡਿਫਰੈਂਟ ਸਟੋਰੀ। ਸਾਨੂੰ ਹੇਟ ਪਤਾ ਕਿੱਦਾਂ ਦੀ ਮਿਲ ਰਹੀ ਆ, ਸਾਨੂੰ ਸ਼ਰਮ ਆ ਰਹੀ ਆ ਭਾਜੀ ਉਸ ਚੀਜ਼ ਦੱਸਣ ਦੇ। ਆਪਣੇ ਇਹ ਜਿਹੜੇ ਆਪਣੇ ਕਈ ਬੰਦੇ ਹੈਗੇ ਨਾ ਪੰਜਾਬੀ, ਇਹ ਜਿਹੜੇ ਆਈ ਐਫ ਬੀ ਬੀ ਪ੍ਰੋਜ਼ ਜਾਂ ਜਿਹੜੇ ਬੰਦੇ ਆਉਂਦੇ ਪਏ ਨਾ ਜਿਨ੍ਹਾਂ ਦੇ 4 ਫੋਲੋਅਰ ਹੈਗੇ ਆ, ਹਾਂਜੀ, ਇਹ ਜੇ ਮੰਨ ਲਓ ਕਿ ਸਾਡੇ ਜਿਮ ਆ ਗਿਆ, ਉਹਨੇ ਫੋਟੋ ਪਾ ਤੀ ਆਪਣੇ ਵੱਲੋਂ ਕਿ ਇੱਦਾਂ ਅਮੇਜ਼ਿੰਗ ਜਿਮ, ਇਹ ਉਹਨਾਂ ਦੀ ਪ੍ਰੋਫਾਈਲ 'ਤੇ ਜਾ ਕੇ ਕਮੈਂਟ ਸੈਕਸ਼ਨ 'ਚ ਲਿਖ ਰਹੇ ਆ ਹਾਊ ਮੱਚ ਯੂ ਗੋਟ ਪੇਡ ਟੂ ਗੋ ਦੇਅਰ, ਸ਼ੇਮ ਔਨ ਯੂ, ਉਹਨਾਂ ਨੂੰ ਕਹਿ ਰਹੇ ਸ਼ੇਮ ਔਨ ਯੂ, ਲਾਈਕ ਆਹ ਭਾਜੀ ਕੋਈ ਕਰਤੂਤ ਆ, ਲਾਈਕ ਤੁਸੀਂ ਸਾਨੂੰ ਜੋ ਮਰਜ਼ੀ ਕਹਿ ਲਓ, ਉਹ ਗੋਰੇ ਨੂੰ ਕੀ ਮਤਲਬ ਆ ਭਾਜੀ। ਇੱਕ ਗੋਰੀ ਆਈ ਆ, ਸ਼ੀ ਉਹ ਵਰਲਡ ਰੈਕਰਡ ਬਣਾਉਣ ਲੱਗੀ ਆ ਡੈਡ ਲਿਫਟ ਦਾ, ਵਰਲਡ ਰੈਕਰਡ, ਐਲਿਜ਼ਾਬੈਥ ਨੇਮ ਉਹਦਾ, ਹਾਂਜੀ। ਉਹ ਕਪਲ ਆ, ਉਹ ਸਾਡੀ ਇੰਨੀ ਰਿਸਪੈਕਟ ਕਰਦੇ ਨਾ ਭਾਜੀ, ਜਦੋਂ ਗੋਰਾ ਜਿਮ ਆਇਆ ਰੋ ਪਿਆ ਉਹ ਹਾਰਡ ਵਰਕ ਦੇਖ ਕੇ, ਜਦੋਂ ਮੈਨੂੰ ਐਕਸਪਲੇਨ ਕੀਤਾ ਕੀ ਚੀਜ਼ ਹੈ, ਕੀ ਚੀਜ਼ ਆ, ਲਿਟਰਲੀ ਰੋ ਪਿਆ। ਉਹ ਕਹਿੰਦਾ ਦਿਸ ਇਜ਼ ਦਾ ਬੈਸਟ ਐਵਰ ਥਿੰਗ ਆਈ ਹੈਵ ਸੀਨ ਇਨ ਮਾਈ ਲਾਈਫ। ਉਹ ਬੰਦੇ ਨੇ ਜਦੋਂ ਪੋਸਟ ਪਾਈ, ਉਹਨਾਂ ਨੇ ਆਪੇ ਪਾਈ, ਸਾਨੂੰ ਪਤਾ ਵੀ ਨਹੀਂ, ਟੈਗ ਵੀ ਨਹੀਂ ਕੀਤਾ, ਹਾਂਜੀ, ਉਹਦੇ ਥੱਲੇ ਜਾ ਕੇ ਕਮੈਂਟ ਕਰਕੇ ਆਏ ਕਿ ਹਾਊ ਮੱਚ ਯੂ ਗੋਟ ਪੇਡ ਐਂਡ ਐਵਰੀਥਿੰਗ, ਅਤੇ ਤਾਂ ਤੂੰ ਪੇਡ ਪ੍ਰਮੋਸ਼ਨਾਂ ਕਰਦੀ ਆ ਇਹ। ਉਹਨੂੰ ਫਰਕ ਨਹੀਂ ਪੈਂਦਾ ਕੁੜੀ ਨੂੰ, ਬਟ ਉਹਨੇ ਸਾਨੂੰ ਪਤਾ ਕੀ ਕਿਹਾ, ਯਾਰ ਆਹ ਤੁਹਾਡੀ ਕਮਿਊਨਿਟੀ ਆ, ਸ਼ਰਮ ਵਾਲੀ ਗੱਲ ਆ ਯਾਰ, ਤੁਸੀਂ ਉਹਨਾਂ ਨੂੰ ਤਾਂ ਬਖਸ਼ ਦਿਓ। ਉਹੀ ਤਾਂ ਪ੍ਰੋਬਲਮ ਹੈ ਨਾ ਸਾਡੇ, ਹੁਣ ਜਦੋਂ ਅਸੀਂ ਪੋਡਕਾਸਟ ਵੱਲੋਂ ਗੱਲ ਕਰਦੇ ਸੀ, ਜਿੱਦਾਂ ਹੁਣ ਮੈਂ ਰੋਣਾ ਤੋਂ ਵੀ ਪੁੱਛਿਆ ਨਾ, ਮੈਂ ਸੋਚਿਆ ਚਲੋ ਆਪਣੇ ਲੋਕ ਜਿਮ ਬਣਾਇਆ, ਹਾਂਜੀ, ਤਾਂ ਮੈਂ ਸੋਚਿਆ ਸੀ ਲਾਈਕ ਉਹ ਉਸ ਲਈ ਉਹਦੇ ਸੋਚਣ ਲੱਗ ਪੈਂਦੇ, ਹਾਂ ਚਲੋ ਆਪਣੇ ਜ਼ਿਆਦੇ ਆਓ ਉਸ ਜਿਮ 'ਤੇ। ਜਦੋਂ ਤੁਸੀਂ ਉਹ ਕਹਿੰਦੇ ਸੀ ਆਪਣੇ ਜ਼ਿਆਦਾ ਸਪੋਰਟ ਨਹੀਂ ਹੈਗੀ, ਜ਼ਿਆਦਾ ਗੋਰੇ ਹੋ ਗਏ ਆ, ਦੂਜੇ ਕਲਚਰ ਦੇ ਹੈਗੇ ਆ, ਅਤੇ ਉਹੀ ਤਾਂ ਪ੍ਰੋਬਲਮ ਹੈ ਨਾ। ਕਾਫ਼ੀ ਇੰਟਰਸਟਿੰਗ, ਜਦੋਂ ਤੁਸੀਂ ਆਪਦਾ ਬਣਾਉਂਦੇ ਕੁਛ, ਅਤੇ ਫਿਰ ਉਹਨੇ ਫਿਰ ਇੰਸਟਲੀ ਤੁਸੀਂ ਸੋਚਦੇ ਆ, ਹਾਂ ਸਾਡੇ ਆਪਣੇ ਲੋਕ ਸਪੋਰਟ ਕਰੋ, ਉਹ ਕੰਪਲੀਟ ਆਪੋਸਿਟ ਹੈ। ਬਿਲਕੁਲ, ਐਂਡ ਇੱਕ ਚੀਜ਼ ਨਾ ਮੈਂ ਚੈਲੰਜ ਪਾਤੀ ਸੀ ਜਦੋਂ ਜ਼ਿਆਦਾ ਹੋ ਗਿਆ ਸੀ ਨਾ, ਮੈਂ ਲਾਈਵ ਹੋਇਆ ਸੀ ਕਰੀ, ਸੋ ਉਹ ਟੂ ਮੱਚ ਐਕਸਪੈਂਸਿਵ ਦਿਸ ਜਿਮ ਸਮੈਲਸ। ਮੈਂ ਕਿਹਾ ਪਹਿਲੀ ਗੱਲ ਤਾਂ ਸਾਡਾ ਜਿਮ ਨਾ ਸਭ ਤੋਂ ਜ਼ਿਆਦਾ ਸਾਫ਼ ਸੁਥਰਾ ਜਿਮ ਆ, ਇਹ ਤੋਂ ਸਾਫ਼ ਸੁਥਰਾ ਜਿਮ ਵਿਖਾ ਦਿਓ ਕੋਈ ਵੀ ਮੈਨੂੰ, ਠੀਕ ਆ। ਮੈਂ ਪਤਾ ਹੀ ਕਿਹਾ ਤਾ, ਮੈਂ ਕਿਹਾ ਜਿਹੜਾ ਜਿਮ ਸਾਡੇ ਜਿਮ 'ਚ ਇਕੁਇਪਮੈਂਟ ਆ, ਠੀਕ ਆ, ਜਿਹੜੇ ਜਿਮ 'ਚ ਸਾਡੇ ਵਾਈਬ ਆ, ਅਤੇ ਜਿੱਦਾਂ ਦਾ ਜਿਮ 'ਚ ਸਾਡੀ ਸਰਵਿਸ ਆ, ਅਤੇ ਜਿੰਨੀ ਕਲੀਨਨੈਸ ਆ, ਅਸੀਂ ਐਵਰੀ 2 ਆਵਰਸ ਵਾਸ਼ਰੂਮ ਕਲੀਨ ਕਰਦੇ ਹਾਂ, ਕੋਈ ਜਿਮ ਨਹੀਂ ਕਰਦਾ, ਇਹ ਪੱਕਾ ਬੰਦਾ ਰੱਖਿਆ ਆ। ਜੇ ਤੁਹਾਨੂੰ ਆਹ ਸਰਵਿਸਿਸ ਪੂਰੀਆਂ ਮਿਲਾ ਕੇ ਕਿਸੇ ਜਿਮ 'ਚ ਮਿਲ ਗਈਆਂ, GTA ਦੇ ਵਿੱਚ, GTA 'ਚ ਕਹਿ ਰਿਹਾ ਮੈਂ, ਆਈ ਵਿਲ ਗਿਵ ਯੂ ਫ੍ਰੀ ਮੈਂਬਰਸ਼ਿਪ ਫੋਰ 1 ਈਅਰ। ਦੈਟਸ ਅ ਚੈਲੰਜ ਫॉर एवरीबॉडी। ਇਟਸ ਅ ਚੈਲੰਜ, ਇਟਸ ਅ ਚੈਲੰਜ। ਯਾ, ਇਟਸ ਅ ਓਪਨ ਚੈਲੰਜ, ਓਪਨ ਚੈਲੰਜ। ਜੇ ਤੁਹਾਨੂੰ 200 ਪਾਉਂਡ ਦੇ ਡੰਬਲ ਮਿਲ ਗਏ ਕਿਤੇ, ਜਿਹੜਾ ਇਕੁਇਪਮੈਂਟ ਸਾਡੇ ਕੋਲ ਕਸਟਮ ਹੈਗਾ ਆ, ਜੇ ਪੋਜ਼ਿੰਗ ਰੂਮ, ਸੌਨਾ, ਸਟੀਮ, ਸ਼ਾਵਰ ਸੈਪਰੇਟ ਫਾਰ ਮੈਨ ਵਿਮੈਨ, ਸਾਡੇ ਕੋਲ ਗਰੁੱਪ ਫਿਟਨੈਸ ਸਟੂਡੀਓ, ਪਾਵਰ ਲਿਫਟਿੰਗ ਏਰੀਆ ਵਿਦ 4 ਕੋਂਬੋ ਰੈਕਸ ਐਂਡ ਅ ਮੋਨੋ ਲਿਫਟ, ਜਿਹੜੀ ਸਿਰਫ ਕੈਨੇਡਾ ਸਿਰਫ 4-5 ਆ, ਮੋਨੋ ਲਿਫਟ ਰੱਖੀ ਹੋਈ ਆਪਾਂ, ਠੀਕ ਆ। ਇੰਨਾ ਸਮਾਨ ਰੱਖਿਆ ਸੀ, ਪੋਡਕਾਸਟ ਰੂਮ ਉਹ ਬਣਾਇਆ ਸੀ ਉੱਥੇ, RMT ਸਰਵਿਸਿਸ, ਫੀਜ਼ੀਓ, ਰਾਈਟ, ਆਪਾਂ ਕੋਲਡ ਪਲੰਜ ਲੈ ਕੇ ਆ ਰਹੇ ਹਾਂ, 24/7 ਸਟਾਫ ਦਾ, ਰਾਈਟ। ਉਹ ਤੋਂ ਬਾਅਦ ਸਾਡੇ ਕੋਲ ਸਮੂਦੀ ਬਾਰ ਵਿੱਚ ਆ, ਉਹ ਤੋਂ ਬਾਅਦ ਸਪਲੀਮੈਂਟ ਸਟੋਰ ਵਿੱਚ ਆ, ਲਾਈਕ ਆ ਸਾਰਾ ਕੁਝ ਇੰਨਾ ਪ੍ਰੋਵਾਈਡ ਕਰਕੇ, ਉਹ ਵੀ ਟੌਪ ਕੁਆਲਿਟੀ ਦਾ, ਕਿਸੇ ਜਿਮ 'ਚ ਦਿਖਾ ਦਿਓ, ਫ੍ਰੀ ਮੈਂਬਰਸ਼ਿਪ ਲਓ। Welcome Kulwinder and his brother as well. Thank you so much, Padi, for inviting. Thank you. Yeah, oh, no, yeah. Thank you for taking time. We know you guys have been busy, so yeah.
with your powerlifting competition that you guys recently did, you know, yesterday. For the fact that you guys even showed up here. Miss Odawi ji, thank you so thank much. Thank you, brother. Thank you. You know, Baba Di Sade Gala. So, we just introduce Karobi to see audience new hack on. Kike to see, you know, sort of name you take a loki jan dini. Anji. Almost to the point where they may. ਯੋ ਤੁਸੀਂ ਉਹ ਪੈਰਾਸਟੋਲ ਤੇ ਆ ਹਾਂਜੀ ਜਿਵੇਂ ਤੁਸੀਂ ਇੱਥੇ ਆ ਹਾਂਜੀ ਉਹ ਵੀ ਤੁਹਾਨੂੰ ਇੱਕ ਚੀਜ਼ ਚਾਹੀਦੀ ਮੈਨੂੰ ਇੱਥੇ ਪਹੁੰਚ ਜਾਣਾ ਹੈ ਜਿਵੇਂ ਵੀ ਸੌਂ ਲੱਗੇ ਮੈਂ ਮਿਲ ਕੇ ਵੀ ਤੁਸੀਂ ਗੱਲ ਜੋ ਸਾਡੀ ਗੱਲਾਂ ਕੀਤੀਆਂ ਪੋਡਕਾਸਟ ਤੋਂ ਸਟਾਰਟ ਤੋਂ ਵੀ ਜਿਵੇਂ ਬੰਦੇ ਨੂੰ ਨਾ ਵੀ ਹਾਂ ਹੁਨਰ ਹੈਗਾ ਆ ਬੰਦੇ ਹਾਂਜੀ ਬਿਕੋਜ਼ ਹੈਗਾ ਆ ਵੀ ਤੁਸੀਂ ਇੱਥੇ ਪਹੁੰਚੇ ਆ ਬ੍ਰੈਂਪਟਨ ਆਏ ਇੰਡੀਆ ਤੋਂ ਆਏ ਆ ਸਾਡਾ ਹਾਰਡ ਵਰਕ ਕਰਕੇ ਆਏ ਆ ਤੁਸੀਂ ਆਪਣੇ ਪੈਰਾਂ ਤੇ ਇੱਥੇ ਖੜੇ ਆਪਣੇ ਭਰਾ ਦੇ ਨਾਲ ਹਾਂਜੀ ਰਾਈਟ ਸੋ ਵੀ ਜੀ ਆਪਣੇ ਆਡੀਅੰਸ ਨੂੰ ਇੰਟਰੋਡਕਸ਼ਨ ਦੇ ਦਿਓ ਤੁਸੀਂ ਤੇ ਕੌਣ ਆ ਗੁਰਸੇਵਿਕ ਸਿੰਘ ਕੌਣ ਆ ਤੁਸੀਂ ਸੋ ਮੇਰਾ ਨਾਮ ਜੀ ਕੁਲਵਿੰਦਰ ਸਿੰਘ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਜੀ ਸੋ ਅਸੀਂ ਆਏ ਸੀ ਜੀ ਐਜ਼ ਆ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਆਏ ਸੀ 2016 ਦੇ ਵਿੱਚ ਕੈਨੇਡਾ ਹਾਂਜੀ ਸੋ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਜੀ ਮੇਰੇ ਡੈਡੀ ਬਿਜਲੀ ਬੋਰਡ 'ਚ ਅਤੇ ਸਾਰੀ ਉਮਰ ਅਸੀਂ ਜਿੱਦਾਂ ਹਰ ਚੀਜ਼ ਵੱਡੀਆਂ ਛੋਟੀਆਂ ਵੱਡੀਆਂ ਚੀਜ਼ਾਂ ਨੂੰ ਤਰਸ ਹੀ ਹਾਂ ਸੋ ਤੁਹਾਨੂੰ ਪਤਾ ਹੈ ਕਿ ਜਿੱਦਾਂ ਖਰਚੇ ਪੂਰੇ ਸੋਰੇ ਹੁੰਦੇ ਸੀ ਹਾਂਜੀ ਇੱਕ ਨਾ ਮੈਂ ਪਹਿਲਾਂ ਬਹੁਤ ਜਿਵੇਂ ਮੋਟਾ ਹੁੰਦਾ ਸੀ 2000 ਆਪਾਂ ਜੇ 8-9 ਦੀ ਗੱਲ ਕਰੀਏ ਤਾਂ ਮੇਰਾ ਸਾਰੀ ਸਕੂਲ ਲਾਈਫ ਜਿੱਦਾਂ ਮੈਂ ਬੁਲੀ ਹੋਇਆ ਬੁਲੀ ਇਨ ਦਾ ਸੈਂਸ ਕਿ ਸਿੱਧਾ ਸਿੱਧੇ ਤੌਰ 'ਤੇ ਨਹੀਂ ਬਟ ਮੈਂਟਲੀ ਜਿੱਦਾਂ ਸਾਰਿਆਂ ਨੂੰ ਛੇੜਨਾ ਹੈ ਨਾ ਅਤੇ ਇਸੇ ਚੱਕਰ ਦੇ ਵਿੱਚ ਮੈਂ 12th ਫੇਲ ਹੋ ਗਿਆ ਸੀ ਮੈਂ ਡਿਪਰੈਸ਼ਨ ਚੱਲ ਗਿਆ ਸੀ ਉਦੋਂ ਸੋ ਮੈਂ ਫੋਰ 5-6 ਮੰਥਸ ਮੈਂ ਆਪਣੇ ਆਪ ਨੂੰ ਕਮਰੇ 'ਚ ਮੈਂ ਰੂਮ 'ਚ ਬੰਦ ਕਰ ਲਿਆ ਸੀ ਆਈਸੋਲੇਟ ਕਰ ਲਿਆ ਸੀ ਅਤੇ ਮੇਰਾ ਵੇਟ ਹੋ ਗਿਆ ਸੀ 120 ਕਿਲੋ ਫਿਰ ਮੇਰੇ ਡੈਡੀ ਨੇ ਮੈਨੂੰ ਜਿੰਮ ਲੈ ਕੇ ਗਏ ਡੈਡੀ ਮੇਰੇ ਕੰਮ ਤੋਂ ਹੁੰਦੇ ਸੀ 6 ਵਜੇ ਅਤੇ ਫਿਰ ਮੈਨੂੰ ਜਿੰਮ ਲੈ ਕੇ ਗਏ ਠੀਕ ਹੈ ਜੀ ਸੋ ਉਸ ਤੋਂ ਬਾਅਦ ਬੈਕ ਐਂਡ ਫੋਰਥ ਆਪਾਂ ਜਿੰਮ ਗਏ ਉੱਥੇ ਟ੍ਰੇਨਰ ਰੱਖਿਆ ਇੱਕ ਸਾਲ 'ਚ ਮੈਂ ਆਪਣਾ ਲੂਜ਼ ਕਰ ਲਿਆ ਸੀ 40-50 ਕਿਲੋ ਸੋ 50 ਕਿਲੋ ਲੂਜ਼ ਕਰਨ ਤੋਂ ਬਾਅਦ ਨਾ ਅਸਲ ਦੇ ਵਿੱਚ ਫਿਰ ਮੈਨੂੰ ਪਤਾ ਲੱਗਾ ਕਿ ਜਿਹੜੀ ਫਿਟਨੈਸ ਆ ਉਹ ਮੇਰਾ ਪੈਸ਼ਨ ਬਣ ਚੁੱਕਾ ਸੀ ਸੋ ਉਹੀ ਮੇਰੀ ਸੈਕਿੰਡ ਲਾਈਫ ਮਿਲੀ ਸੀ ਮੈਨੂੰ ਕਿਉਂਕਿ ਮੈਂ ਡਿਪਰੈਸ਼ਨ ਜਦੋਂ ਸੀ ਨਾ ਮੈਂ ਸੁਸਾਈਡਲ ਅਟੈਂਪਟ ਵੀ ਕੀਤਾ ਆ ਅਤੇ ਉਹ ਤੋਂ ਬਾਅਦ ਫਿਰ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਟਨੈਸ ਨੂੰ ਨਾਲ ਨਾਲ ਆਪਾਂ ਲੈ ਕੇ ਜਾਂਦੇ ਰਹੇ ਫਿਰ ਅਸੀਂ ਬੀਟੈਕ ਵੀ ਕੀਤੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ 'ਚ ਉੱਥੇ ਅਸੀਂ ਦੋਨੋਂ ਮਿਲੇ ਸੀ ਗੁਰਸੇਵਕ ਨਾਲ ਗੁਰਸੇਵਕ ਅਤੇ ਮੈਂ ਅਤੇ ਬੀਟੈਕ ਦੇ ਵਿੱਚ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਸਾਡਾ ਫਿਟਨੈਸ ਤਾਂ ਚੱਲਦਾ ਹੀ ਆ ਰਿਹਾ ਸੀ ਠੀਕ ਹੈ ਜੀ ਫਿਰ ਇਹਨੂੰ ਮੈਂ ਟ੍ਰੇਨ ਕੀਤਾ ਸੀ ਅਤੇ ਫਿਰ 2016 'ਚ ਆਪਾਂ ਐਜ਼ ਆ ਇੰਟਰਨੈਸ਼ਨਲ ਸਟੂਡੈਂਟ ਆਏ ਆਪਾਂ ਪੋਸਟ ਗ੍ਰੈਜੂਏਸ਼ਨ ਕੀਤੀ ਸੀ ਉਸ ਤੋਂ ਬਾਅਦ ਇੱਥੇ ਆਉਣ ਤੋਂ ਬਾਅਦ ਫਿਰ ਅਸੀਂ ਜਦੋਂ ਵਰਕ ਪਰਮਿਟ ਆਇਆ ਫਿਰ ਅਸੀਂ ਇੱਥੇ ਇੱਕ ਜਿੰਮ ਹੈਗਾ ਗੁੱਡ ਲਾਈਫ ਉੱਥੇ ਟ੍ਰੇਨਰ ਲੱਗ ਗਏ ਟ੍ਰੇਨਰ ਲੱਗਣ ਤੋਂ ਬਾਅਦ ਫਿਰ ਉੱਥੇ ਕੰਮ ਕੀਤਾ 2 ਸਾਲ ਉੱਥੇ ਮੈਂ ਸਿੱਧੂ ਬਾਈ ਨੂੰ ਵੀ ਟ੍ਰੇਨ ਕੀਤਾ ਸੀ ਸਿੱਧੂ ਮੂਸੇਵਾਲੇ ਨੂੰ 2.5 ਮਹੀਨੇ ਫਿਰ ਟ੍ਰੇਨਰ ਲੱਗੇ ਉਸ ਤੋਂ ਬਾਅਦ ਲੱਗੇ 2 ਸਾਲ ਉੱਥੇ ਟੋਪ ਟ੍ਰੇਨਰ ਵੀ ਰਿਹਾ ਮੈਂ ਫਿਰ ਉੱਥੇ ਕੁਛ ਇਸ਼ੂਜ਼ ਹੋ ਗਏ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਕੀਤਾ ਮੇਰੀ ਪੱਗ 'ਤੇ ਵੀ ਉਹਨਾਂ ਨੇ ਕਮੈਂਟ ਕੀਤਾ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਸਾਡੇ ਜਿੰਮ ਦੇ ਵਿੱਚ ਅਤੇ ਫਿਰ ਅਸੀਂ ਉਹਨਾਂ ਨਾਲ ਜਿੰਮ ਛੱਡਤਾ ਉਹ ਫਿਰ ਅਸੀਂ ਸੋਚਿਆ ਕਿ ਨਹੀਂ ਹੁਣ ਜੇ ਕਰਨਾ ਆ ਤਾਂ ਆਪਣਾ ਕੰਮ ਕਰਨਾ ਆ ਨਹੀਂ ਤਾਂ ਨਹੀਂ ਕਰਨਾ ਅਤੇ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਇੱਕ ਚੀਜ਼ ਸਿਖਾਈ ਆ ਕਿ ਹਮੇਸ਼ਾ ਜਿਹੜਾ ਸਿੱਖ ਰਾਜ ਦੇਣ ਵਾਲੇ ਲੈਣ ਵਾਲੇ ਨਹੀਂ ਆ ਠੀਕ ਹੈ ਜੀ ਅਸੀਂ ਲੋਕਾਂ ਨੂੰ ਦਿੰਦੇ ਹਾਂ ਫਿਰ ਉਹ ਚੀਜ਼ਾਂ ਨਾ ਜਿਹੜੀਆਂ ਮੈਂ ਸੁਣਦਾ ਹੁੰਦਾ ਸੀ ਜਿਵੇਂ ਭਾਈ ਬੰਤਾ ਸਿੰਘ ਦੀਆਂ ਵੀ ਚੀਜ਼ਾਂ ਆਪਾਂ ਸੁਣਦੇ ਹਾਂ ਜਿਹੜੀ ਸਾਖੀਆਂ ਸੁਣਾਉਂਦੇ ਆ ਸੋ ਉੱਥੋਂ ਥੋੜ੍ਹਾ ਜਿਹਾ ਮੋਟੀਵੇਸ਼ਨ ਬਹੁਤ ਮਿਲਦੀ ਸੀ ਹੈ ਨਾ ਸੋ ਫਿਰ ਆਪਾਂ ਸਿੱਧੂ ਬਾਈ ਦੇ ਗਾਣੇ ਸੁਣੀ ਦੇ ਸੀ ਉਹ ਤਾਂ ਮੈਨੂੰ ਫਾਇਰ ਹੀ ਸੀ ਪੂਰੇ ਮੋਟੀਵੇਸ਼ਨ ਆਉਂਦੀ ਰਹੀ ਫਿਰ ਆਪਾਂ 'ਚ ਉਹ ਸਕਿੱਲ ਹੈਗਾ ਸੀ ਆਲਰੇਡੀ 9 ਸਾਲ ਤੋਂ ਕੰਮ ਕਰ ਰਹੇ ਸੀ 10-12 ਸਾਲ ਤੋਂ ਫਿਰ ਅਸੀਂ ਉਸ ਸਕਿੱਲ ਨੂੰ ਆਪਣਾ ਫ੍ਰੀ ਬਰਡ ਜਿੰਮ ਖੋਲਿਆ ਸੋ ਜਾਂ ਫਿਰ ਤੁਹਾਡੇ ਸਾਹਮਣੇ ਅੱਜ ਅਸੀਂ 2021 ਦੇ ਵਿੱਚ ਆਪਾਂ ਨੀਂਹ ਰੱਖੀ ਸੀ ਆਪਾਂ ਫ੍ਰੀ ਬਰਡ ਜਿੰਮ ਦੀ ਬ੍ਰੈਂਪਟਨ 'ਚ ਪਹਿਲੀ ਲੋਕੇਸ਼ਨ ਖੋਲ੍ਹੀ ਸੀ ਠੀਕ ਹੈ ਜੀ ਉਹਦੇ ਸਕਸੈਸ ਤੋਂ ਬਾਅਦ ਅੱਜ ਇਸ 2024 ਦੇ ਵਿੱਚ ਅਸੀਂ ਆਪਣਾ ਫ੍ਰੀ ਬਰਡ ਮਿਸੀਸਾਗਾ ਦੇ ਵਿੱਚ ਸੈਕਿੰਡ ਲੋਕੇਸ਼ਨ ਖੋਲ੍ਹਤੀ ਆ ਉਹ ਸਾਡੀ 23,000 ਸਕੁਅਰ ਫੁੱਟ ਦੀ ਇੱਕ ਲੋਕੇਸ਼ਨ ਆ ਜੋ ਕਿ ਤੁਸੀਂ ਕਹਿ ਲਓ ਕਿ ਕੈਨੇਡਾ ਦਾ ਬੈਸਟ ਜਿੰਮ ਆ ਉਹ ਜੋ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗ ਜਾਏਗਾ ਸੋ ਅਸੀਂ ਆਪਣੇ ਜਿੰਮ ਦੇ ਵਿੱਚ ਸਾਰਾ ਆਪਣੀ ਸਿੱਖੀ ਨੂੰ ਵਾਰੀਅਰ ਸਪਿਰਿਟ ਨੂੰ ਅਤੇ ਜਿਹੜਾ ਆਪਣਾ ਪਿਛੋਕੜ ਚੱਲਦਾ ਆ ਰਿਹਾ ਸੀ ਬੰਦਿਆਂ ਨੂੰ ਕਿੱਦਾਂ ਹੋਣਾ ਚਾਹੀਦਾ ਵਾਰੀਅਰਸ ਸੇਂਟ ਐਂਡ ਦਾ ਵਾਰੀਅਰਸ
ਆਪਾਂ ਤੁਸੀਂ ਜਿਮ ਜਾਓਗੇ ਤੁਹਾਨੂੰ ਦੇਖੂਗਾ ਆਪਾਂ ਸਾਰੀ ਚੀਜ਼ਾਂ ਰੀਪ੍ਰਜੈਂਟ ਕੀਤੀਆਂ ਕਿਉਂਕਿ ਜਦੋਂ ਸਾਨੂੰ ਡਿਸਕ੍ਰਿਮੀਨੇਸ਼ਨ ਕੀਤੀ ਗਈ ਸੀ ਜਿਮ ਦੇ ਵਿੱਚ ਉਦੋਂ ਸਾਡੇ ਪੱਗ ਨੂੰ ਲੈ ਕੇ ਸਾਨੂੰ ਅਸੀਂ ਕਿੱਦਾਂ ਦੇਖਦੇ ਹਾਂ ਜਾਂ ਸਾਡੀ ਇੰਗਲਿਸ਼ ਮਾੜੀ ਆ ਮਾੜੀ ਵੀ ਨਹੀਂ ਆ ਸਾਡਾ ਐਕਸੈਂਟ ਐਕਸੈਂਟ ਨਹੀਂ ਹੈਗਾ ਰਾਈਟ ਸੋ ਉਹ ਚੀਜ਼ ਤੋਂ ਜੱਜ ਬਹੁਤ ਕੀਤਾ ਜਾਂਦਾ ਸੀ ਸਾਡੀ ਦਾੜੀਆਂ ਨੂੰ ਵੇਖ ਕੇ ਜੱਜ ਕੀਤਾ ਜਾਂਦਾ ਸੀ ਸੋ ਉਹ ਚੀਜ਼ਾਂ ਅਸੀਂ ਸਾਰੇ ਜਿੰਮ 'ਚ ਲਾਤੀਆਂ ਅੱਜ ਮਾਣ ਵਾਲੀ ਗੱਲ ਆ ਉਸੇ ਜਿੰਮ ਦੇ ਵਿੱਚ ਜਿੱਥੇ ਸਾਰੇ ਆਈ ਐਫ ਬੀ ਬੀ ਪ੍ਰੋਜ਼ ਜਿਹੜੇ ਕਹਿੰਦੇ ਘੁਮਾਉਂਦੇ ਬੰਦੇ ਆ ਸਾਰੇ ਜਿੰਮ 'ਚ ਆਉਂਦੇ ਆ ਐਂਡ ਕੰਫਰਟੇਬਲੀ ਆਉਂਦੇ ਆ ਐਂਡ ਸਾਡੇ ਜਿੰਮ ਨੂੰ ਤਾਰੀਫਾਂ ਕਰਦੇ ਨਹੀਂ ਥੱਕਦੇ ਸੋ ਇਹ ਜੀ ਮੇਰੀ ਸਟੋਰੀ ਹੁਣ ਗੁਰਸੇਵਕ ਸੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਸੇਵਕ ਆ ਅਤੇ ਸਾਡਾ ਬੈਕਗਰਾਊਂਡ ਥੋੜ੍ਹਾ ਜਿਹਾ ਦੋਨਾਂ ਦਾ ਸੇਮ ਹੀ ਆ ਜਸਟ ਇਹ ਆ ਕਿ ਕਹਿੰਦੇ ਡੈਡੀ ਦੀ ਨੌਕਰੀ ਹੋ ਰਹੀ ਮੇਰੇ ਦੀ ਹੋਰ ਸੀਗੀ ਸੋ ਮੇਰੇ ਡੈਡੀ ਆਰਮੀ ਸੀਗੇ ਅਤੇ ਆਈ ਥਿੰਕ 2004 ਦੇ ਵਿੱਚ ਰਿਟਾਇਰ ਹੋ ਗਏ ਉਹਦੇ ਤੋਂ ਬਾਅਦ ਅਸੀਂ ਅੰਮ੍ਰਿਤਸਰ ਮੂਵ ਹੋ ਗਏ ਪਿੰਡ ਤੋਂ ਅਤੇ ਉੱਥੇ ਮੇਰੇ ਡੈਡੀ ਹਾਲੇ ਵੀ ਜੀ ਐਨ ਡੀ ਯੂ ਦੇ ਵਿੱਚ ਸਿਕਿਉਰਿਟੀ ਦਾ ਕੰਮ ਕਰਦੇ ਆ ਨਾਲ ਪਾਠੀ ਆ ਕੀਰਤਨ ਕਰਦੇ ਆ ਅਤੇ ਡਿਗਰੀ ਕੀਤੀ ਇੱਕ ਫਨੀ ਚੀਜ਼ ਆ ਅਸੀਂ ਦੋਨਾਂ ਨੇ ਪਹਿਲਾਂ ਇੱਕ ਕਾਲਜ ਦੇ ਵਿੱਚ ਐਡਮਿਸ਼ਨ ਲਈ ਦੋਨਾਂ ਨੇ ਸਾਨੂੰ ਨਹੀਂ ਪਤਾ ਠੀਕ ਆ ਇਹ ਕਿਸੇ ਹੋਰ ਸੈਕਸ਼ਨ 'ਚ ਸੀ ਮੈਂ ਕਿਸੇ ਹੋਰ ਉੱਥੋਂ ਡਰੋਪ ਆਊਟ ਕਰਕੇ ਫਿਰ ਸੇਮ 'ਚ ਚਲ ਗਏ ਆ ਕੁਦਰਤੀ ਗੱਲ ਇੱਕ ਕਾਲਜ 'ਚ ਡਰੋਪ ਆਊਟ ਉੱਥੇ ਵੀ ਇਕੱਠੇ ਸੀਗੇ ਉੱਥੋਂ ਡਰੋਪ ਆਊਟ ਕਰਕੇ ਇਕੱਠੇ ਚਲ ਗਏ ਅਤੇ ਫਿਰ ਜਾ ਕੇ ਉੱਥੇ ਪਤਾ ਲੱਗਾ ਜਦੋਂ ਮਿਲੇ ਪਹਿਲੇ ਸਮੈਸਟਰ ਦੇ ਵਿੱਚ ਗੱਲਬਾਤ ਕੀਤੀ ਹੈ ਨਾ ਵੀ ਓਕੇ ਤੂੰ ਕਿੱਥੋਂ ਮੈਂ ਕਿੱਥੋਂ ਹੈ ਨਾ ਕਰਕੇ ਮੈਂ ਕਿਹਾ ਮੇਰਾ ਤਾਂ ਇੱਦਾਂ ਮੈਂ ਇੱਧਰ ਡਰੋਪ ਕਰਕੇ ਆਇਆ ਅਸੀਂ ਵੀ ਉੱਥੇ ਡਰੋਪ ਕਰਕੇ ਆਏ ਅਤੇ ਇੱਦਾਂ ਮਿਲੇ ਅਤੇ ਯੰਗ ਏਜ ਤੋਂ ਹੀ ਡੈਡੀ ਜਿਵੇਂ ਆਰਮੀ 'ਚ ਸੀਗੇ ਸੋ ਡੈਡੀ ਨੂੰ ਇਹ ਸੀਗਾ ਕਿ ਹੋਰ ਕੁਝ ਹੋਵੇ ਨਾ ਹੋਵੇ ਫਿਟਨੈਸ ਬਹੁਤ ਜ਼ਰੂਰੀ ਆ ਸੋ ਮੇਰਾ ਜਿਵੇਂ ਥਰਡ ਕਲਾਸ ਦੇ ਵਿੱਚ ਵੀ ਸਕੂਲ ਤੋਂ ਆਉਣਾ ਸਾਈਕਲ 'ਤੇ ਜਾਂਦਾ ਮੈਂ ਸਕੂਲ ਮੈਂ ਬੀ ਟੈਕ ਤੱਕ ਇੱਕ ਤਾਂ ਚਲੋ ਹੁੰਦਾ ਨਾ ਕਿ ਜਿਵੇਂ ਆਪਣੇ ਕੋਲ ਇੰਨੇ ਪੈ ਗੱਡੀਆਂ ਨਹੀਂ ਸੀਗੀਆਂ ਅਤੇ ਆਪਾਂ ਕਦੀ ਉਹ ਚੀਜ਼ ਫੀਲ ਨਹੀਂ ਕੀਤੀ ਸਾਡੇ ਕੋਲ ਜੋ ਸੀਗਾ ਵਧੀਆ ਸੀ ਹੈ ਨਾ ਹੈ ਨਾ ਅਤੇ ਕਿਰਪਾ ਮਹਾਰਾਜ ਦੀ ਬੀ ਟੈਕ ਤੱਕ ਸਾਈਕਲ 'ਤੇ ਗਏ ਹਾਂ ਜਿੱਥੋਂ ਬੱਸ ਜਾਂਦੀ ਹੁੰਦੀ ਸੀ ਸਾਡੇ ਕਾਲਜ ਨੂੰ ਉੱਥੋਂ ਤੱਕ ਸਾਈਕਲ 'ਤੇ ਜਾਣਾ ਵਾਪਸ ਆਉਣਾ ਡੈਡੀ ਦੇ ਨਾਲ ਰਾਤ ਨੂੰ ਜਾਣਾ ਪਾਠ 'ਤੇ ਜਾਂ ਕੀਰਤਨ 'ਤੇ ਨਾਲ ਜਾਣਾ ਅਤੇ ਉਹ ਚੀਜ਼ਾਂ ਚੱਲਦੀਆਂ ਰਹੀਆਂ ਫਿਰ ਮੈਂ ਟਿਲ ਟਵੈਲਥ ਮੈਂ ਟਵੈਲਥ ਆਖਣ 2012 ਤੱਕ ਮੈਂ ਜਿੰਮ ਨਹੀਂ ਸੀ ਗਿਆ ਉੱਦਾਂ ਹੀ ਪਹਿਲਾਂ ਘਰ ਜਿਵੇਂ ਪੁਸ਼ਅਪ ਲਾ ਲਏ ਮੇਰੀ ਐਕਟੀਵਿਟੀ ਬਹੁਤ ਹੁੰਦੀ ਸੀਗੀ ਸਾਈਕਲਿੰਗ ਬਹੁਤ ਜ਼ਿਆਦਾ ਸੀਗੀ ਕ੍ਰਿਕਟ ਬਹੁਤ ਖੇਡਦਾ ਹੁੰਦਾ ਸੀ ਵਾਲੀਬਾਲ ਬਹੁਤ ਖੇਡਦਾ ਹੁੰਦਾ ਸੀਗਾ ਪਲੱਸ ਵਨ ਪਲੱਸ ਟੂ ਹੋਸਟਲ 'ਚ ਰਿਹਾ ਉੱਥੇ ਬਹੁਤ ਖੇਡੇ ਅਸੀਂ ਹਾਂਜੀ ਠੀਕ ਹੈ ਕਾਲਜ ਦੇ ਵਿੱਚ ਇਹ ਮਿਲਿਆ ਫਿਰ ਇਹ ਉਦੋਂ ਆਪਣੀ ਜਿਵੇਂ ਟਰਾਂਸਫੋਰਮੇਸ਼ਨ ਕਰਕੇ ਰਾਈਟ ਨਾਓ ਹੁਣ ਪੀਕ 'ਤੇ ਸੀਗਾ ਕਿ ਕੌਨਫੀਡੈਂਸ ਰਾਈਟ ਨਾਓ ਬਹੁਤ ਬੂਸਟ ਸੀਗਾ ਰਾਈਟ ਉੱਥੇ ਚਲੋ ਗੱਲਬਾਤ ਹੋਈ ਹੈ ਤਾਂ ਮੈਂ ਜਿਵੇਂ ਜਾਂਦਾ ਮੈਂ ਵੀ ਸ਼ੁਰੂ ਹੀ ਕੀਤਾ ਹਾਲੇ ਹੈ ਨਾ ਫਿਰ ਹੌਲੀ ਹੌਲੀ ਕਰਕੇ ਥੋੜ੍ਹੇ ਉਹਦੇ ਵਿੱਚ ਸੀਰੀਅਸ ਹੋ ਗਏ ਅਤੇ ਦੈਨ ਇਹਨੇ ਟ੍ਰੇਨ ਕਰਿਆ ਮੈਨੂੰ ਪਹਿਲਾਂ ਪਹਿਲੀ ਵਾਰੀ ਐਪਸ ਜਦੋਂ ਮੈਂ ਕੱਢੇ ਸੀ ਠੀਕ ਹੈ ਉਹ ਹੋਇਆ ਉਹ ਤੋਂ ਬਾਅਦ ਫਿਰ ਇਕੱਠੇ ਵਰਕਆਊਟ ਕਰਨ ਲੱਗ ਪਏ ਅਸੀਂ ਇੰਡੀਆ 'ਚ ਸ਼ੋਅ ਵੀ ਖੇਡਿਆ ਸੀਗਾ ਠੀਕ ਹੈ ਇਹ ਉਦੋਂ ਥੋੜ੍ਹਾ ਜ਼ਿਆਦਾ ਸੀਰੀਅਸ ਹੁੰਦਾ ਸੀਗਾ ਮੈਂ ਥੋੜ੍ਹਾ ਜਿਹਾ ਨਾਲ ਕੀ ਵੇਖ ਲੈਂਦੇ ਹਾਂ ਚਲੋ ਕਰ ਲੈਂਦੇ ਹਾਂ ਕਿਉਂਕਿ ਮੇਰਾ ਉਦੋਂ ਜਿਵੇਂ ਉਹ ਹੁੰਦਾ ਨਾ ਬਿਗਨਰ ਫੇਜ਼ ਸੀਗਾ ਜਿੰਮ ਦਾ ਹੈ ਨਾ ਉਹ ਕੀਤਾ ਦੈਨ ਅਸੀਂ ਕਪੂਰਥਲੇ ਮਿਸਟਰ ਪੰਜਾਬ ਵਾਲਾ ਵੀ ਖੇਡੇ ਸੀ ਅਤੇ ਉਹਦੇ ਵਿੱਚ ਮੈਨੂੰ ਸੀਗਾ ਕਿ ਜਿਵੇਂ ਮੇਰਾ ਉਦੋਂ ਅੰਮ੍ਰਿਤ ਛਕਿਆ ਹੋਇਆ ਹਾਲੇ ਵੀ ਅਤੇ ਉਦੋਂ ਵੀ ਹੈ ਨਾ ਹਾਂਜੀ ਅਤੇ ਬੋਡੀ ਹੇਅਰ ਨਹੀਂ ਕੱਟ ਕਰਨੇ ਹਾਂ ਯਾਰ ਇਹ ਸਪੋਰਟ ਗਲਤ ਹੈ ਮੇਰੇ ਲਈ ਅਤੇ ਇਹ ਨਹੀਂ ਖੇਡ ਸਕਦੇ ਆਪਾਂ ਪਰ ਫਿਰ ਅਸੀਂ ਸੋਚਿਆ ਕਿ ਚਲੋ ਕਿ ਕਿਉਂ ਨਹੀਂ ਸਟੱਡੀ ਕਰਦੇ ਹਾਂ ਲੋਕਾਂ ਦੀ ਹੈਲਪ ਤਾਂ ਕਰ ਹੀ ਸਕਦੇ ਹਾਂ ਰਾਈਟ ਉਹ ਕੀਤੀ ਇੱਥੇ ਆਏ ਆਪਣੀ ਸਟੱਡੀ ਦੇ ਨਾਲ ਨਾਲ ਕੰਮ ਕੀਤਾ ਸਾਰਾ ਕੁਝ ਕਰ ਕਰਾ ਕੇ ਬਾਕੀ ਸਟੋਰੀ ਤੁਹਾਨੂੰ ਗੁੱਡ ਲਾਈਫ ਦੀ ਇਹਨੇ ਦੱਸ ਹੀ ਦਿੱਤੀ ਆ ਫੈਕਟਰੀਆਂ 'ਚ ਕੰਮ ਕੀਤਾ ਅਤੇ ਇੱਕ ਪੁਆਇੰਟ ਆ ਗਿਆ ਅਤੇ ਆਪਣਾ ਫੈਸਲਾ ਲੈ ਕੇ ਆਪਣਾ ਜਿੰਮ ਖੋਲ੍ਹ ਲਿਆ
ਤੇ ਆਉਂਦੇ ਤੋਂ ਬਾਅਦ ਹੁਣ ਮੈਂ ਇੱਕ ਕੰਪੈਟੀਟਿਵ ਪਾਵਰ ਲਿਫਟਰ ਵੀ ਹਾਂ। ਮੈਂ CPL, WRPF, OPA ਸਾਰਿਆਂ ਦੇ ਵਿੱਚ ਕੰਪੀਟ ਕੀਤਾ ਹੋਇਆ। ਐਂਡ ਮੇਰਾ ਜਿਹੜਾ ਹੈਗਾ ਟੋਟਲ 1600 pounds ਦਾ ਟੋਟਲ ਆ, ਅਤੇ CPL ਦੇ ਵਿੱਚ ਵੀ ਮੇਰੇ 2 ਪ੍ਰੋਵਿੰਸ਼ਲ ਰੈਕਰਡ ਨੇ, WRPF ਦੇ ਵਿੱਚ ਨੈਸ਼ਨਲ ਰੈਕਰਡ ਆ, ਅਤੇ ਇਹ ਸਟੋਰੀ ਆਪਣੀ। ਨਹੀਂ 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 ਬਹੁਤ ਵਧੀਆ ਸਟੋਰੀ ਵੀ ਜੀ। ਇੱਕ ਗੱਲ ਆਈ ਥਿੰਕ ਜੋ ਲੋਕ ਟੇਕ ਅਵੇ ਕਰ ਸਕਦੇ ਆ, ਆਈ ਥਿੰਕ ਆਪਾਂ ਕਈ ਵਾਰ ਨਹੀਂ ਫੋਕਸ ਕਰਦੇ ਨਾ, ਆਪਾਂ ਜਿਵੇਂ ਜੰਪ ਕੰਕਲੂਜਨ ਕਰ ਦਿੰਦੇ ਹਾਂ ਜੋ ਆਪਣੇ ਸਟੂਡੈਂਟ ਬਾਹਰੋਂ ਵੀ ਆਉਂਦੇ ਆ। ਜਿਵੇਂ ਹੁਣ ਵੀ ਜੀ ਅਸੀਂ ਵੀ, ਮੈਂ ਵੀ ਉੱਥੇ ਜੰਮੇ ਪਹਿਲਾਂ ਉੱਥੇ ਹੀ, ਮੈਂ ਜਿਵੇਂ ਬੋਰਨ ਮੈਂ ਇੱਥੇ ਸੀ, ਅਸੀਂ 10 years ਉੱਥੇ ਕੱਟੇ ਇੰਡੀਆ। ਜਿਵੇਂ ਲੋਕਾਂ ਨੂੰ ਪਤਾ ਸਟਰਗਲ ਕੀ ਆ, ਜਿਵੇਂ ਤੁਸੀਂ ਕਿਹਾ ਹੁਣ ਜਿਵੇਂ ਸਾਈਕਲ 'ਤੇ ਜੋ ਵੀ ਆਪਣੇ ਕੋਲ ਸੀਗਾ ਆਪਾਂ ਨੂੰ ਕੋਈ ਨਹੀਂ ਸੀ, ਜਿਵੇਂ ਪੇਰੈਂਟਸ ਨੂੰ ਕਹਿੰਦੇ ਵੀ ਸਾਡੇ ਕੋਲ ਆ ਨਹੀਂ ਜੋ ਸੀਗਾ ਪਰਮਾਤਮਾ ਦਿੱਤਾ, ਖੁਸ਼ ਰਹੀਦਾ ਸੀਗਾ, ਸਾਨੂੰ ਜੀਪਾਂ ਨਹੀਂ ਜਾਂਦੀ, ਗੱਡੀਆਂ ਨਹੀਂ ਚਾਹੀਦੀ, ਕੁਛ ਨਹੀਂ ਚਾਹੀਦਾ ਸੀਗਾ ਇਹ। ਪਰ ਇੱਥੇ ਪਤਾ ਕੀ ਆ, ਲੋਕ ਕੀ ਕਰਦੇ ਆ, ਅੰਡਰਸਟੈਂਡ ਨਹੀਂ ਕਰਦੇ, ਜੋ ਸਟੂਡੈਂਟ ਇੱਥੇ ਆਉਂਦੇ ਵੀ ਨਾ, ਹਾਂਜੀ, ਜਿਹੜੇ ਪਿੱਛੇ ਆਉੜੀ ਸਟਰਗਲ ਤੋਂ ਆਉਂਦੇ ਆ, ਇੱਥੇ ਵੀ ਕਿੰਨਾ ਮੁਸ਼ਕਿਲ ਆ, ਵੈਦਰ ਤੁਸੀਂ ਟਿਊਸ਼ਨ ਫੀਸ ਥੋੜੀ ਆ ਤਿੱਗਣੀਆਂ ਚੌਗਣੀਆਂ, ਜਿਹੜੇ ਰੈਗੂਲਰ ਬੰਦੇ ਇੱਥੇ ਪੇ ਕਰਦਾ, ਉੱਤੇ ਤੁਸੀਂ ਆਪਣਾ ਰੈਂਟ ਕੱਟਣਾ, ਇੱਥੇ ਫੂਡ ਖਾਣਾ ਕੁਛ ਵੀ ਆ, ਐਸਪੈਸ਼ਲੀ ਤੁਸੀਂ ਆਪਣੇ ਫੀਲਡ 'ਚ ਜਿਵੇਂ ਜਿੰਮ ਦਾ ਵੀ ਸ਼ੌਕ ਆ, ਕੁਛ ਵੀ ਆ, ਕਾਫੀ ਐਕਸਪੈਂਸਿਵ ਹੋ ਜਾਂਦਾ, ਤੁਸੀਂ ਸਮਾਨ ਬਾਏ ਕਰਨਾ ਆ, ਬਹੁਤ ਐਕਸਪੈਂਸਿਵ ਹੋ ਜਾਂਦਾ। ਸੋ ਵੀ ਤੁਹਾਨੂੰ ਉਹ ਤੁਹਾਡੀ ਜਰਨੀ ਬਾਰੇ ਸਾਰਾ ਹੋਰ ਦੱਸੋ, ਲੋਕ ਵੀ ਕਈ ਲੋਕ ਅੰਡਰਮਾਈਨ ਕਰਦੇ ਆ ਉਹ ਵੀ, ਇਹ ਤਾਂ ਐਵੇਂ ਬੋਲੀ ਜਾਂਦੇ ਆ, ਸਟੂਡੈਂਟ ਤਾਂ ਗਾਹ ਪਾਈ ਜਾਂਦੇ ਆ, ਤੁਸੀਂ ਸੁਣਿਆ ਹੀ ਹੋਣਾ ਰਾਈਟ। ਦੇਖੋ ਪਹਿਲੀ ਗੱਲ, ਜਿਹੜੀ 90% ਸਟੂਡੈਂਟ ਆ ਨਾ, ਇੱਕ ਮੈਂ ਤੁਹਾਨੂੰ ਚੀਜ਼ ਦੱਸਦਾ, ਜਿੱਦਾਂ ਮੰਨ ਲਓ 100,000 ਸਟੂਡੈਂਟ ਆਇਆ, ਉਹਦੇ ਚੋਂ 90,000 ਸਟੂਡੈਂਟ ਜਿਹੜਾ ਆ ਨਾ ਉਹ ਗੁੱਡ ਆ, ਹਾਂਜੀ, ਜਿਹੜਾ 10% ਖਰਾਬ ਕਰਦਾ ਆ ਉਹ 10,000 ਆ, ਤੁਸੀਂ 95% ਲਾ ਲਓ ਗੁੱਡ ਆ, ਹਾਂਜੀ, 5% ਜੇ ਖਰਾਬੀਆਂ ਕਰਦੇ ਆ, ਹੁਣ 5,000 ਵੀ ਬਹੁਤ ਵੱਡਾ ਅਮਾਊਂਟ ਆ, ਹੈ ਨਾ। ਹੁਣ 5,000 ਹੁਣ ਤੁਸੀਂ ਦੇਖੋਗੇ, ਜੇ ਮੰਨ ਲਓ ਕੋਈ ਤੁਸੀਂ ਨਿਊਜ਼ ਸੁਣੀ ਕਿ ਆਹ ਹੋ ਗਿਆ ਪਲਾਜ਼ੇ 'ਚ, ਆਹ ਹੋ ਗਿਆ ਜਾਂ ਇੱਦਾਂ ਹੋ ਗਿਆ, ਕਿਸੇ ਨੇ ਆਹ ਕਰਤਾ, ਬਹੁਤ ਛੋਟੀ ਅਮਾਊਂਟ ਆ, ਐਗਜ਼ੈਕਟਲੀ। ਉਹ ਜਿਹੜੇ ਮੈਕਸੀਮਮ ਅਮਾਊਂਟ 'ਚ ਸਟੂਡੈਂਟਸ ਆ ਨਾ, ਤੁਸੀਂ ਉਹਨਾਂ ਨੂੰ ਦੇਖੋਗੇ ਵੀ ਨਹੀਂ, ਉਹਨਾਂ ਕੋਲ ਟਾਈਮ ਹੀ ਹੈ ਨਹੀਂ, ਉਹ ਕੰਮ 'ਤੇ ਜਾਂਦੇ ਆ, ਕਾਲਜ ਜਾਂਦੇ ਆ, ਉਹਨਾਂ ਕੋਲ ਸੌਣ ਦਾ ਟਾਈਮ ਹੈ ਨਹੀਂ। ਸਹੀ ਗੱਲ, ਤੁਸੀਂ ਮੰਨੋਗੇ ਜਦੋਂ ਅਸੀਂ 2016 'ਚ ਆਏ ਸੀ ਨਾ, ਅਸੀਂ ਕੰਮ ਕਰਦੇ ਸੀ, ਨਾਈਟ ਸ਼ਿਫਟ ਲਾਉਂਦੇ ਸੀ ਅਤੇ ਸਵੇਰੇ ਕਾਲਜ ਜਾਣਾ, ਅਸੀਂ 3 days ਲਗਾਤਾਰ ਸੌਂਦੇ ਨਹੀਂ ਸੀ, ਲਗਾਤਾਰ 1 hour ਵੀ ਨਹੀਂ ਸੌਂਦੇ ਸੀ, ਮੰਡੇ ਟਿਊਜ਼ਡੇ ਵੈਡਨਸਡੇ ਕੋਈ ਸੌਣਾ ਨਹੀਂ, ਕਿਉਂਕਿ ਸਾਡੀ 3 days ਕਲਾਸਾਂ ਹੁੰਦੀਆਂ ਸੀ, ਸਾਰਾ ਦਿਨ ਸਾਰੀ ਰਾਤ ਕੰਮ। ਸੋ ਉਹ 3 days ਸੌਣਾ ਨਹੀਂ, ਜਾ ਕੇ ਵੈਡਨਸਡੇ ਨੂੰ ਸੌਣਾ, ਸੰਡੇ 'ਤੇ ਉੱਠੇ, ਉਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਨਹੀਂ ਵਿਖਦੀਆਂ। ਸਾਡੀ ਤਾਂ ਇੱਕ ਵਾਰੀ ਮਕਾਨ ਮਾਲਕਣ ਥੱਲੇ ਆ ਗਈ ਬੇਸਮੈਂਟ 'ਚ, ਕਹਿੰਦੀ ਪੁੱਤਰ ਜਿੰਦਾ ਜੇ ਤੁਸੀਂ ਹੈਗੇ ਜੇ, 16 hours ਹੋ ਗਏ ਕੋਈ ਆਵਾਜ਼ ਹੀ ਨਹੀਂ ਆਈ, ਕੋਈ ਖੜਕਾ ਨਹੀਂ ਹੋਇਆ, ਉਹ ਆਈ ਫਿਰ ਅਸੀਂ ਉੱਠੇ, ਇਹ ਸੁੱਤੇ ਸੀ ਸਾਡਾ, ਸੁੱਤੇ ਨਹੀਂ ਆ। ਸੋ ਉਹ ਸਟੂਡੈਂਟ ਆਪਣੇ ਮਿਹਨਤੀ ਆ, ਹਾਂਜੀ, ਖਾਸ ਕਰਕੇ ਆਪਣੇ ਪੰਜਾਬੀ, ਉਹਨਾਂ 'ਚ ਅੱਗ ਬਹੁਤ ਆ। ਅੱਛਾ, ਜਿਹੜੇ ਫਿਰ ਲਾ ਲਓ ਕਿ ਤੁਸੀਂ ਜਿਹੜੇ ਕਹਿੰਦੇ ਸ਼ਰਾਰਤੀ ਕੰਮ ਕਰਦੇ ਜਾਂ ਫਿਰ ਜਿਹੜੇ ਗੰਦ ਪਾਉਂਦੇ ਜੋ ਵੀ ਆ, ਸੋ ਉਹ ਬੰਦਿਆਂ 'ਚ ਵੀ ਪੋਟੈਂਸ਼ੀਅਲ ਬਹੁਤ ਆ, ਉਹਨਾਂ 'ਚ ਵੀ ਜਿਗਰਾ ਜਿਗਰਾ ਹੈਗਾ, ਤਾਂ ਹੀ ਤਾਂ ਗੰਦ ਪਾਉਂਦੇ ਆ, ਪਾਉਂਦੇ ਆ, ਸਹੀ ਗੱਲ, ਰਾਈਟ, ਜਿਗਰਾ ਗੰਦ ਪਾਉਣ ਲਈ ਵੀ ਜਿਗਰਾ ਚਾਹੀਦਾ, ਬਟ ਉਹਨਾਂ ਨੂੰ ਚੈਨਲਾਈਜ਼ ਨਹੀਂ ਸਹੀ ਕੀਤਾ ਜਾ ਰਿਹਾ। ਮੰਨ ਲਓ ਜਿਹੜੇ 12th ਕਰਕੇ ਆ ਗਏ, ਠੀਕ ਆ ਜੀ, ਉਹਨਾਂ ਨੇ ਕਾਲਜ ਲਾਈਫ ਨਹੀਂ ਦੇਖੀ, ਉਹਨਾਂ ਨੇ ਕੋਈ ਜਿੱਦਾਂ ਉਹ ਚੀਜ਼ਾਂ ਨਹੀਂ ਦੇਖੀਆਂ, ਅਸੀਂ ਕਾਲਜ ਹੰਢਾ ਕੇ ਆਏ ਸੀ, ਠੀਕ ਆ ਜੀ, ਉਹ ਜਿੱਦਾਂ ਇੱਕ ਲਾ ਲਓ ਕਿ ਪੂਰੀ ਭਰੀ ਜਵਾਨੀ 'ਚ ਆ ਗਏ ਆ, ਉਹਨਾਂ ਨੂੰ ਇਹ ਕਿ ਖੁੱਲ੍ਹ ਮਿਲ ਗਈ ਇੱਥੇ ਕੈਨੇਡਾ ਆ ਕੇ ਕਿ ਆਪਾਂ ਆਹ ਵੀ ਕਰ ਸਕਦੇ ਹਾਂ, ਆਹ ਵੀ ਕਰ ਸਕਦੇ ਹਾਂ, ਆਹ ਵੀ ਕਰ ਸਕਦੇ, ਸਾਨੂੰ ਕਿਹੜਾ ਕੋਈ ਦੇਖਦਾ ਪਿਆ, ਰਾਈਟ। ਫਿਰ ਉਹ ਚੀਜ਼ਾਂ ਕਈ ਬੰਦੇ ਫਿਰ ਉਹਨਾਂ ਨੂੰ ਗਲਤ ਯਾਰ ਦੋਸਤ ਮਿਲ ਜਾਂਦੇ ਆ, ਫਿਰ ਉਹ ਉੱਧਰ ਚੱਲ ਜਾਂਦੇ ਆ, ਬਟ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦੇ ਮਾੜੇ ਆ, ਬੰਦੇ ਮਾੜੇ, ਜੇ ਉਹਨਾਂ ਨੂੰ ਸਮਝਾਇਆ ਜਾਵੇ, ਜਾਂ ਫਿਰ ਆਪਾਂ ਇੱਕ ਇਹੀ ਮੈਂ ਰਿਕੁਐਸਟ ਕਰਾਂਗਾ ਸਾਰਿਆਂ ਨੂੰ ਜਿਹੜੇ ਇੰਡੀਆ ਤੋਂ ਵੀ ਆਉਂਦੇ ਨਾ, ਤੁਸੀਂ ਡਿਗਰੀ ਕਰਕੇ ਆਓ, ਤੁਸੀਂ ਕਾਲਜ ਲਾਈਫ ਜਿਉ ਕੇ ਆਓ, ਇੱਕ ਵਾਰੀ ਤੁਸੀਂ ਉੱਥੇ ਕੋਈ ਨਾ ਕੋਈ ਨਾ ਮਾੜਾ ਮੋਟਾ ਭਾਵੇਂ 5-6 months ਕੰਮ ਕਰਕੇ ਆਓ। ਸਹੀ ਗੱਲ, ਅਸੀਂ ਇੱਥੇ ਆਉਣ ਤੋਂ ਪਹਿਲਾਂ ਇੱਕ ਜਿੰਮ ਦੇ ਵਿੱਚ, ਜਦਕਿ ਸਾਡਾ ਗੁੱਡ ਚੱਲਦਾ ਸਾਰਾ ਕੁਛ, ਅਸੀਂ ਇੱਕ ਜਿੰਮ ਦੇ ਵਿੱਚ 3 months ਕੰਮ ਕਰਕੇ ਆਏ ਹਾਂ,
ਅਸੀਂ ਉਹਨਾਂ ਨੂੰ ਵੀ ਨਹੀਂ ਦੱਸਿਆ ਸੀ ਕਿਉਂ ਕਰਨੇ ਕਿਉਂ ਨਹੀਂ, ਅਸੀਂ ਉੱਥੇ ਖਲੋਤੇ ਰਹਿੰਦੇ ਸੀ 12-12 ਘੰਟੇ ਕੰਮ ਕਰਦੇ ਜਿਮ ਦੇ ਵਿੱਚ, ਆਪਾਂ ਐਜ਼ ਆ ਜਨਰਲ ਟ੍ਰੇਨਰ, ਜਨਰਲ ਟ੍ਰੇਨਰ, ਜਸਟ ਬਿਕੋਜ਼ ਇਹ ਫੀਲ ਕਰਨ ਲਈ ਕਿ ਜੇ ਆਪਾਂ ਕੈਨੇਡਾ ਜਾਵਾਂਗੇ ਸਾਡੇ ਕੋਲ ਕੰਮ ਹੋਜੂ। ਪਹਿਲੇ ਉਹ 3 ਮਹੀਨੇ ਬਹੁਤ ਔਖੇ ਸੀ, ਪਰ ਜਦੋਂ ਕੈਨੇਡਾ ਆਏ ਉਦੋਂ ਇੱਦਾਂ ਕੰਮ ਕੀਤਾ ਸੀ, ਅਸੀਂ ਕਿਸੇ ਕੰਮ ਨੂੰ ਨਾ ਨਹੀਂ ਕੀਤੀ, 7 ਦਿਨ ਕੰਮ ਕੀਤਾ। ਅਸੀਂ ਅੱਜ ਤੱਕ ਜਦੋਂ ਦੇ ਕੈਨੇਡਾ ਤੋਂ ਆਏ ਹਾਂ ਅਸੀਂ ਬੇਅਰਲੀ ਕੋਈ ਛੁੱਟੀ ਲਈ ਹੋਣੀ ਆ, ਅਸੀਂ ਕੰਮ ਕਰੀ ਜਾ ਰਹੇ ਹਾਂ। ਅੱਜ ਵੀ ਅਸੀਂ ਆਪਣੇ 2 ਜਿਮ ਓਨ ਕਰਦੇ ਹਾਂ ਪ੍ਰਾਊਡਲੀ, ਬਟ ਹਾਲੇ ਵੀ ਕੋਈ ਛੁੱਟੀ ਨਹੀਂ। ਆ ਸੰਡੇ ਦਾ ਦਿਨ ਆ, ਪਹਿਲਾਂ 3:30 ਵਜੇ ਰਾਤ ਤੱਕ ਅਸੀਂ ਤਿਆਰੀਆਂ ਕਰਦੇ ਰਹੇ, ਠੀਕ ਆ। ਸਵੇਰੇ 5:30 ਵਜੇ ਇਵੈਂਟ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਸ਼ਾਮ ਦੇ 6 ਵੱਜ ਗਏ, ਫਿਰ ਉਸ ਤੋਂ ਬਾਅਦ ਸਾਰਾ ਸੈਟਅਪ ਅਸੀਂ ਜਿਮ ਦਾ ਅਸੀਂ ਕਰਕੇ ਆਏ ਹਾਂ। ਰਾਤ ਦੇ 2:30-2 ਵਜੇ ਆਏ ਹਾਂ, ਇੱਥੇ ਤੁਹਾਡੇ ਕੋਲ ਬੈਠੇ ਪੋਡਕਾਸਟ ਕਰ ਰਹੇ ਹਾਂ। ਸੋ ਐਕਸਕਿਊਜ਼ ਬਣਾਉਣੇ ਹੋਣ ਤਾਂ ਸਾਡੇ ਕੋਲ ਬਹੁਤ ਆ। ਮੈਂ ਤੁਹਾਨੂੰ ਕਹਿ ਦਿੰਦਾ ਫੋਨ ਕਰਕੇ ਭਾਅ ਜੀ ਮੈਂ ਨਹੀਂ ਆਉਣਾ, ਮੇਰੇ ਕੋਲ ਟਾਈਮ ਹੈ ਨਹੀਂ, ਮੈਂ ਤਾਂ ਲੇਟ ਉੱਠਿਆ, ਬਟ ਜਿੱਥੇ ਜਾਣਾ ਉੱਥੇ ਜਾਣਾ, ਠੀਕ ਆ ਜੀ। ਇੱਕ ਤੁਹਾਨੂੰ ਡਿਟਰਮੀਨੇਸ਼ਨ ਇੱਕ ਹੋਣੀ ਚਾਹੀਦੀ, ਚੜ੍ਹਦੀ ਕਲਾ ਅਸਲ 'ਚ ਇਹੀ ਆ, ਸਪਿਰਿਟ ਜਿਹੜੀ ਆ ਨਾ ਆਪਣੀ, ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਇਹੀ ਰਹਿਣਾ ਹੁੰਦਾ ਕਿ ਜੋ ਮਰਜ਼ੀ ਕੋਈ ਵੀ ਪ੍ਰੋਬਲਮ ਆ ਜਾਵੇ, ਯੂ ਹੈਵ ਟੂ ਫਾਈਂਡ ਦਾ ਸੋਲੂਸ਼ਨ, ਦੈਟਸ ਇਟ। ਰੋਣਾ ਨਹੀਂ ਹੈ ਬਹਿ ਕੇ, ਸਾਰਿਆਂ ਨੂੰ ਧੱਕਾ ਲੱਗਦਾ ਆ। ਜਿਵੇਂ ਤੁਸੀਂ ਮੰਨ ਲਓ ਤੁਹਾਨੂੰ ਕੋਈ ਲਾਈਫ 'ਚ ਧੱਕਾ ਲੱਗਾ, ਤੁਹਾਨੂੰ ਲੋਸ ਹੋ ਗਿਆ, ਤੁਸੀਂ ਬਿਜ਼ਨਸ ਓਪਨ ਕੀਤਾ, ਯੂ ਲੋਸਟ ਇਟ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਸ ਮੈਂ ਨਹੀਂ ਹੁਣ ਬਿਜ਼ਨਸ ਕਰਨਾ ਕਦੀ ਬਾਈ, ਤੁਸੀਂ ਬੈਕ ਹੋ ਜਾਓ, ਕੋਈ ਗੱਲ ਨਹੀਂ, ਟੇਕ ਯੋਰ ਟਾਈਮ। ਸਾਰਿਆਂ ਨੂੰ ਦੁੱਖ ਲੱਗਦਾ ਆ, ਅੰਦਰੋਂ ਸਭ ਰੋਂਦੇ ਆ, ਬਟ ਇੱਕ ਵਾਰੀ ਸੋਚੋ ਕੀ ਹੋਇਆ, ਕੀ ਗਲਤੀਆਂ ਹੋਈਆਂ, ਕੀ ਮੈਂ ਸੁਧਾਰ ਸਕਦਾ ਹਾਂ ਉਹਨੂੰ, ਠੀਕ ਆ। ਜੋ ਹੋ ਗਿਆ ਇਟਸ ਓਕੇ, ਕੋਈ ਗੱਲ ਨਹੀਂ, ਮੈਂ ਜਰ ਲੂੰਗਾ, ਦੁਬਾਰਾ ਸਟਾਰਟ ਕਰੋ। ਅਸੀਂ ਬਹੁਤ ਗਲਤੀਆਂ ਕੀਤੀਆਂ ਆ, ਮੈਂ ਤੁਹਾਨੂੰ ਨੰਬਰਸ ਤੋਂ ਨਹੀਂ ਦੱਸ ਰਹੇ, ਬਟ ਅਸੀਂ ਬਹੁਤ ਪੈਸਾ ਵੇਸਟ ਕੀਤਾ ਆ, ਬਹੁਤ ਟਾਈਮ ਵੇਸਟ ਕੀਤਾ ਆ, ਅਸੀਂ ਬਹੁਤ ਲੋਕਾਂ ਦੇ ਫਾਲਤੂ ਟਰੱਸਟ ਕੀਤੇ ਆ। ਸੋ ਉਹ ਚੀਜ਼ਾਂ ਜਿਹੜੀਆਂ ਹੋਈਆਂ ਸਾਡੇ ਬਹੁਤ ਨੁਕਸਾਨ ਹੋਏ ਆ। ਸਾਨੂੰ ਜ਼ਿੰਦਗੀ 'ਚ ਲੋਕ ਉਹ ਘੱਟ ਮਿਲੇ ਜਿਨ੍ਹਾਂ ਨੇ ਸਾਥ ਦਿੱਤਾ, ਉਹ ਵੱਧ ਮਿਲੇ ਜਿਨ੍ਹਾਂ ਨੇ ਸਾਨੂੰ ਥੱਲੇ ਲਾਇਆ ਹਰ ਚੀਜ਼ ਵਿੱਚ, ਹਰ ਫੀਲਡ ਵਿੱਚ, ਠੀਕ ਹੈ ਜੀ। ਸਾਨੂੰ ਹੇਟ ਬਹੁਤ ਮਿਲੀ, ਬਟ ਫਿਰ ਉਹ ਚੀਜ਼ ਦਾ ਫਾਇਦਾ ਹੀ ਨਹੀਂ, ਉਹ ਤੁਹਾਡਾ ਸਵਾਦ ਹੀ ਨਹੀਂ ਆਉਣਾ ਜਦੋਂ ਤੱਕ ਤੁਹਾਨੂੰ ਹੇਟ ਨਾ ਮਿਲੀ ਹੋਵੇ ਨਾ, ਜਦੋਂ ਤੱਕ ਤੁਹਾਨੂੰ ਕੋਈ ਪਿੱਛੇ ਨਾ ਖਰੀਦਾ ਹੋਵੇ। ਫਿਰ ਜਦੋਂ ਬੰਦਾ ਜਿੱਤਦਾ ਆ, ਫਿਰ ਬੰਦਾ ਕਹਿੰਦਾ ਆਹ ਚੱਕ, ਫਿਰ ਸਵਾਦ ਜਾ ਜਾਂਦਾ, ਫਿਰ ਗਾਣੇ ਸੁਣਨ ਦਾ ਵੀ ਮਜ਼ਾ ਆਉਂਦਾ ਆ, ਜੱਟ ਲਲਕਾਰੇ ਮਾਰਦਾ, ਸਹੀ ਗੱਲ ਆ, ਠੀਕ ਹੈ ਜੀ। ਸੋ ਉਹ ਚੀਜ਼ਾਂ ਜਿਹੜੀਆਂ ਫਿਰ ਅਸਲ 'ਚ ਜੇ ਤੁਸੀਂ ਜ਼ਿੰਦਗੀ ਦਾ ਨਾ ਹੀ ਸਟਰਗਲ ਆ, ਠੀਕ ਹੈ ਜੀ, ਬਟ ਤੁਸੀਂ ਇਹ ਸਟਰਗਲ ਨੂੰ ਇੰਜੋਏ ਕਰਦੇ ਰਹੋ। ਕਿਤੇ ਵੀ ਜ਼ਿੰਦਗੀ ਕਿਸੇ ਦੀ ਖਤਮ ਨਹੀਂ ਹੁੰਦੀ, ਤੁਸੀਂ ਲੂਜ਼ ਕਰ ਲਓਗੇ, ਬਟ ਤੁਸੀਂ ਇਹ ਨਹੀਂ ਰਿਗਰੈਟ ਕਰੋਗੇ ਕਿ ਯਾਰ ਮੈਂ ਇਸ ਚੀਜ਼ ਸ਼ੁਰੂ ਹੀ ਨਹੀਂ ਕੀਤੀ, ਯਾਰ ਉਹ ਕਰਦਾ ਰਹਿ ਗਿਆ, ਉਹ ਕਿੱਥੇ ਪਹੁੰਚ ਗਿਆ, ਮੈਂ ਤਾਂ ਕੁਛ ਕੀਤਾ ਹੀ ਨਹੀਂ, ਰਾਈਟ। ਕੋਈ ਗੱਲ ਨਹੀਂ, ਸਾਰਿਆਂ ਤੋਂ ਚੀਜ਼ਾਂ ਹੁੰਦੀਆਂ ਆ। ਸੋ ਇਹੀ ਚੀਜ਼ ਆਪਾਂ 2016 'ਚ ਅੱਜ ਜਦੋਂ ਆਏ ਸੀ ਨਾ, ਇੱਕ ਚੀਜ਼ ਇੰਨੇ 'ਤੇ ਮੈਂ ਇਹਨੂੰ ਕਹਿਤੀ ਸੀ ਪਹਿਲਾਂ, ਚਲੋ ਇਹਦਾ ਜਿੰਮ ਦਾ ਨਹੀਂ ਸੀ ਇਹਦਾ, ਪਰ ਮੈਂ ਇਹਨੂੰ ਕਹਿਤੀ ਕਿ ਆਪਾਂ ਦੋਵਾਂ ਦਾ ਇੱਕ ਚੀਜ਼ ਸੇਮ ਹੀ, ਕਿ ਕਰਨਾ ਹੈ ਕੁਛ, ਕਹਿਣਾ ਹੈ ਨਾ, ਕਰਕੇ ਜਾਵਾਂਗੇ, ਠੀਕ ਹੈ ਜੀ, ਭਾਵੇਂ ਕੁਝ ਪੁੱਠਾ ਸਿੱਧਾ ਕਰਕੇ ਜਾਈਏ, ਪਰ ਕਰਕੇ ਜਾਵਾਂਗੇ। ਪਰ ਇਹ ਵੀ ਬਹੁਤ ਵੱਡੀ ਸੋਚ ਆ, ਤੁਸੀਂ ਸੋਚਦੇ ਵੀ ਕੁਛ ਕਰਨਾ ਆ, ਕਈਆਂ ਤੋਂ ਹੋ ਕਰ ਸੋਚ ਵੀ ਨਹੀਂ ਹੈਗੀ ਆਪਾਂ ਕੁਛ ਕਰਨਾ ਆ, ਬਸ ਲਾਈਫ ਦੇ ਥਰੂ ਬਸ ਐਂ ਤੁਰੀ ਜਾਂਦੇ ਆ, ਉਹੀ ਸੋਚ ਆਉਂਦੀ ਹੀ ਨਹੀਂ। ਪਿਛਲੇ ਅਸੀਂ ਗਏ ਸੀ ਇੱਕ ਥਾਂ 'ਤੇ, ਉੱਥੇ ਵੀ ਇਹੋ ਹੀ ਗੱਲ ਹੋਈ ਸੀ, ਪੰਜਾਬੀਆਂ ਨੂੰ ਚੜ੍ਹਾਉਂਦੀ ਵੀ ਇੱਕੋ ਗੱਲ ਆ ਤੇ ਮਾਰਦੀ ਵੀ ਇੱਕੋ ਗੱਲ ਆ, ਕੋਈ ਨਹੀਂ ਦੇਖ ਲਵਾਂਗੇ, ਮੁੜ ਕੇ ਜੋ ਹੁੰਦਾ ਫਿਰ ਉਹ ਦੇਖਿਆ ਨਹੀਂ ਜਾਂਦਾ। ਨਹੀਂ ਸਹੀ ਗੱਲ ਹੈ ਵੀਰੇ, ਤੇ ਉਹੀ ਨਾ ਕਿ ਜਿਵੇਂ ਹੁਣ ਇਹਨੇ ਗੱਲ ਕੀਤੀ ਕਿ ਥੋੜ੍ਹਾ ਕੰਮ ਕਰਕੇ ਆਓ, ਕੁਝ ਸੋਚ ਕੇ ਆਓ, ਰਾਈਟ। ਜਦੋਂ ਇੱਕ ਤੁਹਾਡੇ ਕੋਲ ਪੋਟੈਂਸ਼ੀਅਲ ਹੋਣ ਦੇ ਬਾਵਜੂਦ ਜਦੋਂ ਤੁਸੀਂ ਉਹਨੂੰ ਸੋਚਦੇ ਨਹੀਂ ਨਾ ਮੈਂ ਉਹਦੇ ਨਾਲ ਕਰਨਾ ਕੀ ਆ, ਫਿਰ ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਮਿਲ ਜਾਂਦੇ ਜਿਹਨੂੰ ਪਤਾ ਕਿ ਯਾਰ ਇਹਦੇ ਕੋਲ ਪੋਟੈਂਸ਼ੀਅਲ ਹੈਗਾ, ਇਹਦੇ ਤੋਂ ਆਹ ਕੰਮ ਕਢਵਾਈਏ, ਉਦੋਂ ਫਿਰ ਉਹ ਤੁਹਾਡੇ ਤੋਂ ਸਾਰੇ ਪੁੱਠੇ ਸਿੱਧੇ ਕੰਮ ਕਰਵਾਉਂਦਾ ਆ, ਆਪ ਪਿੱਛੇ ਲੈ ਕੇ ਨਜ਼ਾਰੇ ਲੈਂਦਾ, ਸਾਰੀਆਂ ਥਾਵਾਂ 'ਤੇ ਤੁਹਾਡੀ ਭੰਡੀ ਹੋਣੀ ਆ, ਉਹਨੇ ਪੈਸੇ ਪੂਹੇ ਵੱਟ ਕੇ ਤੁਹਾਡੇ ਤੋਂ ਗਾਂਹ ਜਾਣਾ। ਮੁੜ ਕੇ ਫਿਰ ਆਪਾਂ ਸਟੋਰੀਆਂ ਸੁਣਦੇ ਹਾਂ ਕਿ ਬਈ ਮੈਂ ਆਇਆ ਸੀ, ਮੇਰੇ ਨਾਲ ਇੱਦਾਂ ਧੱਕਾ ਹੋਇਆ, ਮੇਰਾ ਇੱਦਾਂ ਧੱਕਾ ਹੋਇਆ, ਠੀਕ ਆ। ਜੋ ਕਿਸਮਤ 'ਚ ਲਿਖੀ ਆ ਉਹ ਕੋਈ ਚੇਂਜ ਨਹੀਂ ਕਰ ਸਕਦਾ, ਰਾਈਟ, ਬਟ ਵਟ ਯੂ ਕੈਨ ਡੂ ਇਜ਼ ਪਲਾਨ, ਪਲਾਨ, ਯਾ,
ਠੀਕ ਹੈ। ਹੁਣ ਮੈਨੂੰ ਨਾ ਪਤਾ ਨਹੀਂ ਵੀਡੀਓ ਹੀ ਦੇਖਦਾ ਸੀ ਮੈਂ ਕਿਹਾ ਕੁਝ ਆਂਦਾ ਆਂਦਾ ਲੋਕ ਕਹਿ ਦਿੰਦੇ ਆ ਕਿ ਉੱਥੋਂ ਪਲੈਨ ਨਹੀਂ ਕਰਕੇ ਆਉਂਦੇ, ਆਂਦਾ ਮੈਨੂੰ ਮੈਂ ਇੱਕ ਬੰਦੇ ਨੂੰ ਜਾਣਦਾ ਜਿਹੜਾ ਉੱਥੋਂ ਏਅਰਪੋਰਟ 'ਤੇ ਆ ਗਿਆ, ਏਅਰਪੋਰਟ 'ਤੇ ਉਹਨੇ ਜਿਵੇਂ ਇੰਸਟਾਗ੍ਰਾਮ ਤੋਂ ਆਪਣਾ ਰੀਜਨ ਚੇਂਜ ਕੀਤਾ ਅਤੇ ਉੱਥੇ ਇੰਸਟਾਗ੍ਰਾਮਾਂ 'ਤੇ ਮੈਸੇਜ ਕਰਨ ਡਿਆ ਲੋਕਾਂ ਨੂੰ ਕਿ ਬਈ ਮੈਂ ਇੱਥੇ ਆਇਆ, ਮੈਨੂੰ ਪਤਾ ਨਹੀਂ ਕੀ ਕਰਨਾ, ਮੈਨੂੰ ਕੋਈ ਪਿੱਕ ਕਰ ਲਓ। ਉਹ ਇੰਨਾ ਨਹੀਂ ਆਂਦਾ ਤੁਸੀਂ ਜ਼ਿੰਦਗੀ ਪਲੈਨ ਕਰਨ ਦੀ ਗੱਲ ਕਰਦੇ, ਉਹਨੇ ਇਹ ਨਹੀਂ ਪਲੈਨ ਕੀਤਾ ਮੈਂ ਰਾਤੀ ਸੌਣਾ ਕਿੱਥੇ ਆ। ਸੋ ਇਹ ਚੀਜ਼ਾਂ ਹੋ ਜਾਂਦੀਆਂ ਨੇ, ਇੱਕ ਹੁੰਦਾ ਕਿ ਪਲੈਨ ਕਰਕੇ ਆਓ, ਦੂਜੀ ਚੀਜ਼ ਇਹ ਵੀ ਆ ਜਾਂਦੀ ਆ ਹੁਣ ਜਿਵੇਂ ਮੰਨ ਲਓ ਕਿ ਤੁਸੀਂ ਇੱਥੇ ਆ ਗਏ, ਅਸੀਂ ਇੱਥੇ ਆ ਗਏ, ਲੋਕ ਸਾਨੂੰ ਪੁੱਛ ਲੈਂਦੇ ਨੇ ਕਿ ਬਈ ਆਉਣਾ ਕਿੱਦਾਂ ਆ, ਠੀਕ ਆ, ਕਿੱਦਾਂ ਆਈਏ, ਕਿੱਦਾਂ ਅਸੀਂ ਆ ਸਕਦੇ ਹਾਂ। ਫਿਰ ਜਦੋਂ ਅਸੀਂ ਇਹਨਾਂ ਨੂੰ ਗਰਾਊਂਡ ਰਿਐਲਿਟੀ ਦੱਸੀ ਦੀ ਆ ਕਿ ਬਈ ਇੱਥੇ ਹਰੇਕ ਚੀਜ਼ ਵਧੀਆ ਨਹੀਂ ਹੈਗੀ, ਹਰੇਕ ਚੀਜ਼ ਦੇ ਪ੍ਰੋ ਕੌਨਸ ਨੇ, ਠੀਕ ਹੈ, ਇੱਥੋਂ ਦੇ ਕੌਨਸ ਵੀ ਹੈਗੇ ਨੇ, ਹੈਗੇ ਨੇ, ਠੀਕ ਹੈ, ਜੇ ਤੁਸੀਂ ਉਹਨਾਂ ਨੂੰ ਬੇਅਰ ਨਹੀਂ ਕਰ ਸਕਦੇ ਦੈਨ ਦਿਸ ਇਜ਼ ਨੋਟ ਫੋਰ ਯੂ, ਠੀਕ ਹੈ। ਹੁਣ ਸਾਡੇ ਰਿਸ਼ਤੇਦਾਰ ਹੀ ਆਏ ਸੀ, ਉਹਨਾਂ ਨੂੰ ਪੱਥਰੀ ਸੀਗੀ, ਠੀਕ ਹੈ, ਹੁਣ ਉਹਨਾਂ ਨੂੰ ਆਦੀ ਹੈਗੀ ਹੈ, ਜਦੋਂ ਕੋਈ ਪੀੜ ਉੱਠੀ, ਗੱਡੀ ਚੱਕੀ ਡਾਕਟਰ ਕੋਲ, ਡਾਕਟਰ ਗਿਆ, ਡਾਕਟਰ ਨੇ ਲਾਇਆ ਟੀਕਾ, ਘਰੇ 5 ਮਿੰਟਾਂ ਨੂੰ ਠੀਕ ਕਰਕੇ ਭੇਜਤਾ ਪੇਨ, ਹੈ ਨਾ, ਉਹ ਇੱਥੇ ਗਏ ਬ੍ਰੈਂਪਟਨ ਸਿਵਿਕ ਹੋਸਪਿਟਲ, ਉਹ ਜਦੋਂ 6 ਘੰਟੇ ਇੱਦਾਂ ਕੁਰਸੀ 'ਤੇ ਪੱਖੀ ਨੂੰ ਹੱਥ ਫੜ ਕੇ ਬੰਨਾ ਪਿਆ, ਉਹਦੇ ਕਰਾਓ ਸਾਡੀ ਟਿਕਟ ਵਾਪਸੀ ਦੀ, ਸਾਨੂੰ ਤਾਂ ਨਹੀਂ ਸੁਧਰੇ ਕੰਮ। ਹੁਣ ਉਹੀ ਚੀਜ਼ ਜਿਹੜਾ ਕੈਨੇਡਾ ਇਹ, ਮੈਂ ਕਿਹਾ ਇੱਥੋਂ ਦੇ ਆਪਣੇ ਰੂਲਸ, ਇੱਥੋਂ ਦੇ ਇਹ ਚੀਜ਼ਾਂ ਸਹੂਲਤਾਂ ਲੱਗ ਰਹੀਆਂ, ਸਾਰਾ ਕੁਝ ਲੱਗ ਰਿਹਾ, ਉਹੀ ਚੀਜ਼ਾਂ ਇੱਥੇ। ਹੁਣ ਆਪਾਂ ਜਦੋਂ ਆਪਣਾ ਸ਼ੁਰੂ ਕੀਤਾ ਸੀ ਨਾ, ਅਤੇ ਅਸੀਂ ਹੁਣ ਲੋਕ ਸਾਨੂੰ ਪੁੱਛ ਲੈਂਦੇ ਕਿੱਦਾਂ ਕਰ ਲਿਆ ਤੁਸੀਂ, ਇੱਦਾਂ ਸਵਾਲ ਕਰਨਾ ਚਾਹੁੰਦੇ, ਇੱਕ ਤਾਂ ਪਹਿਲਾਂ ਤਾਂ ਆਪਣੇ ਪੰਜਾਬੀ ਕਰਦੇ ਸੀ, ਪੰਜਾਬੀ ਤੁਹਾਨੂੰ ਪਤਾ ਲੱਤਾਂ ਖਿੱਚਣੋਂ ਨਹੀਂ ਹਟਦੇ, ਹੈ ਨਾ, ਇਹ ਜੀ ਆ ਡਰੱਗ ਮਣੀ ਆ ਜੀ, ਆਹ ਮਣੀ ਆ, ਉਹ ਮਣੀ ਆ, ਉਹ ਪਹਿਲਾਂ ਤਾਂ ਮਾਮਾ ਵੇਖ ਲਓ ਅੰਮ੍ਰਿਤ ਛਕਿਆ ਅਗਲੇ ਨੇ, ਅਤੇ ਯਾਰ ਤੁਸੀਂ ਕਿਹੜੀ ਗੱਲਾਂ ਕਰਨ ਦੇ ਯਾਰ, ਰੋਜ਼ ਹੀ ਗਲਤ ਸੋਚਣੀ, ਸਿੱਧਾ ਆ ਕੇ ਮੱਥੇ 'ਤੇ ਵੱਜੋ, ਫਿਰ ਇਹਨੇ ਮਾਝੇ ਵਾਲੇ ਭਾਊ ਦੱਸ ਦਾਂਗੇ ਤੁਹਾਨੂੰ ਕਿਹੜਾ ਮਣੀ ਹੈ ਯਾਰ। ਹਰ ਚੀਜ਼ ਇਹਦਾ ਨਾ ਇੱਕ ਇਹਨਾਂ ਨੇ ਅੱਤ ਘਰਾਤੀ ਹੋਈ ਆ ਹੁਣ, ਕਿਵੇਂ ਨਾ, ਅੱਛਾ ਫਿਰ ਇਹ ਔਨਲਾਈਨ ਹੇਟ ਆ ਸਾਰੀ, ਸਾਹਮਣੇ ਆ ਕੇ ਕਿਸੇ ਦੇ ਉਹ ਨਹੀਂ ਹੈਗਾ, ਪਾਣੀ ਨਹੀਂ ਹੈਗਾ ਕਿ ਕਹਿ ਦੇਣ, ਫਿਰ ਕਹਿ ਦਿੰਦੇ ਇੱਦਾਂ ਕਿੱਦਾਂ ਕਰ ਲਿਆ, ਸੇਵਿੰਗਸ ਕੀਤੀਆਂ ਆ ਜਦੋਂ ਦੇ ਆਏ ਆ ਨਾ ਆਪਾਂ ਭਾਅ ਜੀ, ਨਾ ਕੋਈ ਗੱਡੀ ਲਈ ਵੱਡੀ, ਠੀਕ ਹੈ ਜੀ। ਅੱਛਾ ਤੁਹਾਨੂੰ ਇੱਕ ਚੀਜ਼ ਦੱਸਾਂ, ਫਨੀ ਫੈਕਟ, 2016 ਦੇ ਆਏ ਆ, 2 ਜੇਮਾਂ ਸਾਡੇ, ਠੀਕ ਹੈ ਜੀ, ਮੈਂ 31 ਦਾ ਹੋ ਗਿਆ, 29 ਦਾ ਆ, ਇਹਨੇ ਹਜੇ ਤੱਕ ਗੱਡੀ ਨਹੀਂ ਲਈ, ਅਸੀਂ ਇੱਕੋ ਗੱਡੀ ਚਲਾਉਂਦੇ ਹਾਂ ਆਪਣੀ, ਕਿਉਂਕਿ ਸਾਨੂੰ ਲੋੜ ਹੀ ਨਹੀਂ, ਇਕੱਠੇ ਰਹਿੰਦੇ। ਹੁਣ ਤੁਹਾਨੂੰ ਵੀ ਪਤਾ ਆ, ਬੰਦੇ 2 ਰਹਿੰਦੇ ਹੁੰਦੇ ਘਰਾਂ 'ਚ, ਗੱਡੀਆਂ 5 ਲੱਗੀਆਂ ਹੁੰਦੀਆਂ, ਅਸੀਂ ਫਾਲਤੂ ਪੈਸੇ ਵੇਸਟ ਨਹੀਂ ਕੀਤੇ, ਅਸੀਂ ਤੁਹਾਡੇ ਵਾਂਗੂ ਮਹਿੰਗੇ ਬ੍ਰਾਂਡ ਨਹੀਂ ਪਾਉਂਦੇ, ਸਾਨੂੰ ਜਿਹੜੀ ਚੀਜ਼ ਵਧੀਆ ਲੱਗਦੀ ਅਸੀਂ ਪਾਈ, ਰਾਈਟ, ਅਸੀਂ ਪੈਸੇ ਜੋੜ ਜੋੜ ਕੇ ਅਸੀਂ ਪਹਿਲਾਂ ਜਿੰਮ ਖੋਲਿਆ ਸੀ, ਅਸੀਂ ਤਾਂ ਉਹ ਤਾਂ ਫਸਟ ਐਂਡ ਲਾਸਟ ਵੀ ਕਿਸੇ ਤੋਂ ਫੜ ਕੇ ਦਿੱਤਾ ਸੀ, ਭਾਅ ਜੀ ਸਾਡੇ ਚੀਮਾ ਭਾਅ ਜੀ, ਉਹਨੂੰ ਤਾਂ ਪੈਸੇ ਫੜ ਕੇ ਦਿੱਤੇ ਸੀ, ਫਿਰ ਅਸੀਂ ਮਿਹਨਤਾਂ ਕਰਕੇ ਸਾਰੀ ਸਾਰੀ ਰਾਤ ਕੰਮ ਕਰਕੇ ਉਹ ਜਿੰਮ ਚਲਾਇਆ, ਛੋਟਾ ਪਹਿਲਾਂ, ਬਹੁਤ ਛੋਟਾ ਜਿੰਮ ਸੀ, 1 ਕਮਰੇ ਜਿਹੜਾ ਜਿੰਮ ਸੀ, ਅਤੇ ਇਹਦਾ 1 ਬੰਦਾ ਟ੍ਰੇਨ ਕਰਨਾ ਬਸ, ਠੀਕ ਹੈ ਜੀ। ਫਿਰ ਹੌਲੀ 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 ਫਿਰ ਵੱਡਾ ਕੀਤਾ, ਠੀਕ ਹੈ ਜੀ, ਅੱਜ ਬਾਬੇ ਦੀ ਕਿਰਪਾ ਸਾਡੇ ਕੋਲ 25 ਟ੍ਰੇਨਰ ਹੈਗੇ ਆ। ਸੋ ਇਹ ਚੀਜ਼ਾਂ ਭਾਅ ਜੀ, ਹੁਣ ਸਟਾਫ ਮੈਂਬਰ ਮਿਲਾ ਕੇ ਸਾਡੇ ਕੋਲ 40-50 ਮੈਂਬਰ ਹੈਗੇ ਆ, ਸਟਾਫ ਹੀ, ਰਾਈਟ। ਸੋ ਇਹ ਚੀਜ਼ਾਂ ਭਾਅ ਜੀ ਹੌਲੀ 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 2000 ਆਪਾਂ 21 ਤੋਂ ਸਟਾਰਟ ਕਰਦੇ 24 ਆ ਗਿਆ, 4 ਸਾਲ ਦੀ ਮਿਹਨਤ ਆਏ, ਪੈਸੇ ਜੋੜੇ, ਫਿਰ ਕਨੈਕਸ਼ਨਸ ਬਣਾਏ, ਮੇਨ ਥਿੰਗ ਇਜ਼ ਕਨੈਕਸ਼ਨਸ, ਫਿਰ ਤੁਹਾਨੂੰ ਜਿਹੜੇ ਪੈਸੇ ਬੰਦਾ ਇੱਦਾਂ ਨਹੀਂ ਕੋਈ ਦੇ ਦਿੰਦਾ, ਰਾਈਟ, ਤੁਸੀਂ ਉਹਨਾਂ ਨੂੰ ਪਹਿਲਾਂ ਇੱਕ ਪਰੂਫ ਕਰ ਦਿਓ ਚੀਜ਼ ਕਿ ਬਈ ਸਾਡਾ ਪ੍ਰੋਜੈਕਟ ਆ, ਰਾਈਟ, ਫਿਰ ਉਹ ਤੁਹਾਨੂੰ ਤੁਹਾਡੇ ਉੱਤੇ ਟਰੱਸਟ ਕਰਦੇ ਆ, ਫਿਰ ਤੁਸੀਂ ਲੋਕਾਂ ਕੋਲ ਲੋਨ ਲੈਂਦੇ ਹੋ ਜਾਂ ਬੈਂਕ ਕੋਲ ਵੀ ਜਾਂਦੇ ਹੋ, ਬੈਂਕ ਵੀ 4 ਚੀਜ਼ਾਂ ਵੇਖਦਾ ਕਿ ਇਹ ਕੀ ਖੋਲ੍ਹਣ ਲੱਗਾ। ਹੁਣ ਲੋਕਾਂ ਨੂੰ ਇਹਦਾ ਕਿ ਬੈਂਕ ਤੋਂ ਚੱਕੇ ਆ, ਬੈਂਕ ਵੀ 100% ਥੋੜ੍ਹੀ ਦਿੰਦਾ,
ਜਿਵੇਂ ਸਾਡਾ ਵੱਡਾ ਪ੍ਰੋਜੈਕਟ ਕਿੰਨਾ ਹੈ ਰਾਈਟ, ਹੁਣ ਜੇ ਤੁਹਾਨੂੰ ਸਮਝੋ ਤੁਸੀਂ 2 million ਦਾ ਲੋਨ ਵੀ ਮਿਲਦਾ, ਕੁਛ ਵੀ ਮਿਲਦਾ ਰਾਈਟ, ਉਹ ਤੇ ਇੰਟਰਸਟ ਦੇਖੋ ਬੰਦਾ ਕਿੰਨਾ ਪੇ ਕਰਦਾ, ਉਹੀ ਚੀਜ਼ ਆ ਰਾਈਟ। ਹੁਣ ਉਹੀ ਨਾ ਜਿਵੇਂ ਹੁਣ ਜਿੱਦਾਂ ਗੱਲ ਕੀਤੀ ਕਿ ਇੰਨੇ ਚਿਰ ਤੋਂ ਕੰਮ ਕਰਨ ਡਿਆ, ਠੀਕ ਹੈ, ਹੁਣ ਸਾਡਾ ਪਹਿਲੀ ਲੋਕੇਸ਼ਨ 21 3 years ਹੋ ਗਏ ਉਹਨੂੰ, ਹੈ ਨਾ, ਅਤੇ ਦੂਜੀ ਜਿਵੇਂ ਪਿਛਲੇ ਨਵੰਬਰ 'ਚ ਖੋਲ੍ਹੀ ਆ, ਲੋਕਾਂ ਨੂੰ ਬਸ ਉਹ ਨਵੰਬਰ ਦਾ ਉਹ ਦਿਨ ਦਿਖਿਆ ਜਿਹਦੇ ਵਿੱਚ ਚਾਬੀ ਐਂ ਘੁਮਾਈ ਸੀ ਚਾਬੀ, ਉਹਨਾਂ ਨੂੰ ਇਹ ਨਹੀਂ ਦਿਖਿਆ ਕਿ ਆਉਂਦੇ ਤੋਂ 1 year ਪਹਿਲੋਂ ਲੀਜ਼ ਕਰੀ, ਠੀਕ ਹੈ, ਉਹ ਕੰਸਟਰਕਸ਼ਨ 'ਤੇ ਸਾਡਾ ਜੋ ਪਿੱਟ ਸਿਆਪੇ ਪਏ, ਠੀਕ ਆ, ਪਰਮਿਟ ਨੂੰ ਲੈ ਕੇ ਜੋ ਪੰਗੇ ਪੈਂਦੇ ਰਹੇ, ਕੰਸਟਰਕਸ਼ਨ ਨੂੰ ਲੈ ਕੇ ਜੋ ਪੰਗੇ ਪੈਂਦੇ ਰਹੇ, ਉਹ ਨਾ ਤਾਂ ਸਾਨੂੰ ਕਿਸੇ ਨੂੰ ਐਕਸਪਲੇਨ ਕਰਨ ਦੀ ਲੋੜ ਆ, ਠੀਕ ਹੈ, ਨਾ ਤਾਂ ਕਿਸੇ ਨੂੰ ਉਹਦੇ ਨਾਲ ਮਤਲਬ ਹੋਣਾ ਚਾਹੀਦਾ, ਠੀਕ ਹੈ। ਸੋ ਕਿ ਕੋਈ ਵੀ ਬਿਜ਼ਨਸ ਖੋਲ੍ਹਦਾ ਆ, ਠੀਕ ਹੈ, ਯੂ ਤੁਸੀਂ ਜਾਓ ਉੱਥੇ, ਜੇ ਤੁਹਾਨੂੰ ਉਹਨੇ ਇੰਟਰੀਗ ਕੀਤਾ ਕਿਸੇ ਵੀ ਤਰੀਕੇ ਨਾਲ, ਹਾਂਜੀ, ਤੁਹਾਡੀ ਕਿਉਰਿਓਸਿਟੀ ਜਗਾਈ ਆ, ਤੁਹਾਡੀ ਕੋਈ ਸਰਵਿਸ ਪ੍ਰੋਵਾਈ, ਤੁਹਾਡੀ ਜਿਹੜੀ ਨੀਡ ਆ ਉਹਨੂੰ ਸਰਵਿਸ ਪੂਰੀ ਕਰਦਾ ਆ, ਉੱਥੇ ਜਾਓ, ਠੀਕ ਹੈ, ਵੇਖੋ ਕੀ ਸਰਵਿਸ ਪ੍ਰੋਵਾਈਡ ਕਰਦਾ, ਕੀ ਚਾਰਜ ਕਰਦਾ, ਕੀ ਨਹੀਂ ਕਰਦਾ। ਇਫ ਯੂ ਆਰ ਸੈਟਿਸਫਾਈਡ ਵਿਦ ਦਾ ਸਰਵਿਸ, ਇਫ ਯੂ ਕੈਨ ਅਫੋਰਡ ਦਾ ਸਰਵਿਸ, ਸੇ ਯੈਸ, ਅਦਰਵਾਈਜ਼ ਸੇ ਨੋ, ਥੈਂਕ ਯੂ ਫੋਰ ਦਾ ਟੂਰ, ਥੈਂਕ ਯੂ ਫੋਰ ਦਾ ਸਰਵਿਸ, ਬਟ ਆਈ ਐਮ ਲੁਕਿੰਗ ਫੋਰ ਸਮਥਿੰਗ ਐਲਸ, ਰਾਈਟ। ਇਹ ਕਹਿ ਕੇ ਵਾਪਸ ਆ ਜਾਓ, ਅਗਲੇ ਨੇ ਧੱਕੇ ਨਾਲ ਥੋੜ੍ਹਾ ਬਟੂਆ ਖੋਲ੍ਹਣਾ ਤੁਹਾਡਾ। ਭਾਜੀ ਤੁਸੀਂ ਦੱਸੋ, ਮੈਂ ਇੱਕ ਤਾਂ ਮੈਂ ਜਿਵੇਂ ਤੁਸੀਂ ਹੇਟ ਦੀ ਗੱਲ ਕਰਾਈਏ, ਚਲੋ ਜਿਹੜੇ ਆਏ ਨਹੀਂ ਜਿਮ ਉਹ ਤਾਂ ਵੱਖਰੀ ਗੱਲ ਹੋ ਗਈ, ਚਲੋ ਉਹ ਡਿਫਰੈਂਟ ਆ ਸਟੋਰੀ। ਸਾਨੂੰ ਹੇਟ ਪਤਾ ਕਿੱਦਾਂ ਦੀ ਮਿਲ ਰਹੀ ਆ, ਸਾਨੂੰ ਸ਼ਰਮ ਆ ਰਹੀ ਹੈ ਭਾਜੀ ਉਸ ਚੀਜ਼ ਦੱਸਣ ਦੇ। ਆਪਣੇ ਇਹ ਜਿਹੜੇ ਆਪਣੇ ਕਈ ਬੰਦੇ ਹੈਗੇ ਨਾ ਪੰਜਾਬੀ, ਇਹ ਜਿਹੜੇ IFBB ਪ੍ਰੋਜ ਜਾਂ ਜਿਹੜੇ ਬੰਦੇ ਆਉਂਦੇ ਪਏ ਨਾ, ਜਿਹਨਾਂ ਦੇ 4 ਫੋਲੋਅਰ ਹੈਗੇ ਆ, ਹਾਂਜੀ, ਇਹ ਜੇ ਮੰਨ ਲਓ ਕਿ ਸਾਡੇ ਜਿਮ ਆ ਗਿਆ, ਉਹਨੇ ਫੋਟੋ ਪਾ ਦਿੱਤੀ ਆਪਣੇ ਵੱਲੋਂ ਕਿ ਇੱਦਾਂ ਅਮੇਜ਼ਿੰਗ ਜਿਮ, ਇਹ ਉਹਨਾਂ ਦੀ ਪ੍ਰੋਫਾਈਲ 'ਤੇ ਜਾ ਕੇ ਕਮੈਂਟ ਸੈਕਸ਼ਨ 'ਚ ਲਿਖ ਰਹੇ ਆ, ਹਾਊ ਮੱਚ ਯੂ ਗੋਟ ਪੇਡ ਟੂ ਗੋ ਦੇਅਰ, ਸ਼ੇਮ ਔਨ ਯੂ, ਉਹਨਾਂ ਨੂੰ ਕਹਿ ਰਹੇ ਸ਼ੇਮ ਔਨ ਯੂ, ਲਾਈਕ ਆਹ ਭਾਜੀ ਕੋਈ ਕਰਤੂਤ ਆ, ਲਾਈਕ ਤੁਸੀਂ ਸਾਨੂੰ ਜੋ ਮਰਜ਼ੀ ਕਹਿ ਲਓ, ਉਹ ਗੋਰੇ ਨੂੰ ਕੀ ਮਤਲਬ ਆ ਭਾਜੀ। ਇੱਕ ਗੋਰੀ ਆਈ ਆ, ਸ਼ੀ ਉਹ ਵਰਲਡ ਰੈਕਡ ਬਣਾਉਣ ਲੱਗੀ ਆ ਡੈਡ ਲਿਫਟ ਦਾ, ਵਰਲਡ ਰੈਕਡ, ਅਲਿਜ਼ਾਬੈਥ ਨੇਮ ਉਹਦਾ, ਉਹ ਕਪਲ ਆ, ਉਹ ਸਾਡੀ ਇੰਨੀ ਰਿਸਪੈਕਟ ਕਰਦੇ ਨਾ ਭਾਜੀ, ਜਦੋਂ ਗੋਰਾ ਜਿਮ ਆਇਆ ਰੋ ਪਿਆ, ਉਹ ਆਰਟ ਵਰਕ ਦੇਖ ਕੇ ਜਦੋਂ ਮੈਨੂੰ ਐਕਸਪਲੇਨ ਕੀਤਾ ਕੀ ਚੀਜ਼ ਹੈ, ਲਿਟਰਲੀ ਰੋ ਪਿਆ, ਉਹ ਕਹਿੰਦਾ ਦਿਸ ਇਜ਼ ਦਾ ਬੈਸਟ ਐਵਰ ਥਿੰਗ ਆਈ ਹੈਵ ਸੀਨ ਇਨ ਮਾਈ ਲਾਈਫ। ਉਹ ਬੰਦੇ ਨੇ ਜਦੋਂ ਪੋਸਟ ਪਾਈ, ਉਹਨਾਂ ਨੇ ਆਪੇ ਪਾਈ, ਸਾਨੂੰ ਪਤਾ ਵੀ ਨਹੀਂ, ਟੈਗ ਵੀ ਨਹੀਂ ਕੀਤਾ, ਹਾਂਜੀ, ਉਹਦੇ ਥੱਲੇ ਜਾ ਕੇ ਕਮੈਂਟ ਕਰਕੇ ਆਏ ਕਿ ਹਾਊ ਮੱਚ ਯੂ ਗੋਟ ਪੇਡ ਐਂਡ ਐਵਰੀਥਿੰਗ, ਅਤੇ ਤਾਂ ਤੂੰ ਪੇਡ ਪ੍ਰਮੋਸ਼ਨਾਂ ਕਰਦੀ ਆ ਇਹ ਵਾਰ, ਉਹਨੂੰ ਫਰਕ ਨਹੀਂ ਪੈਂਦਾ ਕੁੜੀ ਨੂੰ, ਬਟ ਉਹਨੇ ਸਾਨੂੰ ਪਤਾ ਕੀ ਕਿਹਾ, ਯਾਰ ਆਹ ਤੁਹਾਡੀ ਕਮਿਊਨਿਟੀ ਆ, ਸ਼ਰਮ ਵਾਲੀ ਗੱਲ ਆ ਯਾਰ, ਤੁਸੀਂ ਉਹਨਾਂ ਨੂੰ ਤਾਂ ਬਖਸ਼ ਦਿਓ। ਉਹੀ ਤਾਂ ਪ੍ਰੋਬਲਮ ਹੈ ਨਾ ਸਾਡੇ, ਹੁਣ ਜਦੋਂ ਅਸੀਂ ਪੋਡਕਾਸਟ ਵੱਲੋਂ ਗੱਲ ਕਰਦੇ ਸੀ, ਜਿੱਦਾਂ ਹੁਣ ਮੈਂ ਰੋਣੋ ਤੋਂ ਵੀ ਪੁੱਛਿਆ ਨਾ, ਮੈਂ ਸੋਚਿਆ ਚਲੋ ਆਪਣੇ ਲੋਕ ਜਿਮ ਬਣਾਇਆ, ਹਾਂਜੀ, ਤਾਂ ਮੈਂ ਸੋਚਿਆ ਸੀ ਲਾਈਕ ਉਹ ਉਸ ਲਈ ਉਹਦੇ ਸੋਚਣ ਲੱਭਦੇ ਹਾਂ, ਚਲੋ ਆਪਣੇ ਜ਼ਿਆਦੇ ਆਓ ਉਸ ਜਿਮ 'ਤੇ, ਜਦੋਂ ਤੁਸੀਂ ਉਹ ਕਹਿੰਦੇ ਸੀ ਆਪਣੇ ਜ਼ਿਆਦਾ ਸਪੋਰਟ ਨਹੀਂ ਹੈਗੀ, ਜ਼ਿਆਦਾ ਗੋਰੇ ਹੋ ਗਏ ਆ, ਦੂਜੇ ਕਲਚਰ ਦੇ ਹੈਗੇ ਆ, ਅਤੇ ਉਹੀ ਤਾਂ ਪ੍ਰੋਬਲਮ ਹੈ ਨਾ, ਕਾਫ਼ੀ ਇੰਟਰਸਟਿੰਗ, ਜਦੋਂ ਤੁਸੀਂ ਆਪਦਾ ਬਣਾਉਂਦੇ ਕੁਛ ਅਤੇ ਫਿਰ ਉਹਨੇ ਫਿਰ ਇੰਸਟਲੀ ਤੁਸੀਂ ਸੋਚਦੇ ਆ ਹਾਂ ਸਾਡੇ ਆਪਣੇ ਲੋਕ ਸਪੋਰਟ ਕਰੋ, ਉਹ ਕੰਪਲੀਟ ਆਪੋਜ਼ਿਟ ਹੈ ਬਿਲਕੁਲ। ਐਂਡ ਇੱਕ ਚੀਜ਼ ਨਾ, ਮੈਂ ਚੈਲੰਜ ਪਾਤੀ ਸੀ ਜਦੋਂ ਜ਼ਿਆਦਾ ਹੋ ਗਿਆ ਸੀ ਨਾ, ਮੈਂ ਲਾਈਵ ਹੋਇਆ ਸੀ ਕਰੀ, ਸੋ ਉਹ ਟੂ ਮੱਚ ਐਕਸਪੈਂਸਿਵ ਦਿਸ ਜਿਮ ਸਮੈਲਸ, ਮੈਂ ਕਿਹਾ ਪਹਿਲੀ ਗੱਲ ਤਾਂ ਸਾਡਾ ਜਿਮ ਨਾ ਸਭ ਤੋਂ ਜ਼ਿਆਦਾ ਸਾਫ਼ ਸੁਥਰਾ ਜਿਮ ਆ, ਇੱਥੋਂ ਸਾਫ਼ ਸੁਥਰਾ ਜਿਮ ਵਿਖਾ ਦਿਓ ਕੋਈ ਵੀ ਮੈਨੂੰ, ਠੀਕ ਆ, ਮੈਂ ਪਤਾ ਹੀ ਗਿਆ ਤਾ, ਮੈਂ ਕਿਹਾ ਜਿਹੜਾ ਜਿਮ ਸਾਡੇ ਜਿਮ 'ਚ ਇਕੁਇਪਮੈਂਟ ਆ, ਠੀਕ ਆ, ਜਿਹੜੇ ਜਿਮ 'ਚ ਸਾਡੇ ਵਾਈਬ ਆ, ਅਤੇ ਜਿੱਦਾਂ ਦਾ ਜਿਮ 'ਚ ਸਾਡੀ ਸਰਵਿਸ ਆ, ਅਤੇ ਜਿੰਨੀ ਕਲੀਨਨੈਸ ਆ, ਅਸੀਂ ਐਵਰੀ 2 hours ਵਾਸ਼ਰੂਮ ਕਲੀਨ ਕਰਦੇ ਹਾਂ, ਕੋਈ ਜਿਮ ਨਹੀਂ ਕਰਦਾ, ਇਹ ਪੱਕਾ ਬੰਦਾ ਰੱਖਿਆ ਆ, ਜੇ ਤੁਹਾਨੂੰ ਆਹ ਸਰਵਿਸਿਸ ਪੂਰੀਆਂ ਮਿਲਾ ਕੇ
ਕਿਸੇ ਜਿਮ 'ਚ ਮਿਲ ਗਈਆਂ ਜੀ ਟੀ ਏ ਦੇ ਵਿੱਚ, ਜੀ ਟੀ ਏ 'ਚ ਕਹਿ ਰਿਹਾ ਮੈਂ, ਆਈ ਵਿਲ ਗਿਵ ਯੂ ਫ੍ਰੀ ਮੈਂਬਰਸ਼ਿਪ ਫੋਰ 1 ਈਅਰ। ਦੈਟਸ ਅ ਚੈਲੰਜ ਫॉर एवरीबॉडी। ਅਸ਼ਾ ਚੈਲੰਜ, ਸਾਰੇ ਚੈਲੰਜ ਹੈ। ਯਾ, ਇਟਸ ਅ ਓਪਨ ਚੈਲੰਜ, ਓਪਨ ਚੈਲੰਜ। ਜੇ ਤੁਹਾਨੂੰ 200 ਪਾਉਂਡ ਦੇ ਡੰਬਲ ਮਿਲ ਗਏ ਕਿਤੇ, ਜਿਹੜਾ ਇਕਵਿਪਮੈਂਟ ਸਾਡੇ ਕੋਲ ਕਸਟਮ ਹੈਗਾ ਆ, ਜੇ ਪੋਜ਼ਿੰਗ ਰੂਮ, ਸੌਨਾ, ਸਟੀਮ ਸ਼ਾਵਰ ਸੈਪਰੇਟ ਫਰ ਮੈਨ ਵਿਮੈਨ, ਸਾਡੇ ਕੋਲ ਗਰੁੱਪ ਫਿਟਨੈਸ ਸਟੂਡੀਓ, ਪਾਵਰ ਲਿਫਟਿੰਗ ਏਰੀਆ ਵਿਦ 4 ਕੋਂਬੋ ਰੈਕਸ ਐਂਡ ਅ ਮੋਨੋ ਲਿਫਟ, ਜਿਹੜੀ ਸਿਰਫ ਕੈਨੇਡਾ ਸਿਰਫ 4-5 ਆ, ਮੋਨੋ ਲਿਫਟ ਰੱਖੀ ਹੋਈ ਆਪਾਂ, ਠੀਕ ਆ। ਇੰਨਾ ਸਮਾਨ ਰੱਖਿਆ ਸੀ, ਪੋਡਕਾਸਟ ਰੂਮ ਉਹ ਬਣਾਇਆ ਸੀ ਉੱਥੇ, ਆਰ ਐਮ ਟੀ ਸਰਵਿਸਿਸ, ਫੀਜ਼ੀਓ, ਰਾਈਟ, ਆਪਾਂ ਕੋਲਡ ਪਲੰਜ ਲੈ ਕੇ ਆ ਰਹੇ ਹਾਂ, 24/7 ਸਟਾਫ ਦਾ, ਰਾਈਟ। ਉਹ ਤੋਂ ਬਾਅਦ ਸਾਡੇ ਕੋਲ ਸਮੂਦੀ ਬਾਰ ਵਿੱਚ ਆ, ਉਹ ਤੋਂ ਬਾਅਦ ਸਪਲੀਮੈਂਟ ਸਟੋਰ ਵਿੱਚ ਆ, ਲਾਈਕ ਆ ਸਾਰਾ ਕੁਝ ਇੰਨਾ ਪ੍ਰੋਵਾਈਡ ਕਰਕੇ, ਉਹ ਵੀ ਟੌਪ ਕੁਆਲਿਟੀ ਦਾ, ਕਿਸੇ ਜਿਮ 'ਚ ਦਿਖਾ ਦਿਓ, ਫ੍ਰੀ ਮੈਂਬਰਸ਼ਿਪ ਲਓ। ਬਸ ਲੋਕ ਸਮਝਦੇ ਨਹੀਂ ਹੈਗੇ ਨਾ, ਓਪਨ ਚੈਲੰਜ, ਕੁਆਲਿਟੀ ਵੀ ਇੱਕ ਚੀਜ਼ ਹੁੰਦੀ ਹੈ ਨਾ ਜਦੋਂ, ਚਲੋ ਠੀਕ ਹੈ ਉਹਨੇ ਨਹੀਂ ਹੈ ਕਿ, ਪਰ ਗੱਲ ਸਭ ਤੋਂ ਵੱਡੀ ਚੀਜ਼ ਹੈਗੀ ਜੇ ਲੋਕ ਕਹਿੰਦੇ ਜਿਹੜੀ ਮਹਿੰਗੀ ਆ, ਤੁਸੀਂ ਆਪਦਾ ਵੇਖੋ ਕਿੱਥੇ ਕੁ ਤੁਸੀਂ ਖਰਚਦੇ ਆ। ਤੁਸੀਂ ਆ ਬਕਵਾਸ, ਜਿਹੜਾ ਸਟਾਰਬਕਸ ਲੈਂਦੇ 7-8 ਡਾਲਰ ਹੈਗੇ, ਤੁਸੀਂ ਆਪ ਹੀ ਵੇਖੋ ਨਾ, ਜਿਹੜਾ ਸਟਾਰਬਕਸ ਇਹ ਟੈਂਪਰੀ ਹੈ ਤੁਹਾਡੀ, ਵੇਖੋ ਜਿਹੜੀ ਬਾਡੀ ਇਹਦਾ, ਕਿ ਲੋਕ ਸਾਡੀ ਕਮਿਊਨਿਟੀ ਵਿੱਚ ਹੁਣ ਚਲੋ ਠੀਕ ਆ 20-30 ਸਾਲ ਬਾਅਦ ਵਿੱਚ ਰੋਣ ਲੱਭਦੇ ਆ, ਮੇਰੀ ਬਾਡੀ ਨੂੰ ਕੀ ਹੋ ਗਿਆ, ਮੈਨੂੰ ਇਲਨੈਸ ਹੈਗੀ, ਸਿਕਨੈਸ ਹੈਗੀ। ਹੁਣ ਤੁਸੀਂ ਸਟਾਰਬਕਸ ਦੀ ਗੱਲ ਕੀਤੀ, ਲੋਕ ਸਟਾਰਬਕਸ ਤੇ ਜਾਂਦੇ ਆ, ਟਿਮ ਕਿਉਂ ਨਹੀਂ ਜਾਂਦੇ ਫਿਰ, ਟਿਮ ਸਸਤੀ ਕਾਫੀ ਆ। ਐਗਜ਼ੈਕਟਲੀ ਨਹੀਂ ਜੀ, ਉਹੀ ਗੱਲ ਆ ਜਿਵੇਂ ਹੁਣ ਇਹ ਕੇ ਰੈਫਰ ਕਰਦਾ ਆ, ਹੁਣ ਲੋਕ ਕੀ ਕਹਿੰਦੇ ਵੀ ਤੁਹਾਡੀ ਮੈਂਬਰਸ਼ਿਪ ਮਹਿੰਗੀ ਆ, ਪਰ ਉਹ ਆਪ ਨਹੀਂ ਸੋਚਦੇ, ਜੋ ਨਿੱਕੀ ਨਿੱਕੀ ਚੀਜ਼ਾਂ ਬਾਏ ਕਰਦੇ ਆ, ਫਾਲਤੂ ਚੀਜ਼ਾਂ ਬਾਏ ਕਰਦੇ ਆ, ਉਹਨਾਂ ਦਾ ਦੇਖਣਾ ਨਹੀਂ ਸਪੋਰਟ। ਜੇ ਹੁਣ ਸਾਡੇ ਵੀ ਜੀ ਆਏ ਆ, ਜਿਵੇਂ ਤੁਸੀਂ ਇੱਥੇ ਆਏ ਆ, ਵੀ ਸਾਡੀ ਚਲੋ ਮਿਹਨਤ ਕਰਕੇ ਅਸੀਂ ਹੋਪਫੁਲੀ ਵਧਾਂਗੇ ਅੱਗੇ, ਪਰ ਹੁਣ ਜਿਵੇਂ ਤੁਸੀਂ ਆ, ਕੋਈ ਵੀ ਸਾਡੀ ਕਮਿਊਨਿਟੀ, ਸਾਨੂੰ ਇਹ ਆ ਵੀ ਕੋਈ ਵੀ ਆ ਬੰਦਾ ਕੋਈ ਚੰਗਾ ਕੰਮ ਕਰਦਾ, ਅਪਲਿਫਟ ਕਰੋ, ਬਿਲਕੁਲ ਜੀ, ਨੋ ਮੈਟਰ ਵਾ, ਕਿਉਂਕਿ ਜੀ ਇਹ ਆਪਣੀ ਚੀਜ਼ ਇੰਨੀ ਲੈਕ ਕਰਦੀ ਨਾ ਬਹੁਤ ਜ਼ਿਆਦਾ। ਹੁਣ ਅਸੀਂ ਵੀ ਦੇਖਿਆ ਕਮਿਊਨਿਟੀ 'ਚ, ਜਿਵੇਂ ਤੁਸੀਂ ਕਹਿੰਦੇ ਆ, ਹੁਣ ਓਬਵੀਅਸਲੀ ਜੇ ਮਹਿੰਗੀ ਆ, ਉਹਨਾਂ ਨੂੰ ਪਤਾ ਹੈ ਕਿੰਨੀ ਮਹਿੰਗੀ ਆ, ਉਹਨਾਂ ਦੀ ਸੋਚ ਪਹਿਲਾਂ ਕਿੱਥੇ ਜਾਂਦੀ ਆ, ਹੋਰ ਕੁਛ ਨਹੀਂ ਸੋਚਣਾ, ਇਹ ਨਹੀਂ ਸੋਚਣਾ ਬੰਦੇ ਨੇ ਮਿਹਨਤ ਕਿੰਨੀ ਕੀਤੀ ਆ, ਉਹਨਾਂ ਨੇ ਸੋਚਣਾ ਕਿ ਜਿਵੇਂ ਤੁਸੀਂ ਕਿਹਾ, ਪੈਸੇ ਕਿੱਥੋਂ ਆਏ, ਰੱਗ ਕੋਈ ਵੇਚੇ ਹੋਣੇ, ਕਿਸੇ ਨਾਲ ਮਿਲੇ ਹੋਣੇ, ਕੋਈ ਪੁੱਠੇ ਕੰਮ ਕਰਦੇ ਆ, ਕਰ ਕਿਵੇਂ ਲਿਆ। ਹਾਂਜੀ, ਤੁਸੀਂ ਬੰਦੇ ਨੂੰ ਜਾ ਕੇ ਪੁੱਛੋ ਵੀ ਜੀ ਤੁਸੀਂ ਬਹੁਤ ਵਧੀਆ ਕੀਤਾ, ਸਾਨੂੰ ਵੀ ਤੁਸੀਂ ਕਿਵੇਂ ਕੀਤਾ, ਬਿਲਕੁਲ ਕੀ ਹਰ ਜਾ ਬਈ, ਜੇ ਬੰਦਾ ਤੁਹਾਨੂੰ ਵੱਢ ਖਾਣ ਨੂੰ ਆਇਆ, ਤੁਸੀਂ ਵੱਢ ਖਾਣ ਚ ਲੱਗ ਗੱਲ ਆ, ਇੱਕ ਇੱਕ ਚੀਜ਼ ਪੁੱਛਿਆ ਵੀ ਨਹੀਂ ਤੁਹਾਨੂੰ, ਪੁੱਛੋ। ਸੋ ਮੰਨ ਲਓ ਅਸੀਂ ਜਿਮ ਖੋਲਿਆ, ਲੈਟਸ ਏ ਸਕਸੈਸ ਆ, ਹਿਊਜ ਆ, ਵਧੀਆ ਆ ਕੁਝ, ਤੁਸੀਂ ਆ ਕੇ ਪੁੱਛੋ ਭਾਅ ਜੀ ਇਹ ਫਰੈਂਚਾਈਜ਼ ਲੈਣੀ ਆ, ਸਹੀ ਗੱਲ ਆ, ਜਾਂ ਭਾਅ ਜੀ ਅਸੀਂ ਓਪਨ ਕਰਨਾ ਚਾਹੁੰਦੇ ਹਾਂ ਆਪਣਾ ਵੀ, ਸੋ ਸਾਨੂੰ ਗਾਈਡ ਕਰ ਦਿਓ, ਠੀਕ ਹੈ, ਅਸੀਂ ਉਹ ਸਰਵਿਸ ਫੀ ਚਾਰਜ ਕਰਾਂਗੇ, ਤੁਹਾਨੂੰ ਗਾਈਡ ਕਰ ਦਾਂਗੇ, ਜਾਂ ਤੁਹਾਨੂੰ ਫਰੈਂਚਾਈਜ਼ੀ ਓਪਨ ਕਰ, ਲਾਈਕ ਤੁਸੀਂ ਜੇ ਗਰੋ ਕਰਨਾ ਆ ਤੁਹਾਨੂੰ ਕੋਲੈਬੋਰੇਟ ਕਰਨਾ ਪੈਣਾ ਆ। ਇੱਕ ਆਪਣੇ ਬੰਦੇ ਇੰਨੇ ਕੁ ਜ਼ਿਆਦਾ ਬੇਵਕੂਫ ਆ ਨਾ, ਇਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਟੌਪ 'ਤੇ ਬੈਠੇ ਉਹ ਕੋਲੈਬੋਰੇਟ ਕਰਦੇ ਆ, ਨਾਇਕੀ ਨੇ ਜੋਰਡਨ ਨਾਲ ਕੀਤਾ, ਰਾਈਟ, ਇਹ ਚੀਜ਼ਾਂ ਕੋਲੈਬੋਰੇਟ ਕਰੋ, ਅਗਲੇ ਨਾਲ ਗੱਲ ਕਰੋ, ਬਾਤ ਕਰੋ, ਠੀਕ ਹੈ। ਅਸੀਂ ਅੱਜ ਜਿਮ ਬਿਜ਼ਨਸ 'ਚ ਆ ਨਾ, ਸਾਡੇ ਗੋਰੇ ਇੰਨੇ ਫਰੈਂਡਸ ਆ, ਘੱਟੋ ਘੱਟ ਸਾਡੇ 20 ਗੋਰੇ ਤੋਂ 25 ਗੋਰੇ ਫਰੈਂਡਸ ਆ ਜਿਨ੍ਹਾਂ ਦੇ ਆਪਣੇ ਜਿਮ ਆ, 20-25 ਗੋਰੇ ਕਹਿ ਰਿਹਾ ਮੈਂ, 10-15 ਨਹੀਂ, ਜਿਹੜੇ ਜਿਨ੍ਹਾਂ ਦੇ ਆਪਣੇ ਜਿਮਸ ਆ, ਉਹ ਬੰਦੇ ਕਿਸੇ ਤੋਂ ਹੇਟ ਨਹੀਂ ਕਰਦੇ, ਉਹ ਸਾਡੀ ਸਪੋਰਟ ਕਰਦੇ, ਅਸੀਂ ਉਹਨਾਂ 'ਤੇ ਜਾਂਦੇ ਹਾਂ, ਅਸੀਂ ਉਹਨਾਂ ਦੇ ਕੰਪਟੀਸ਼ਨ 'ਚ ਜਾਂਦੇ ਹਾਂ, ਉਹਨਾਂ ਦੇ ਜਿਮ 'ਚ ਜਾ ਕੇ ਪੋਸਟ ਪਾ ਕੇ ਆਉਂਦੇ ਹਾਂ, ਦਿਸ ਇਜ਼ ਅਮੇਜ਼ਿੰਗ, ਇੱਕਦਮ ਤਾਂ ਅਸੀਂ ਸੈਟਅਪ ਕਰਾ ਕੇ ਆਏ ਜਿਮ ਸਾਰਾ। ਆਪਣੇ 2 ਪੰਜਾਬੀ ਭਰਾ ਵੀ ਆ, ਉਹਨਾਂ ਨੇ ਵੀ ਸਾਡੇ ਕੋਲ ਸਲਾਹਾਂ ਲਈਆਂ ਸੀ ਕਿ ਜਿਮ ਓਪਨ ਕਰਨਾ, ਸਾਰੀ ਸਲਾਹ ਦਿੱਤੀ, 2 ਘੰਟੇ ਫੋਨ 'ਤੇ ਲਾ ਗਏ, ਉਹ ਬੰਦੇ ਨੇ ਚਲੋ ਪੋਸਟ ਪਾ ਕੇ ਵੀ ਨਹੀਂ ਦੱਸਿਆ, ਉਹਨੇ ਮੈਂਸ਼ਨ ਵੀ ਨਹੀਂ ਕੀਤਾ, ਮੈਨੂੰ ਫੋਲੋ ਵੀ ਨਹੀਂ ਕਰਦਾ, ਸਾਰਾ ਮੈਂ ਦਿਖਾਇਆ ਕਿ ਬਈ ਆਹ ਚੀਜ਼ ਇੱਥੋਂ 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 ਮਿਲਦੀ, ਇੱਦਾਂ ਪਰਮਿਟਸ ਮਿਲਦੇ, ਜਾ ਕੇ ਲੈ ਲਾ। ਉਹਦਾ ਮੈਸੇਜ ਵੀ ਆਇਆ ਮੈਨੂੰ ਕਿ ਭਾਈ ਥੈਂਕ ਯੂ ਤੁਹਾਡਾ ਗਾਈਡ ਕਰਨ ਲਈ, ਬਟ ਫੋਲੋ ਨਹੀਂ ਕਰਦਾ, ਨਾ ਉਹਨੇ ਕਦੀ ਸਟੋਰੀ ਪਾਈ, ਉਹ ਚਲੋ ਹੁਣ ਆ ਸਾਡੇ ਦਿਲ 'ਚ ਕੋਈ ਜ਼ੋਰ ਨਹੀਂ, ਹਾਂਜੀ, ਤੁਹਾਡੇ ਕੋਲ ਦਿਲ 'ਚ ਖੋਟ ਨਹੀਂ, ਇਹ ਮੇਨ ਗੱਲ ਆ। ਅਸੀਂ ਮਿਹਨਤ ਨਾਲ ਉੱਠੇ ਹਾਂ, ਤੁਸੀਂ ਵੀ ਉੱਠ ਜਾਓ, ਅਸੀਂ ਤਾਂ ਫਿਰ 0 ਤੋਂ ਉੱਠੇ ਹਾਂ, ਸਾਡੇ ਤਾਂ ਕਰਜ਼ੇ ਚੁੱਕ ਚੁੱਕ ਕੇ ਆਏ ਸੀ ਅਸੀਂ, ਤੁਹਾਡੇ ਕੋਲ ਤਾਂ ਮਿਲੀਅਨ ਮਿਲੀਅਨ ਡਾਲਰ ਪਏ ਅਕਾਊਂਟ 'ਚ, ਤੁਸੀਂ ਤਾਂ 1-1 ਮਿਲੀਅਨ ਡਾਲਰ ਦੀ ਤਾਂ ਗੱਡੀ ਲੈ ਲੈਂਦੇ ਜੇ, ਸਾਡੇ ਲਈ ਤਾਂ ਛੋਟੀਆਂ ਚੀਜ਼ਾਂ ਜਿਮ ਖੋਲ੍ਹਣੇ,
ਪਰ ਰੂਹ ਕਿੱਥੋਂ ਪਾਲੋਗੇ? ਰੂਹ ਤਾਂ ਪੈਣੀ ਹੈ ਜੀ ਤੁਹਾਡਾ ਦਿਲ ਸੱਚਾ ਹੋਊਗਾ। ਜੇ ਤੁਸੀਂ ਜਿੰਮ ਖੋਲਿਆ ਹੈ ਨਾ, ਉਹਨੂੰ ਫਿਰ ਚੰਗੀ ਮਾਤਰਾ ਚਲਾਓਗੇ ਫਿਰ ਚੱਲਣਾ, ਕਿਉਂਕਿ ਲੋਕੀ ਰੋਟੀ ਨੂੰ ਚੋਚੀ ਕੋਈ ਨਹੀਂ ਕਹਿੰਦਾ। ਸਭ ਨੂੰ ਪਤਾ ਵਾਈਬ ਕਿਹੜੀ ਹੁੰਦੀ ਜਿੰਮ 'ਚ, ਸਭ ਨੂੰ ਪਤਾ ਕੀ ਚੱਲਦਾ ਪਿਆ ਕੀ ਨਹੀਂ, ਇਹ ਜਿੰਮ ਕਿਹੜੇ ਮਕਸਦ ਨਾਲ ਖੁੱਲਿਆ, ਇਹ ਬਿਜ਼ਨਸ ਦੇ ਮਕਸਦ ਨਾਲ ਖੁੱਲਿਆ। ਸਾਡਾ ਜਿੰਮ ਸਾਡਾ ਬੇਬੀ ਆ, ਇਹ ਇਹ ਸਾਡੀ ਜ਼ਿੰਦਗੀ ਆ, ਇਹ ਇੰਨੇ ਸੀਰੀਅਸ ਆ। ਫਰੀ ਬਰਡ ਮੈਂ ਗਦਵਾਇਆ ਹੋਇਆ ਇੱਥੇ, ਰਾਈਟ, ਮੇਰੇ ਕੋਲ ਟੈਟੂ ਆ ਫਰੀ ਬਰਡ, ਆਹ ਸਾਡੀ ਟੈਗ ਲਾਈਨ ਆ, ਫਲਾਈ ਵਿਦ ਹਾਈ ਸਪਿਰਿਟਸ, ਚੜ੍ਹਦੀ ਕਲਾ ਦਾ ਇੰਗਲਿਸ਼ ਵਰਜ਼ਨ, ਠੀਕ ਆ। ਹੁਣ ਸੇਮ ਚੀਜ਼ਾਂ ਜਿਹੜੀ ਮੇਰੀ ਆਮ, ਇਹ ਕਿਉਂ ਆ, ਇਹ ਪਰਮਾਨੈਂਟ ਟੈਟੂ ਆ, ਮਤਲਬ ਕਿ ਫਰੀ ਬਰਡ ਪਰਮਾਨੈਂਟ ਆ, ਇਹ ਇੱਦਾਂ ਨਹੀਂ ਆ ਕਿ ਆਪਾਂ ਇੱਦਾਂ ਛੱਡ ਦਾਂਗੇ ਇਹਦੇ, ਅਸੀਂ ਮਰਾਂਗੇ, ਅਸੀਂ ਜਾਵਾਂਗੇ, ਅਤੇ ਉਸ ਤੋਂ ਬਾਅਦ ਹੀ ਫਰੀ ਬਰਡ ਕਿਤੇ ਚੱਲ ਜਾਊਗਾ ਅਤੇ ਜਾਊਗਾ। ਸੋਰੀ, ਇਹ ਨਾ ਕਿਸੇ ਨੂੰ, ਤੁਹਾਨੂੰ ਸੋਚਿਆ ਤੁਸੀਂ ਕਿਵੇਂ ਫਰੀ ਬਰਡ, ਜਿਵੇਂ ਹੁਣ ਅਸੀਂ ਨਾ ਪਹਿਲਾਂ ਨਾਂ ਰੱਖਣਾ ਸੀ ਚੜ੍ਹਦੀ ਕਲਾ ਫਿਟਨੈਸ, ਓਕੇ, ਅਤੇ ਮੈਂ ਸੋਚਿਆ ਕਿ ਚੜ੍ਹਦੀ ਕਲਾ ਰੱਖਾਂਗੇ। ਫਿਰ ਸਾਡੇ ਨਾ ਇੱਕ ਭਾਅ ਜੀ ਆਉਂਦੇ, ਉਹ ਰੀਅਲ ਸਟੇਟ ਕਰਦੇ, ਉਹ ਸਾਡਾ ਕਲਾਇੰਟ ਸੀ, ਅਸੀਂ ਟ੍ਰੇਨ ਕਰਦੇ ਪਏ, ਅਸੀਂ ਨਾਲ ਡਿਸਕਸ ਕੀਤਾ, ਉਹ ਕਹਿੰਦੇ ਥੋੜ੍ਹਾ ਜਿਹਾ ਚੜ੍ਹਦੀ ਕਲਾ ਰੱਖ, ਕਹਿੰਦੇ ਕੋਈ ਗੋਰਿਆਂ ਵਾਲਾ ਨਾਂ ਰੱਖ ਜਿਹੜਾ ਉਹਨਾਂ ਨੂੰ ਵੀ ਅਟਰੈਕਟ ਕਰੇ, ਨਹੀਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਣਾ ਚੜ੍ਹਦੀ ਕਲਾ ਕੀ ਆ। ਫਿਰ ਆਪਾਂ ਚੜ੍ਹਦੀ ਕਲਾ ਨਾਂ ਰਜਿਸਟਰ ਵੀ ਕਰਾ ਲਿਆ ਸੀ, ਅਤੇ ਅਸੀਂ ਮੈਂ ਨਾ ਗੱਲ ਕਰਦੇ ਵੇ ਵੀ ਵੇਚੀ ਜਾਵੇ, ਫਿਰ ਅਸੀਂ ਕਹੀ ਫਿਰ ਕੀ ਕਰੀਏ ਯਾਰ, ਫਿਰ ਈਗਲ ਨਿਊਟ੍ਰੀਸ਼ਨ ਆਹ ਕਰ ਉਹ ਕਰ, ਹੈ ਨਾ। ਅਤੇ ਮੈਂ ਚਾਹ ਪੀਂਦਾ ਪਿਆ ਸੀ, ਮੈਨੂੰ ਕਿਸੇ ਨੇ ਨਾ ਮੈਨੂੰ ਕੱਪ ਗਿਫਟ ਕੀਤਾ ਸੀ, ਮੇਰੇ ਸਮਾਨ ਸਪੈਸ਼ਲ, ਅਤੇ ਉਹ ਚਾਹ ਦੇ ਉੱਪਰ ਨਾ ਲਿਖਿਆ ਸੀ ਫਰੀ ਬਰਡ, ਉੱਤੇ ਨਾ ਬਰਡ ਬਣਿਆ ਸੀ, ਉਹ ਜਿਹੜਾ ਲੰਬੀ ਨੈਕ ਵਾਲਾ ਨਹੀਂ ਹੁੰਦਾ, ਜਿਹੜਾ ਇੱਕ ਪੈਰ ਤੇ ਖਲੋਂਦਾ, ਸੋ ਉਹ ਬਰਡ ਬਣਿਆ ਆਏ 'ਤੇ। ਮੈਂ ਚਾਹ ਪੀਂਦਾ ਹੋਇਆ, ਅਤੇ ਮੈਂ ਚਾਹ ਪੀ ਕੇ ਕੱਪ ਰੱਖਿਆ ਲੇ, ਸਾਹਮਣੇ ਲਿਖਿਆ ਫਰੀ ਬਰਡ, ਮੈਂ ਇਹਨੂੰ ਰਾਈਟ ਅਵੇ ਕੱਪ ਦੀ ਫੋਟੋ ਭੇਜੀ, ਮੈਂ ਕਿਹਾ ਫਰੀ ਬਰਡ, ਕਹਿੰਦਾ ਨਾ ਕੀ ਹੋਇਆ ਫਰੀ ਬਰਡ, ਕਹਿੰਦਾ ਲੋਕਾਂ ਨੇ ਕਹਿਣਾ ਫਰੀ ਬਰਡ ਜਿੰਮ। ਫਿਰ ਮੈਂ ਸੋਚੀ, ਮੈਂ ਕਿਹਾ ਫਿਰ ਇਹਨੇ ਕੋਨਸੈਪਟ ਬਣਾਉਣਾ ਸੀ, ਅਸੀਂ ਜਿਹੜੀ ਚੀਜ਼ ਕਰਦੇ ਹਾਂ ਨਾ ਉਹਦਾ ਮੀਨਿੰਗ ਹੁੰਦਾ ਕੋਈ। ਫਿਰ ਅਸੀਂ ਫਰੀ ਬਰਡ ਜਿਹੜਾ ਨਾ ਆਜ਼ਾਦ ਪਰਿੰਦਾ, ਸੋ ਮਤਲਬ ਅਸੀਂ ਆਜ਼ਾਦ ਹਾਂ, ਇਹ ਗੱਲ ਢੁੱਕਦੀ ਖਾਲਸੇ ਦੇ, ਖਾਲਸਾ ਆਜ਼ਾਦ ਆ, ਠੀਕ ਆ ਜੀ, ਅਤੇ ਉਹ ਸਿਰਫ ਅਕਾਲ ਪੁਰਖ ਦੀ ਫੌਜ ਆ। ਅਸੀਂ ਜਿਹੜਾ ਫਿਰ ਬਰਡ ਬਣਵਾਇਆ, ਸਪੈਸ਼ਲੀ ਡਿਜ਼ਾਇਨ ਕਰਵਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ, ਹਾਂਜੀ, ਠੀਕ ਆ ਜੀ, ਸੋ ਉਹ ਬਾਜ ਬਣਵਾਇਆ, ਅਤੇ ਬਾਜ ਦੀ ਫਿਰ ਆਪਾਂ ਜਿਹੜੀ ਆਖਿਆ ਪੂਰੀ ਉਹ ਰੱਖੀ ਪ੍ਰੋਪਰ ਕਿ ਆਪਣੇ ਸ਼ਿਕਾਰ ਵੱਲ ਜਾਂਦਾ ਪਿਆ, ਹੈ ਨਾ, ਫਰੀ ਬਰਡ ਬਾਜ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ। ਫਿਰ ਅਸੀਂ ਟੈਗ ਲਾਈਨ ਜਿਹੜੀ ਸੀ ਅਸੀਂ ਚੜ੍ਹਦੀ ਕਲਾ 'ਤੇ ਪਾਉਣਾ ਸੀ ਵਿੱਚ, ਰਾਈਟ, ਫਿਰ ਅਸੀਂ ਟੈਗ ਲਾਈਨ ਉਹ ਚੜ੍ਹਦੀ ਕਲਾ ਦਾ ਇੰਗਲਿਸ਼ ਵਰਜ਼ਨ ਵੇਖਿਆ ਕੀ ਹੁੰਦਾ ਆ। ਫਿਰ ਅਸੀਂ ਇੱਦਾਂ ਦੀ ਲਾਈਨ ਪਾਉਣੀ ਸੀ ਜਿਹੜੀ ਆਪਾਂ ਕਾਪੀਰਾਈਟ ਕਰਾ ਸਕੀਏ, ਸੋ ਉਹ ਬਣਦੀ ਸੀ ਫਲਾਈ ਵਿਦ ਹਾਈ ਸਪਿਰਿਟਸ, ਕਿ ਆਲਵੇਜ਼, ਕਿਉਂਕਿ ਫਰੀ ਬਰਡ ਆ, ਬਰਡ ਆ ਜਿਹੜਾ ਆਲਵੇਜ਼ ਫਲਾਈ ਵਿਦ ਹਾਈ ਸਪਿਰਿਟਸ, ਰਾਈਟ। ਉਹ ਚੀਜ਼ ਆਪਾਂ ਫਿਰ ਪ੍ਰੋਪਰ ਕੋਨਸੈਪਟ ਬਣਾਇਆ। ਹੁਣ ਇਹ ਚੀਜ਼ ਆਪਾਂ ਜਦੋਂ ਗੋਰਿਆਂ ਨੂੰ ਦੱਸ ਦੇਣਾ, ਭਾਅ ਜੀ ਗੋਰੇ ਇੰਨੇ ਹੋਸ਼ ਹੁੰਦੇ ਨਾ ਕਿ ਉਹ ਕਹਿੰਦੇ ਕਿ ਤੁਸੀਂ ਇੱਦਾਂ ਨਹੀਂ ਕੋਈ ਚੱਕ ਕੇ ਕੋਈ ਰੈਂਡਮ ਰੱਖਤਾ, ਤੁਹਾਡੀ ਕਹਿੰਦੇ ਮੀਨਿੰਗ ਆ ਹਰ ਚੀਜ਼ ਵਿੱਚ, ਸਾਡੇ ਹਰ ਚੀਜ਼ ਉੱਥੇ ਜਿਹੜੀ ਲੱਗੀ ਹੋਈ ਨਾ ਮੀਨਿੰਗ ਆ, ਉਹਦਾ ਕੁਛ ਨਾ ਕੁਛ ਮਤਲਬ ਆ। ਸੋ ਫਰੀ ਬਰਡ ਇੱਥੋਂ ਨਾਮ ਪਿਆ, ਸੋ ਇਹ ਸਾਡੀ ਮਤਲਬ ਪਹਿਲਾਂ ਸਾਨੂੰ ਜੋ ਸ਼ੁਰੂ ਕੀਤਾ ਸੀ ਫਰੀ ਬਰਡ ਹੈਲਥ ਕਲੱਬ ਲਾਉਣਾ ਪੈਂਦਾ ਸੀ, ਲੋਕਾਂ ਨੂੰ ਦੱਸਣਾ ਪੈਂਦਾ ਸੀ ਇਹ ਜਿੰਮ ਆ, ਹੁਣ ਆ ਆ, ਹੁਣ ਇੱਦਾਂ ਬਾਬੇ ਦੀ ਕਿਰਪਾ ਹੋਈ ਆ ਫਰੀ ਬਰਡ ਨਾਂ ਲਈਦਾ, ਹਾਂਜੀ ਹਾਂਜੀ ਸੁਣਿਆ ਜਿੰਮ ਆ। ਆਈ ਥਿੰਕ ਮੁੱਖ ਤੇ ਮੈਂ ਤੁਸੀਂ ਗੱਲ ਕੀਤੀ ਛੋਟੇ ਹੁੰਦੇ ਸੀ ਡਿਪਰੈਸ਼ਨ ਬਾਰੇ, ਹਾਂਜੀ, ਜਿਵੇਂ ਇੱਕ ਹੁਣ ਆਪਣੇ ਇੱਕ ਤੌਰ 'ਤੇ ਕਹਿ ਸਕਦੇ ਵੀ ਇੰਡੀਆ ਵੀ ਹੈਵ ਅ ਲੋਟ ਆਫ ਪ੍ਰੋਬਲਮਸ, ਇਹ ਚੀਜ਼ਾਂ ਕਹਿ ਰਹੇ ਹਾਂ। ਹੁਣ ਆਪਾਂ ਚਲੋ ਕੋਈ ਵੀ ਆ ਕਿਸਾਨ ਆ, ਕੋਈ ਵੀ ਆ ਕਿ ਕੰਮ ਕਰਦੇ ਆ, ਲੋਕਾਂ ਦੇ ਕਰਜ਼ੇ ਜ਼ਿਆਦਾ ਆ, ਡਿਪਰੈਸ਼ਨ ਥੱਲੇ ਆ ਜਾਂਦੇ ਆ, ਜਾਂ ਫਿਰ ਊਂ ਵੀ ਉੱਥੇ ਸਪੋਰਟ ਹੈ ਨਹੀਂ ਗੀ ਜੋ ਇਹ ਚੀਜ਼ਾਂ ਪਿੱਛੇ ਆ, ਜੋ ਮੈਂਟਲ ਹੈਲਥ ਅਵੇਅਰਨੈਸ ਆ ਵੀ ਇਹਦਾ ਮਤਲਬ ਕੀ ਆ। ਆਪਾਂ ਤਾਂ ਲੋਕ ਮਜ਼ਾਕ ਸੋਚਦੇ ਕਈ ਵਾਰੀ ਵੀ ਇਹ ਤਾਂ ਊਂ ਹੀ ਕਰੀ ਜਾਂਦਾ ਆ, ਕੋਈ ਨਾ ਆਪ ਹੀ ਠੀਕ ਹੋ ਜੂਗਾ, ਰਾਈਟ, ਪੇਰੈਂਟਸ ਤੋਂ ਸਪੋਰਟ ਨਹੀਂ ਮਿਲਦੀ ਗੀ,
ਹੁਣ ਮੁੱਖ ਵੀ ਗੱਲ ਕਰਦਾ ਹੈ ਕਾਫੀ ਵਾਰੀ, ਜਿਵੇਂ ਮੈਂ ਆਪਣੇ ਮੇਰੇ ਵੀ ਵਰਕਰ ਹੈਗੇ ਆ ਗੱਲ ਕਰਦੇ ਮੇਰੇ, ਮੈਨੂੰ ਕਹਿੰਦੇ ਵੀਰ ਜੀ ਕਿ ਇੱਥੇ ਕਾਉਂਸਲਿੰਗ ਦੀ ਫੀਸ ਕਿੰਨੀ ਆ, ਰਾਈਟ? ਆਮ ਲਾਈਕ ਉਹ ਮੈਨੂੰ ਦੱਸਦੇ ਆ ਵੀ ਮੇਰੇ ਪੇਰੈਂਟਸ ਆ ਉਹ ਨਹੀਂ ਅੰਡਰਸਟੈਂਡ ਕਰਦੇ ਇਮੋਸ਼ਨਲੀ ਵੀ ਕਿਵੇਂ ਸਪੋਰਟ ਕਰਾਂ, ਮੈਨੂੰ ਦਿਲ 'ਤੇ ਲੱਗਦੀ ਆ ਹੁਣ ਇੱਥੇ ਦੇ ਉਹ ਮੇਰੇ ਉਹ ਜੋ ਵੀ ਮੇਰੇ ਕੰਮ ਕਰਦੇ ਆ ਉਹ ਸਟੂਡੈਂਟ ਆਉਂਦੇ ਆ, ਔਰ ਮੇਰੇ ਭੈਣਾਂ ਵਰਗੇ ਆ ਜਾਂ ਮੁੰਡੇ ਵੀ ਆਉਂਦੇ ਆ ਮੇਰੇ ਮੇਰੇ ਭਰਾ ਵਰਗੇ ਆ, ਮੈਂ ਉਹਨਾਂ ਨੂੰ ਐਂ ਕਹਿਣਾ ਵੀ ਮੈਂ ਤੇਰੇ ਉੱਤੇ ਨਹੀਂ ਨਾ ਤੁਸੀਂ ਮੇਰੇ ਥੱਲੇ ਆ, ਤੁਹਾਨੂੰ ਕੋਈ ਵੀ ਪ੍ਰੋਬਲਮ ਮੇਰੇ ਨਾਲ ਆ ਕੇ ਗੱਲ ਕਰੋ, ਹਾਂਜੀ ਰਾਈਟ? ਪਰ ਮੈਨੂੰ ਇੰਨੀ ਜੀ ਗੱਲ ਲੱਗਦੀ ਆ ਜਦੋਂ ਇਹ ਕਹਿੰਦੇ ਵੀ ਪੇਰੇ ਸਮਝਦੇ ਨਹੀਂ ਵੀ ਇਮੋਸ਼ਨਲ ਸਪੋਰਟ ਜਮ੍ਹਾਂ ਹੈ ਨਹੀਂ, ਸੋ ਤੁਸੀਂ ਉਹ ਦੱਸੋ ਵੀ ਜਿਹੜੇ ਲੋਕ ਸਟਰਗਲ ਵੀ ਕਰਦੇ ਆ ਆਊਟ ਦੇਅਰ, ਵੀ ਤੁਸੀਂ ਕੀ ਕਹੋਗੇ ਵੀ ਹਾਊ ਟੂ ਡੀਲ ਵਿਦ ਡਿਪਰੈਸ਼ਨ ਔਰ ਹਾਊ ਟੂ ਗੋ ਬਾਰੇ ਤੁਸੀਂ ਕਿਹੜਾ ਆਊਟਲੈਟ ਕਹਿਣਾ ਚਾਹੀਦਾ, ਕਮਿਊਨਿਟੀ ਨੂੰ ਕੀ ਦੱਸਣਾ ਚਾਹੋਗੇ ਵੀ ਐਵੇਂ ਸਪੋਰਟ ਕਰੋ ਆਪਣੇ ਜਵਾਕਾਂ ਨੂੰ ਜੋ ਥਰੂ ਜਾ ਵੀ ਰਹੇ ਆ, ਤੁਸੀਂ ਸਪੋਰਟ ਕਰੋ, ਅੰਡਰਸਟੈਂਡ ਕਰੋ ਅਤੇ ਉਹ 'ਤੇ ਉੱਪਰ ਕਿੰਨਾ ਇਹਦਾ ਔਖਾ ਕਿਉਂ ਹੈਗਾ ਜਾਂ ਤੁਸੀਂ ਉਹਦੇ ਮਾਂ ਪਿਓ ਨਾਲ ਗੱਲ ਕਰਨਾ ਹੋਏ ਅਤੇ ਉਹ ਜਿਹੜਾ ਇਮੋਸ਼ਨਲ ਹੈਗਾ ਉਹ ਕਿਉਂ ਨਹੀਂ ਹੈਗਾ? ਸੋ ਇਹਦਾ ਆਪਾਂ ਇਹ ਵੀ ਕਹਾਂਗੇ ਕਿ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਆ, ਠੀਕ ਹੈ ਜੀ, ਸੋ ਪਹਿਲਾਂ ਤਾਂ ਮਾਂ ਪਿਓ ਜਿਹੜਾ ਬੱਚਾ ਛੋਟਾ ਨਾ, ਮਾਂ ਪਿਓ ਨੂੰ ਪਹਿਲਾਂ ਹੀ ਉਹ ਚੀਜ਼ ਨੂੰ ਸਿਖਾਉਣਾ ਚਾਹੀਦਾ ਕਿ ਅਸੀਂ ਹੈਗੇ ਤੇਰੇ ਕੋਲ, ਰਾਈਟ? ਜੇ ਤੁਸੀਂ ਪਹਿਲਾਂ ਉਹਨੂੰ ਦੱਸ ਦੋਗੇ ਬੱਚੇ ਤੇਰੇ ਕੋਈ ਚੱਕਰ ਨਹੀਂ, ਜੇ ਤੈਨੂੰ ਕੋਈ ਦਿੱਕਤ ਆਉਂਦੀ ਜਾਂ ਤੂੰ ਗਲਤ ਕੰਮ ਵੀ ਕਰਦੇ ਮੈਨੂੰ ਆ ਕੇ ਦੱਸ ਦੀ, ਹਾਂਜੀ, ਠੀਕ ਹੈ? ਇੱਕ ਨਾ ਮੈਂ ਇੱਕ ਕਾਲਾ ਬੰਦਾ ਆ ਉਹਦਾ ਮੈਂ ਦੇਖਦਾ ਸੀ ਇੰਸਟਾਗ੍ਰਾਮ 'ਤੇ, ਉਹਨੇ ਬਹੁਤ ਵਧੀਆ ਇੱਕ ਬੋਲੀ ਸੀ ਲਾਈਨ, ਕਹਿੰਦਾ ਮੈਂ ਆਪਣੇ ਬੱਚਿਆਂ ਨੂੰ ਨਾ ਇਹ ਚੀਜ਼ ਕਹੀ ਹੋਈ ਆ ਓਪਨਲੀ, ਜੇ ਤੁਸੀਂ ਕੁਛ ਵੀ ਜ਼ਿੰਦਗੀ 'ਚ ਗਲਤ ਕੰਮ ਕਰਤਾ, ਕੋਈ ਗਲਤ ਡਿਸੀਜਨ ਲੈ ਲਿਆ, ਕੁਛ ਵੀ ਕਰ ਲਿਆ, ਐਨੀਥਿੰਗ, ਤੁਸੀਂ ਜੇਲ੍ਹ ਵੀ ਚੱਲ ਗਏ, ਕੁਛ ਵੀ ਹੋ ਗਿਆ, ਇਟਸ ਓਕੇ, ਬਟ ਤੁਸੀਂ ਹਮੇਸ਼ਾ ਇੱਕ ਗੱਲ ਯਾਦ ਰੱਖਿਓ, ਤੁਹਾਡੇ ਡੈਡੀ ਤੁਹਾਡਾ ਇੱਥੇ ਖੜ੍ਹਾ ਆ, ਤੁਸੀਂ ਮੇਰੇ ਨਾਲ ਆ ਕੇ ਜਦੋਂ ਮਰਜ਼ੀ ਕੋਈ ਵੀ ਗੱਲ ਕਰ ਸਕਦੇ, ਤੁਹਾਡੇ ਬੂਹੇ ਨਹੀਂ ਬੰਦ ਹੋਣਗੇ ਕਦੀ ਵੀ, ਠੀਕ ਆ? ਜੇ ਆਪਾਂ ਬੂਹੇ ਬੰਦ ਕਰ ਦਾਂਗੇ ਤੂੰ ਤਾਂ ਤੂੰ ਤਾਂ ਨਕਾਰਾ ਆ, ਤੂੰ ਤਾਂ ਕੁਛ ਕਰ ਹੀ ਨਹੀਂ ਸਕਦਾ, ਠੀਕ ਆ? ਆਪਾਂ ਨੈਗੇਟਿਵ ਕਹੀਏ ਇੰਨੇ ਕਹੀਏ ਨਿਆਣਿਆਂ ਨੂੰ ਕਿ ਤੂੰ ਤਾਂ ਕਰ ਹੀ ਨਹੀਂ ਸਕਦਾ ਕੁਛ, ਤੂੰ ਤਾਂ ਤੂੰ ਮੋਟਾ ਆ, ਤੇਰਾ ਤਾਂ ਜ਼ਿੰਦਗੀ, ਮੈਨੂੰ ਇੱਦਾਂ ਹੀ ਬੋਲਿਆ ਗਿਆ ਸੀ ਮੇਰੇ ਮਾਮੇ ਨੇ, ਮੈਨੂੰ ਕਿਹਾ ਸੀ, ਠੀਕ ਆ, ਮਾਮਾ ਆਇਆ ਮੇਰਾ ਘਰੇ, ਤੂੰ ਤਾਂ ਮੋਟਾ ਆ, ਤੇਰਾ ਤਾਂ ਕੁਛ ਨਹੀਂ ਹੋਣਾ, ਮੇਰੀ ਮੰਮੀ ਨੂੰ ਕਹਿੰਦੇ, ਮੇਰੀ ਮੰਮੀ ਨੂੰ ਕਹਿੰਦੇ ਇੱਕ ਕੰਮ ਕਰੋ, ਇਹਦਾ ਇੱਕ ਮੋਟੀ ਜਿਹੀ ਕੁੜੀ ਨਾਲ ਵਿਆਹ ਕਰਾ ਦਿਓ, ਇਹਨੂੰ ਇੱਕ ਦੁਕਾਨ ਪਾ ਦਿੰਦੇ ਆਪਾਂ, ਅਤੇ ਬਸ ਠੀਕ ਆ। ਉਹ ਗੱਲ ਮੈਨੂੰ ਇੰਨੀ ਚੁੱਭ ਗਈ ਉਸ ਦਿਨ ਕਿ ਮੈਂ ਮਾਮੇ ਨਾਲ ਲੜ ਪਿਆ, ਮੈਂ ਕਿਹਾ ਮਾਮਾ ਤੂੰ ਕੌਣ ਹੁੰਦਾ ਮੈਨੂੰ ਇੱਦਾਂ ਬੋਲਣ ਵਾਲਾ, ਮੰਮੀ ਮੇਰੇ ਪੈ ਗਏ ਮੈਨੂੰ, ਤੂੰ ਕਿੱਦਾਂ ਗੱਲ ਕਰਦਾ ਮੈਂ ਮਾਮੇ ਨਾਲ, ਹੈ ਨਾ? ਸੋ ਮੇਰੇ ਮਾਮੇ ਨੇ ਉੱਦਣ ਹੀ ਉਸੇ ਦਿਨ, ਮੈਂ ਮਾਮਾ ਜੀ ਦਿੱਲੀ ਤੋਂ ਹਾਂ, ਮੇਰੇ ਨਾਨਕੇ ਦਿੱਲੀ ਹੋ, ਮੈਂ ਅੰਮ੍ਰਿਤਸਰ ਰਹਿੰਦਾ, ਉੱਦਣ ਹੀ ਮੇਰੇ ਮਾਮਾ ਜੀ ਨੇ ਸਾਰਾ ਸਮਾਨ ਪੈਕ ਕੀਤਾ ਅਤੇ ਗੱਡੀ ਫੜੀ, ਆਪਣਾ ਟ੍ਰੇਨ ਫੜੀ ਅਤੇ ਵਾਪਸ। ਸੋ ਉਹ ਮਾਮਾ ਜੀ ਨੂੰ ਬਹੁਤ ਗੁੱਸਾ ਚੜ ਗਿਆ, ਮੈਂ ਮਾਮਾ ਜੀ ਨੂੰ ਇੱਕ ਗੱਲ ਕਹਿ ਬੈਠਾ, ਮੈਂ ਕਿਹਾ ਮੈਂ ਵੀ ਸੋਢੀਆਂ ਦਾ ਮੁੰਡਾ ਆ, ਮੈਂ ਕਿਹਾ ਵੇਖਿਓ ਤੁਹਾਨੂੰ ਮੈਂ ਸਕਸੈਸਫੁਲ ਹੋ ਕੇ ਖਾਊਂਗਾ ਜ਼ਿੰਦਗੀ 'ਚ। ਅਤੇ ਰੀਸੈਂਟਲੀ ਗੱਲ ਹੈ, ਹਜੇ 2 ਮਹੀਨੇ ਪਹਿਲਾਂ ਦੀ, ਮਾਮੇ ਦਾ ਫੋਨ ਆਇਆ, ਕਹਿੰਦਾ ਹਾਂ ਸੋਢੀਆਂ ਦੇ ਮੁੰਡੇ ਨੇ ਪ੍ਰੂਵ ਤਾਂ ਕਰਤਾ, ਇਹ ਗੱਲ ਤਾਂ ਪੱਕੀ ਆ। ਸੋ ਭਾਈ ਮੈਂ ਮੇਰੇ 'ਚ ਨਾ ਥੋੜ੍ਹੀ ਗਰਾਰੀ ਆ, ਇਹ ਪਤਾ ਨਹੀਂ ਮੈਨੂੰ ਮੰਮੀ ਤੋਂ ਮਿਲੀ ਆ ਚੀਜ਼, ਹਾਂ, ਮੇਰੇ ਡੈਡੀ ਥੋੜ੍ਹੇ ਸ਼ਾਂਤ ਸੁਭਾਅ ਦੇ ਆ, ਮੰਮੀ ਮੇਰੇ ਥੋੜ੍ਹੇ ਅਗਰੈਸਿਵ ਦੇ ਆ, ਕੁੱਟਿਆ ਮਾਰਿਆ ਮੰਮੀ ਨੇ ਜਾਂ ਡੈਡੀ ਨੇ ਅੱਜ ਤੱਕ ਹੱਥ ਨਹੀਂ ਚੱਕਿਆ। ਸੋ ਉਹ ਚੀਜ਼ਾਂ ਮੈਨੂੰ ਮਿਲੀਆਂ, ਠੀਕ ਆ, ਥੋੜ੍ਹੀ ਦਲੇਰੀ, ਇਹ ਤੁਹਾਨੂੰ ਪੇਰੈਂਟਸ ਤੋਂ ਮਿਲਦੀ ਆ। ਹੁਣ ਆਪਾਂ ਗੱਲ ਕਰਦੇ ਡਿਪਰੈਸ਼ਨ ਦੀ, ਭਾਅ ਜੀ ਡਿਪਰੈਸ਼ਨ ਜਿਹੜਾ ਸੀ ਨਾ ਮੈਨੂੰ ਹੋਇਆ ਸੀ, ਉਹ ਹੋਇਆ ਸੀ ਜਿਵੇਂ ਮੈਂ ਬੁੱਲੀ ਹੁੰਦਾ ਰਿਹਾ, ਠੀਕ ਆ, ਮੈਂ ਇੱਕ ਗਲਤੀ ਕਰ ਬੈਠਾ, ਮੈਂ ਦੱਸਿਆ ਨਹੀਂ ਕਿਸੇ ਨੂੰ ਉਦੋਂ, ਕਿ ਮੈਂ ਅੰਦਰ ਹੀ ਅੰਦਰ ਖਾਂਦਾ ਰਿਹਾ, ਮੈਂ ਜਦੋਂ ਮੈਨੂੰ ਮੈਂ ਜਦੋਂ ਸੈਡ ਹੋਣਾ ਕੁਛ ਵੀ ਹੋਣਾ, ਅਤੇ ਉਦੋਂ ਮੈਨੂੰ ਨਾਲ ਦੀ ਨਾਲ ਮੈਂ ਖਾਣ ਲੱਗ ਜਾਣਾ, ਮੈਂ ਖਾਂਦਾ ਬਹੁਤ ਸੀ, ਮੈਂ ਅੰਦਰ ਹੀ ਬੈਠੇ ਰਹਿਣਾ, ਹੈ ਨਾ? ਸੋ ਉਹ ਚੀਜ਼ਾਂ ਮੈਨੂੰ ਮਾਰ ਗਈਆਂ। ਦੂਜੀ ਚੀਜ਼ ਆ, ਉਹ ਆਪਣੇ ਪੰਜਾਬ 'ਚ ਨਾ ਡਿਪਰੈਸ਼ਨ ਆਦਿ ਕੋਈ ਚੀਜ਼ ਨਹੀਂ ਹੈਗੀ, ਉਦੋਂ ਮਤਲਬ ਸੁਣਨ ਨੂੰ ਨਹੀਂ ਆਉਂਦਾ ਕਿ ਇਹ ਚੀਜ਼ ਹੈਗਾ ਕੁਛ, ਹੈ ਨਾ, ਬੰਦਾ ਜੇ ਹੈਗਾ ਵੀ ਕੁਛ, ਅਤੇ ਉਦੋਂ ਸਾਨੂੰ ਇਹ ਵੀ ਨਹੀਂ ਦੱਸਿਆ ਜਾਂਦਾ ਸੀ ਕਿ ਤੁਸੀਂ ਕਿੱਦਾਂ ਇਹਨੂੰ ਡੀਲ ਕਰਨਾ ਆ। ਅਤੇ ਉਹ ਜੇ ਕੋਈ ਮੋਟਾ ਆ ਮੰਨ ਲਓ, ਉਦੋਂ ਇੱਦਾਂ ਹੁੰਦਾ ਸੀ ਕਿ ਉਹਨੂੰ ਕਹੀ ਜਾਣਾ, ਹੋਰ ਛੱਡੀ ਜਾਣਾ, ਉਹ ਮੂੰਹ 'ਤੇ ਭਾਵੇਂ ਨਾ ਬੋਲੇ ਬਟ
ਉਹਨੂੰ ਪਿੱਛੋਂ ਲੱਗਦਾ ਸੀ ਬੁਰਾ ਕਿ ਹਾਂ ਬੇਚਾਰਾ ਖਾਈ ਜਾਂਦਾ ਯਾਰ। ਸੋ ਆਪਾਂ ਹੱਲ ਦੇਣ ਦੀ ਬਜਾਏ ਨਾ ਆਪਾਂ ਪਹਿਲਾਂ ਉਦੋਂ ਕਰਦੇ ਸੀ, ਬਟ ਹੁਣ ਬਹੁਤ ਕੁਛ ਚੇਂਜ ਹੋ ਗਿਆ ਸਕੂਲਾਂ 'ਚ ਵੀ ਜਿੱਦਾਂ ਗੱਲਾਂ। ਸੋ ਬੇਸਿਕਲੀ ਆਪਣੇ ਨਿਆਣੇ ਨੂੰ ਨਾ ਸਟਰੋਂਗ ਬਣਾਓ, ਨਿਆਣੇ ਨੂੰ ਪਹਿਲਾਂ ਹੀ ਸਮਝਾਓ ਕਿ ਆਹ ਚੀਜ਼ਾਂ ਆਉਣੀਆਂ ਹੀ, ਠੀਕ ਆ, ਨਾਲੇ ਤੈਨੂੰ ਕੋਈ ਦਿੱਕਤ ਆ ਦੱਸ। ਸਭ ਤੋਂ ਦੂਜੀ ਚੀਜ਼ ਮੈਂ ਦੱਸੂੰਗਾ, ਗੁਰਬਾਣੀ ਨਾਲ ਜੋੜੋ ਭਾਜੀ, ਭਾਜੀ ਇਹ ਬੇਸ ਆ, ਇਹ ਬੇਸ ਆ। ਜੇ ਤੁਸੀਂ ਆਪਣੇ ਸਿੱਖ ਕਲਚਰ ਨਾਲ ਨਹੀਂ ਜੁੜਦੇ ਜਾਂ ਜਿਹੜਾ ਵੀ ਤੁਹਾਡਾ, ਜੇ ਤੁਸੀਂ ਹਿੰਦੂ ਜੇ ਆਪਣੇ ਕਲਚਰ ਨਾਲ ਜੁੜੋ, ਕ੍ਰਿਸਚਨ ਉੱਥੇ ਜੁੜੋ। ਸਾਡੇ ਕੋਲ ਫਰੈਂਡਸ ਗੋਰੇ ਫਰੈਂਡਸ ਆ ਜਿਹੜੇ, ਉਹ ਪੱਕੇ ਕ੍ਰਿਸਚਨ ਆ, ਕ੍ਰਿਸਚਨ ਇੱਦਾਂ ਕਿ ਮਤਲਬ ਉਹ ਚਰਚ ਜਾਂਦੇ ਆ, ਪਾਠ ਕਰਦੇ, ਪੂਜਾ ਕਰਦੇ, ਐਂਡ ਉਹਨਾਂ ਦੀ ਸੋਚ ਸਿਰਫ ਸਾਡੇ ਵਰਗੀ ਜੇ, ਉਹ ਵੀ ਬਾਗੀ ਆ ਪੂਰੇ ਕਿ ਅਸੀਂ ਇੱਦਾਂ ਕਰਦਾਂਗੇ ਉੱਦਾਂ ਕਰਦਾਂਗੇ। ਹਰ ਬੰਦਾ ਆਪਣੇ ਧਰਮ ਨਾਲ ਜੁੜੇ ਨਾ, ਪੱਕਾ ਰਹੇ, ਉਹ ਇੱਕ ਬੇਸ ਦਿੰਦਾ ਤੁਹਾਨੂੰ, ਉਹ ਤੁਹਾਨੂੰ ਚੰਗੀ ਚੀਜ਼ਾਂ ਸਿਖਾਉਂਦੇ ਆ, ਠੀਕ ਆ। ਜਦੋਂ ਆਪਾਂ ਚੀਜ਼ਾਂ ਸਿੱਖਦੇ, ਗੁਰਬਾਣੀ ਪੜ੍ਹਨ ਲੱਗ ਗਏ, ਉੱਥੇ ਹਰ ਚੀਜ਼ ਦਾ ਸਵਾਲ ਦਾ ਜਵਾਬ ਆ, ਠੀਕ ਆ, ਕਿ ਆਹ ਚੀਜ਼ਾਂ, ਹਰ ਚੀਜ਼ ਫੇਕ ਆ, ਲਾਈਫ ਜਿਹੜੀ ਫੇਕ ਆ, ਡੈਥ ਜਿਹੜੀ ਰੀਅਲ ਆ, ਠੀਕ ਆ, ਮਰ ਜੀਣਾ ਜੀਣਾ ਝੂਠ, ਮਰਨਾ ਸੱਚ। ਉਹ ਚੀਜ਼ਾਂ ਜਦੋਂ ਸੁਣਦੇ ਹੋ, ਡਿਪਰੈਸ਼ਨ ਦਾ ਵੀ ਉੱਚੀ ਇਲਾਜ ਆ, ਕਿ ਆਹ ਚੀਜ਼ਾਂ ਦਰ 'ਚ ਆਉਣੀਆਂ, ਆਹ ਔਕੜਾਂ ਆਉਣੀਆਂ ਦਰ 'ਚ, ਕੋਈ ਗੱਲ ਨਹੀਂ। ਜਿਹੜਾ ਹੁਣ ਇਹ ਚੀਜ਼ ਜਿਹੜੀ ਆਪਾਂ ਹੇਠ ਦੀ ਗੱਲ ਕਰੀਏ, ਇਹ ਵੀ ਗੁਰਬਾਣੀ 'ਚ ਹੈਗੀ ਆ, ਕਿ ਤੁਹਾਨੂੰ ਜਦੋਂ ਵੀ ਤੁਸੀਂ ਕੋਈ ਚੰਗਾ ਕੰਮ ਕਰੋਗੇ, ਲੋਕਾਂ ਨੇ ਫਿਰ ਕਹਿੰਦੇ ਨਹੀਂ ਬਾਬਾ ਨਾਨਕ ਨਹੀਂ ਬਖਸ਼ਿਆ, ਬਾਬਾ ਨਾਨਕ ਦੇ ਵੀ ਵੱਟੇ ਪਏ ਸੀ, ਹੈ ਨਾ। ਸੋ ਉਹ ਚੀਜ਼ਾਂ ਜਿਹੜੀਆਂ ਆ ਆਪਾਂ ਫਿਰ ਜੋ ਸੁਣਦੇ ਹਾਂ, ਫਿਰ ਅਸੀਂ ਸੋਚਦੇ ਹਾਂ ਯਾਰ ਬਾਬਾ ਨਾਨਕ ਨੂੰ ਨਹੀਂ ਬਖਸ਼ਿਆ ਗਿਆ, ਅਸੀਂ ਕੌਣ ਹੁੰਦੇ ਹਾਂ, ਫਿਰ ਅਸੀਂ ਸਾਡੀ ਜਿਹੜੀ ਈਗੋ ਡਾਊਨ ਹੋ ਜਾਂਦੀ ਆ, ਫਿਰ ਅਸੀਂ ਉਹ ਸਟੇਟ ਆਫ ਮਾਇੰਡ 'ਚ ਬਾਹਰ ਆ ਜਾਂਦੇ ਹਾਂ। ਫਿਰ ਸਾਨੂੰ ਕਿਹਾ ਕਿ ਤੂੰ ਆਪਣਾ ਕਰਮ ਕਰੀ ਚੱਲ, ਫਲ ਦੀ ਚਿੰਤਾ ਨਾ ਕਰ। ਆਹ ਚੀਜ਼ਾਂ ਸਾਰੀਆਂ ਗੁਰਬਾਣੀ ਤੋਂ ਹੀ ਆ ਰਹੀਆਂ। ਜੇ ਆਪਾਂ ਉਹਦੇ ਨਾਲ ਜੁੜ ਗਏ, ਜੇ ਆਪਾਂ ਉਹਨੂੰ ਸਮਝਾਉਣ ਲੱਗ ਗਏ ਅਰਥ ਨਿਆਣਿਆਂ ਨੂੰ, ਤੁਹਾਨੂੰ ਲੱਗਦਾ ਡਿਪਰੈਸ਼ਨ ਆਊਗਾ। ਐਂਡ ਡਿਪਰੈਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਡਿਪਰੈਸ਼ਨ ਇਹ ਕੋਈ ਮਤਲਬ ਨਹੀਂ ਬਣਦਾ। ਪੰਜਾਬ ਜਿਹੜਾ ਉਹ ਡਿਪਰੈਸ਼ਨ ਆ, ਤਾਂ ਉੱਥੇ ਕਦੀ ਆਇਆ ਹੀ ਨਹੀਂ ਸੀ, ਇਹ ਹੁਣ ਆਇਆ ਜਦੋਂ ਸਰਕਾਰਾਂ ਨੇ ਗੰਦ ਪਾਇਆ। ਅਸਲ 'ਚ ਜਦੋਂ ਬੱਚਿਆਂ ਦੇ ਟੋਟੇ ਕਰਦੇ ਮਾਵਾਂ ਦੇ ਗਲਾਂ 'ਚ ਪਾਤੇ ਸੀ, ਡਿਪਰੈਸ਼ਨ ਤਾਂ ਮਾਵਾਂ ਨੂੰ ਨਹੀਂ ਹੋਇਆ, ਉਦੋਂ ਵੀ ਉਹਨਾਂ ਨੇ ਜਗਾਰੇ ਹੀ ਲਾਏ ਚੜ੍ਹਦੀ ਕਲਾ ਦੇ, ਹੈ ਨਾ। ਸੋ ਉਹ ਚੀਜ਼ਾਂ ਜਿਹੜੀਆਂ ਸਾਨੂੰ, ਜੇ ਇਤਿਹਾਸ ਨਹੀਂ ਪੜ੍ਹਾਇਆ ਜਾ ਰਿਹਾ ਭਾਜੀ, ਸਾਨੂੰ ਦੱਸਿਆ ਹੀ ਨਹੀਂ ਜਾ ਰਿਹਾ ਕਿ ਅਸੀਂ ਕਿੰਨੇ ਸਟਰੋਂਗ ਸੀ ਮੈਂਟਲੀ ਫਿਜ਼ੀਕਲੀ, ਸਾਨੂੰ ਦੱਸਿਆ ਗਿਆ ਕਿਸੇ ਨੇ, ਸਾਨੂੰ ਨਹੀਂ ਦੱਸਿਆ। ਮੈਨੂੰ, ਮੈਂ ਆਪ ਕਹਿੰਦਾ ਤੁਹਾਨੂੰ, ਮੈਨੂੰ 22-23 ਸਾਲ ਤੱਕ ਤਾਂ ਹਿਸਟਰੀ ਦਾ ਪਤਾ ਹੀ ਨਹੀਂ ਸੀ, ਪੜ੍ਹਾਉਂਦੇ ਹੀ ਨਹੀਂ ਸੀ, ਸਕੂਲਾਂ 'ਚ ਹੀ ਨਹੀਂ ਪਤਾ ਸੀ, ਪੜ੍ਹਾਉਂਦੇ ਹੀ ਨਹੀਂ ਸੀ। ਉਹਦੇ ਥੈਂਕਸ ਟੂ ਆ ਜਿਹੜੇ ਭਾਈ ਬੰਤਾ ਸਿੰਘ ਵਰਗੇ ਇੱਦਾਂ ਦੇ ਜਿਹੜੇ ਵੀ ਕਥਾਵਾਚਕ ਆ, ਜਿਹੜੇ ਥੋੜ੍ਹੇ ਜਿਹੇ ਪਿੱਛੇ ਰੀਮਿਕਸ ਲਾ ਕੇ ਅੱਜ ਕੱਲ੍ਹ ਕਥਾ ਕਰਦੇ ਆ, ਹਾਂਜੀ, ਨਹੀਂ ਤਾਂ ਕਥਾ ਵੀ ਸੁਣਨ ਨੂੰ ਦਿਲ ਨਹੀਂ ਕਰਦਾ। ਜਦੋਂ ਰੀਮਿਕਸ ਲਾ ਕੇ ਕੀਤੀ ਹੋਵੇ, ਬੰਦਾ ਵਰਕਆਊਟ ਕਰਦਾ 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 ਲੀਨ ਹੋ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਆਪਣੀਆਂ ਹੁੰਦੀਆਂ ਨਾ, ਸੋ ਆਪਾਂ ਜੇ ਇਤਿਹਾਸ ਨਾਲ ਜੁੜੀਏ ਆਪਣੇ, ਅਤੇ ਪੱਕੇ ਹੋ ਕੇ ਰਹੀਏ, ਡਿਪਰੈਸ਼ਨ ਨਹੀਂ ਆਉਣਾ ਭਾਜੀ। ਤੁਸੀਂ ਜੇ ਗੱਲ ਕਰੋ ਸਾਡੇ ਦੋਵਾਂ ਦੀ, ਜਿਹੜਾ ਕਰਜ਼ੇ ਦੀ ਗੱਲ ਕਰੀਏ, ਜਦੋਂ ਆਪਾਂ ਸਟੂਡੈਂਟ ਆਏ ਸੀ ਉਦੋਂ 2-3 ਹਜ਼ਾਰ ਕਰਜ਼ਾ ਹੁੰਦਾ ਸੀ, ਹੁਣ ਸਾਡੇ 'ਤੇ ਲੱਖਾਂ ਦਾ ਕਰਜ਼ਾ, ਮਿਲੀਅਨਸ ਦਾ ਕਰਜ਼ਾ ਆ, ਕਰਜ਼ਾ ਤਾਂ ਰਹਿ ਗਿਆ ਹੀ ਆ। ਕਈ ਵਾਰੀ ਇੱਦਾਂ ਵੀ ਹੁੰਦਾ ਕਿ ਬਹੁਤ ਔਖੇ ਟਾਈਮ ਹੁੰਦੇ, ਰੈਂਟ ਵੀ ਨਹੀਂ ਪਤਾ ਕਿੱਦਾਂ ਦੇਣਾ, ਬਟ ਅਸੀਂ ਕਿਹੜਾ ਢਾਨੇ ਹੁਣ ਤਾਂ ਇਹ ਹੋ ਗਿਆ ਕਿ ਇਹ ਵੇਖੀਆਂ ਰੋਜ਼ ਦੀਆਂ ਚੀਜ਼ਾਂ ਕੋਈ ਨਹੀਂ ਆਉਣ। ਅਸਲ 'ਚ ਤੁਹਾਨੂੰ ਨਾ ਇੱਕ ਵਾਰੀ ਉਤਰਨਾ ਪੈਂਦਾ, ਜਿਵੇਂ ਉਹਨੂੰ ਜਿੱਦਾਂ ਕਹਿੰਦਾ ਨਾ ਫੁੱਟਬਾਲ ਖੇਡਦੇ ਕਿਹੜੇ ਸੱਟ ਲੱਗ ਜੂ, ਆਹ ਹੋ ਜੂ, ਉਹ ਜੂ, ਜਦੋਂ ਤੱਕ ਤੁਸੀਂ ਜਾਓਗੇ ਨਹੀਂ ਗਰਾਊਂਡ 'ਤੇ, ਤੁਹਾਨੂੰ ਪਤਾ ਨਹੀਂ ਲੱਗਣਾ ਸੱਟ ਕਿੱਦਾਂ ਦੀ ਆ। ਇੱਕ ਵਾਰ ਸੱਟ ਲੱਗ ਗਈ ਨਾ ਬੱਚੇ ਨੂੰ, ਉਹਨੇ ਕਹਿਣਾ ਇਹ ਤਾਂ ਕੁਛ ਵੀ ਨਹੀਂ ਹੋਇਆ, ਠੀਕ ਆ ਚਲੋ, ਰਾਈਟ। ਸੋ ਤੁਹਾਨੂੰ ਪਹਿਲਾਂ ਉਹਨਾਂ ਨੂੰ ਐਕਸਪੀਰੀਅੰਸ ਕਰਾਉਣੀਆਂ ਬੜੀਆਂ ਚੀਜ਼ਾਂ, ਉਹਨਾਂ ਨੂੰ ਪਹਿਲਾਂ ਹੀ ਇੰਨੇ ਸਟਰੋਂਗ ਬਣਾਓ ਨਿਆਣਿਆਂ ਨੂੰ, ਜਿਹੜੇ ਆਲਰੇਡੀ ਹੈਗੇ ਆ ਉਹ ਸੋਚੋ ਘੱਟ, ਹੱਲ ਲੱਭੋ, ਕੋਈ ਗੱਲ ਨਹੀਂ, ਜੇ ਹੈਗੀ ਚੀਜ਼ ਆਪਣੇ ਕਿਸੇ ਯਾਰ ਦੋਸਤ ਨਾਲ ਗੱਲ ਜ਼ਰੂਰ ਕਰੋ, ਦਿਲ ਦੀ ਗੱਲ ਖੋਲੋ, ਰੋਵੋ, ਕੋਈ ਗੱਲ ਨਹੀਂ, ਇੱਕ ਵਾਰੀ ਰੋਵੋ, ਗੱਲ ਕਰੋ, ਨਹੀਂ ਤਾਂ ਗੁਰਦੁਆਰੇ ਚੱਲ ਜਾਓ ਕਿ ਭਾਈ ਨਾਲ ਗੱਲ ਕਰ ਲਓ, ਭਾਈ ਆਹ ਚੀਜ਼ ਆ, ਮੈਨੂੰ ਮੈਨੂੰ ਦੱਸੋ ਕੋਈ ਹੱਲ ਦੱਸੋ। ਉੱਥੇ ਵਾਹਵਾ ਆਪਣੇ ਗੁਰਦੁਆਰੇ ਅੱਜ ਕੱਲ੍ਹ ਖੁੱਲ੍ਹ ਗਏ, ਜਿਹੜੇ ਬੱਚਿਆਂ ਨੂੰ ਫ੍ਰੀ 'ਚ ਦਿੰਦੇ ਕੌਂਸਲਿੰਗ ਵਗੈਰਾ, ਜਿੱਦਾਂ
ਗੱਲ ਕਰੋ, ਐਕਸਪ੍ਰੈਸ ਕਰੋ ਆਪਣੇ ਆਪ ਨੂੰ ਕੀ ਕੀ ਚੀਜ਼ ਹੈ ਕੀ ਨਹੀਂ। ਐਕਸਪੈਕਟੇਸ਼ਨਸ ਘਟਾਓ, ਜਿਹੜੀ ਚੀਜ਼ ਆ ਉਹ 'ਤੇ ਮਿਹਨਤ ਕਰਨਾ ਸ਼ੁਰੂ ਕਰੋ। ਹੁਣ ਕਈ ਲੋਕ ਚਾਹੁੰਦੇ ਆ ਕਿ ਦਿਨੋਂ ਦਿਨ ਮੈਨੂੰ ਆਹ ਮਿਲ ਜੇ, ਨਹੀਂ ਮਿਲਣੀ ਉਹਨੂੰ ਪਤਾ, ਉਹਨੇ ਦੇਖਿਆ ਇੱਕ ਬੰਦੇ ਨੂੰ ਆਹ ਚੀਜ਼ ਮਿਲ ਗਈ, ਉਹ ਅਗਲਾ ਬੰਦਾ ਉੱਥੇ ਡਿਪਰੈਸ਼ਨ ਚੱਲ ਜਾਂਦਾ, ਇਹਨੂੰ ਪਤਾ ਨਹੀਂ ਕੀ ਹੋ ਗਿਆ, ਮੈਨੂੰ ਤਾਂ ਇੰਨੇ ਸਾਲ ਹੋ ਗਏ ਯਾਰ ਮੇਰੇ ਕੋਲ ਚੀਜ਼ ਨਹੀਂ। ਕੀ ਉਹ ਚੀਜ਼ ਸਿੱਖ ਕੀ ਕਰ ਰਿਹਾ ਉਹ, ਮੇ ਬੀ ਉਹ ਕੁਛ ਇੱਦਾਂ ਦਾ ਕਰ ਰਿਹਾ ਜਿਹੜਾ ਤੂੰ ਨਹੀਂ ਕਰ ਰਿਹਾ ਹੈ ਨਾ। ਹੁਣ ਅੱਜ ਕੱਲ੍ਹ ਜਿਵੇਂ ਗੱਲ ਕਰੀਏ ਸੋਸ਼ਲ ਮੀਡੀਆ ਮਾਰਕੀਟਿੰਗ ਐਵਰੀਥਿੰਗ, ਸਾਰੇ ਕੋਲ ਫੋਨ ਆ ਹੈ ਨਾ। ਉਹ ਤਾਂ ਮੈਂ ਐਡ ਦਈ ਆਵਾਂ ਰੇਡੀਓ 'ਚ, ਜਿਹੜਾ ਯੂਥ ਸੁਣਦਾ ਨਹੀਂ, ਪੁਰਾਣੇ ਬੰਦੇ ਸੁਣ ਲੈਂਦੇ ਰੇਡੀਓ, ਮੈਂ ਮੇਰੇ ਵਰਗਾ ਸੁਣਦਾ ਹੀ ਨਹੀਂ, ਕਿਉਂਕਿ ਪਹਿਲਾਂ ਚਲੋ ਲੋਕਾਂ ਨੇ ਰੇਡੀਓ ਲਾਏ ਹੁੰਦੇ ਸੀ, ਹੁਣ ਅੱਜ ਕੱਲ੍ਹ ਆਪਾਂ ਉਹ ਲਾ ਦਿੰਦੇ। ਸੋ ਜੇ ਆਪਾਂ ਉਹਨੂੰ ਸਵਿੱਚ ਨਾ ਕਰਦੀ ਜਨਰੇਸ਼ਨ, ਸਾਰੇ ਬਿਜ਼ਨਸ ਡਾਊਨ ਜਾ ਰਹੇ ਸੀ। ਹੁਣ ਅੱਜ ਕੱਲ੍ਹ ਜਿਹੜੇ ਪੁਰਾਣੇ ਬਿਜ਼ਨਸ ਵੀ ਆ ਸੋਸ਼ਲ ਮੀਡੀਆ, ਈਵਨ ਮੈਕਡੋਨਲਡਸ ਵਰਗੇ ਵੱਡੇ ਬਿਜ਼ਨਸ ਨੂੰ ਵੀ ਸੋਸ਼ਲ ਮੀਡੀਆ ਕਰਨਾ ਪੈ ਰਿਹਾ, ਕਰਨਾ ਪੈਂਦਾ ਜ਼ਰੂਰੀ ਹੈ ਰਾਈਟ। ਪਹਿਲਾਂ ਉਹ ਨਹੀਂ ਕਰਦੇ, ਫਲਾਇਰ 'ਤੇ ਚੱਲ ਜਾਂਦਾ ਸੀ। ਸੋ ਇਹ ਚੀਜ਼ਾਂ ਆ, ਸੋਚੋ। ਡਿਪਰੈਸ਼ਨ ਜਿਹੜੀ ਆ ਮੈਨੂੰ ਫਿਟਨੈਸ ਨੇ ਦਿੱਤੀ, ਡਿਪਰੈਸ਼ਨ 'ਚੋਂ ਕੱਢਿਆ। ਹਾਂਜੀ। ਦੂਜੀ ਚੀਜ਼ ਆ ਮੈਂਟਲੀ ਫਿਜ਼ੀਕ, ਮੈਂਟਲੀ ਹੋ ਗਿਆ ਤਾਂ ਮੈਂ ਦੱਸਦਾ ਸਪਿਰਿਚੁਅਲ, ਠੀਕ ਹੈ, ਗੱਲਬਾਤ ਕਰੋ। ਦੂਜਾ ਫਿਜ਼ੀਕਲ, ਭਾਅ ਜੀ ਜਿਮ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ ਆ, ਮੈਂ ਸਹੀ ਕਹਿੰਦਾ, ਠੋਕ ਕੇ ਕਹਿੰਦਾ। ਪਤਾ ਨਹੀਂ ਸਾਡੇ ਕੋਲ ਕਿੰਨੇ ਬੰਦੇ ਆਉਂਦੇ ਆ ਐਵਰੀ ਡੇ, ਕਿੰਨੇ ਬੰਦਿਆਂ ਦੀ ਜ਼ਿੰਦਗੀ ਸਹੀ ਕੀਤੀ ਆ। ਚਲੋ ਕੀਤੀ ਤਾਂ ਕਾਲ ਪੁਰਖ ਨੇ, ਬਟ ਉਹ ਕਹਿ ਕੇ ਜਾਂਦੇ ਭਾਅ ਜੀ, ਦੋ ਦੋ ਘੰਟੇ ਸਾਡੇ ਕੋਲ ਬਹਿ ਕੇ ਰੋ ਕੇ ਜਾਂਦੇ ਕਿ ਭਾਈ ਤੁਹਾਡੇ ਕਰਕੇ ਸਾਡਾ ਪਤਾ ਨਹੀਂ ਕੀ ਹੋ ਗਿਆ, ਸਾਡੀ ਜ਼ਿੰਦਗੀ ਸਹੀ ਕਰਤੀ, ਤੁਸੀਂ ਗੋਲੀਆਂ ਛੁਡਵਾਤੀਆਂ, ਤੁਸੀਂ ਬੈਠੇ ਹੋ, ਤੁਹਾਡਾ ਕੋਈ ਫਿਜ਼ੀਕਲ ਕੰਮ ਨਹੀਂ ਹੈਗਾ, ਤੁਸੀਂ ਮੋਟੇ ਹੋ ਗਏ ਜਾਂ ਪਤਲੇ ਹੋ ਗਏ ਜਾਂ ਕੁਛ ਵੀ ਹੋ, ਬੋਡੀ ਵੀਕ ਆ, ਤੁਸੀਂ ਆਲਰੇਡੀ ਨੈਗੇਟਿਵ ਹੋ, ਠੀਕ ਆ। ਤੁਹਾਨੂੰ ਮੈਂ ਕਹਾਂ ਭਾਅ ਜੀ ਆਹ ਚੀਜ਼ ਸੈੱਲ ਕਰਨੀ ਆ, ਜਾਂ ਤੁਸੀਂ ਕੰਮ 'ਤੇ ਜਾਣਾ ਆ, ਕੰਸਟਰਕਸ਼ਨ ਦਾ ਕੰਮ ਕਰਨਾ ਆ, ਤੁਹਾਡਾ ਸਰੀਰ ਹੀ ਨਹੀਂ ਸਾਥ ਦੇ ਰਿਹਾ, ਤੁਸੀਂ ਅੱਜ ਮਾਇੰਡ ਸੈੱਟ ਬਣਾ ਕੇ ਗਏ ਸਵੇਰੇ ਮੈਂ 12 ਘੰਟੇ ਲਗਾਤਾਰ ਕੰਮ ਕਰਨਾ, ਤੁਹਾਡੀ ਬੋਡੀ 6 ਘੰਟੇ 'ਚ ਜਵਾਬ ਦੇਗੀ, ਡਿਪਰੈਸ਼ਨ ਆਪੇ ਆਉਣਾ। ਪਰ ਉਹ ਕਹਿਣਾ ਯਾਰ ਮੈਨੂੰ ਤਾਂ 6 ਘੰਟੇ ਦੇ ਵਿੱਚ ਹੀ ਮੇਰਾ ਦਿਮਾਗ ਖਰਾਬ ਹੋ ਗਿਆ। ਫਿਜ਼ੀਕਲ ਬਹੁਤ ਭਾਈ ਜ਼ਰੂਰੀ ਆ, ਤੁਹਾਡੇ ਦਿਮਾਗ 'ਚ ਐਂਡੋਫਰਿਨ ਰਿਲੀਜ਼ ਹੁੰਦੇ ਆ, ਯੂ ਫੀਲ ਗੁੱਡ। ਹੁਣ ਸਾਡੇ ਕੋਲ ਕੋਈ ਜਿੰਮ ਆਉਂਦੇ ਆ, ਉਹ ਸਿਰਫ ਇਸ ਕਰਕੇ ਆਉਂਦੇ, ਜਿੰਮ ਉਹਨਾਂ ਨੂੰ ਕੋਈ ਮਤਲਬ ਨਹੀਂ ਆ ਕਿ ਸਾਰੇ ਦਿਨ ਦੀ ਫਰਸਟ੍ਰੇਸ਼ਨ ਉਹਨਾਂ ਨੇ ਕੱਢਣੀ ਹੈ, ਉਹਨਾਂ ਲਈ ਜਿੰਮ ਇੱਕ ਸੈਕਿੰਡ ਹੋਮ ਆ, ਆਊਟਲੈਟ ਉਹਨਾਂ ਲਈ। ਸੋ ਉਹ ਚੀਜ਼ਾਂ ਕਿੱਦਾਂ ਨਿਕਲਦੀਆਂ, ਆਪਾਂ ਫਿਜ਼ੀਕਲੀ ਜਦੋਂ ਵਰਕ ਕਰਦੇ ਹਾਂ, ਸਵੈਟ ਆਊਟ ਕਰਦੇ ਹਾਂ, ਠੀਕ ਆ, ਚੀਜ਼ਾਂ, ਫਿਰ ਇਹ ਚੀਜ਼ ਨਾਲ ਪਿਆਰ ਵੀ ਹੋ ਜਾਂਦਾ, ਲੋਕ ਫਿਰ ਗੇਮਾਂ ਖੇਡਣ ਲੱਗ ਜਾਂਦੇ, ਪਾਵਰ ਲਿਫਟਿੰਗ, ਬਾਡੀ ਬਿਲਡਿੰਗ, ਇਹ ਉਹ ਸੈਕੰਡਰੀ ਆ ਜਾਂਦਾ ਫਿਰ। ਬਟ ਯੂ ਹੈਵ ਟੂ ਗੋ ਟੂ ਅ ਜਿਮ ਔਰ ਕੋਈ ਫਿਜ਼ੀਕਲ ਐਕਟੀਵਿਟੀ ਜਾਂ ਕੋਈ ਗੇਮ ਖੇਡਣੀ ਜ਼ਰੂਰੀ ਆ। ਜੇ ਤੁਸੀਂ ਆਪਣੇ ਨਿਆਣਿਆਂ ਨੂੰ ਸ਼ੁਰੂ ਤੋਂ ਹੀ, ਮੈਂ ਸਾਰਿਆਂ ਨੂੰ ਕਹਿੰਦਾ, ਸਾਰੇ ਪੇਰੈਂਟਸ ਨੂੰ, ਜੇ ਆਪਣੇ ਨਿਆਣਿਆਂ ਨੂੰ ਸ਼ੁਰੂ ਤੋਂ ਹੀ ਤੁਸੀਂ ਕਿ ਗੇਮ 'ਚ, ਸਪੋਰਟ 'ਚ ਪਾਉਂਦੇ ਹੋ ਨਾ, ਫਿਜ਼ੀਕਲ ਐਕਟੀਵਿਟੀ 'ਚ, ਉਹਨੂੰ ਮੈਂ ਕਹਿੰਦਾ 90% ਚਾਂਸ ਉਹਨੂੰ ਡਿਪਰੈਸ਼ਨ ਨਹੀਂ ਹੋਣਾ। ਉਹਨੇ ਪਹਿਲੀ ਗੱਲ, ਕੁਛ ਕਰੇ ਨਾ ਕਰੇ, ਮੈਡਲ ਲੈ ਕੇ ਆਵੇ ਨਾ ਆਵੇ, ਡਿਸਿਪਲਿਨ ਆ ਜਾਣਾ। ਸਪੋਰਟਸ ਤੁਹਾਨੂੰ ਡਿਸਿਪਲਿਨ ਸਿਖਾਉਂਦਾ, ਫਿਰ ਤੁਹਾਨੂੰ ਇੱਕ ਚੀਜ਼ ਦੀ ਸਪੋਰਟਸਮੈਨਸ਼ਿਪ ਸਪਿਰਿਟ ਆ ਜਾਂਦੀ ਆ ਕਿ ਟੀਮ ਵਰਕ ਕਿੱਦਾਂ ਹੁੰਦਾ, ਲੋਕਾਂ ਨਾਲ ਵਿਚਰਨਾ ਕਿੱਦਾਂ, ਗੱਲਬਾਤ ਕਿੱਦਾਂ ਕਰਨੀ, ਫਿਰ ਇੱਕ ਹੈਲਦੀ ਕੰਪੀਟੀਸ਼ਨ ਕਿੱਦਾਂ ਕਰਨਾ। ਹੁਣ ਇਹ ਕਿਹੜਾ ਤੇ ਵੱਢ ਦਿੰਦੇ ਕਿਸੇ ਨੂੰ, ਕੰਪੀਟੀਸ਼ਨ ਹੈਲਦੀ ਹੁੰਦਾ ਆ, ਤੂੰ ਜਿੱਤਿਆ ਮੈਂ ਜਿੱਤਿਆ ਸਾਰਾ ਕੁਝ, ਹੈਲਦੀ ਕੰਪੀਟੀਸ਼ਨ। ਨਿਆਣੇ ਨੂੰ ਸੋਚ ਪਹਿਲਾਂ ਹੀ ਫੀਡ ਕਰਤੀ ਕਿ ਬਾਈ ਆਹ ਚੀਜ਼ ਤਾਂ ਇੱਦਾਂ ਆ, ਇਹ ਤਾਂ ਨੋਰਮਲ ਚੀਜ਼ਾਂ ਆ, ਫਿਰ ਡਿੱਗਣਾ ਉੱਠਣਾ ਸਿੱਖ ਗਿਆ, ਸਾਰਾ ਕੁਛ ਕਰ ਗਿਆ। ਜੋ ਤੁਹਾਨੂੰ ਲੱਗਦਾ ਜਦੋਂ ਬੰਦਾ 16-17 ਸਾਲ ਦਾ ਹੋਊਗਾ, ਉਹਦੇ 'ਚ ਸਪੋਰਟਸਮੈਨਸ਼ਿਪ ਜਿਹਦੇ 'ਚ ਹੋਊਗੀ, ਉਹ ਬੰਦਾ ਡਿਪਰੈਸ਼ਨ ਜਾਊਗਾ, ਉਹ ਤਾਂ ਚੀਜ਼ਾਂ ਲੱਭੂ ਕਿ ਮੈਂ ਜ਼ਿੰਦਗੀ 'ਚ ਵਿਨ ਕਿੱਦਾਂ ਕਰਨਾ। ਹੁਣ ਸਹੀ ਗੱਲ ਜੀ, ਹੈ ਨਾ, ਅਸੀਂ ਤਾਂ ਇੱਦਾਂ ਦੇ ਬੰਦੇ ਵੇਖੇ 18-18 ਸਾਲ ਦੇ, ਜਿਹੜੇ ਆਲਰੇਡੀ ਸੋਚ ਕੇ ਬੈਠੇ ਮਿਲੀਨੀਅਰ ਕਿੱਦਾਂ ਬਣਨਾ ਬਾਏ 22। ਸਹੀ ਗੱਲ ਜੀ,
ਐਂਡ ਆਈ ਥਿੰਕ ਇਟਸ ਇਟਸ ਅ ਗੁੱਡ ਮੈਸੇਜ ਫੋਰ ਐਵਰੀਬਡੀ ਜਿੰਨੇ ਵੀ ਹੈਗੇ ਆ ਪੰਜਾਬੀ ਇੰਗਲਿਸ਼ ਦੱਸਦੇ ਆਪਾਂ ਸੋ ਵਟਐਵਰ ਲਾਈਕ ਜਿੰਨੇ ਵੀ ਐਸ ਮੈਨੀ ਪੇਰੈਂਟਸ ਐਸ ਕੈਨ ਸਪੋਰਟ ਯੂਰ ਕਿਡਸ ਪੁਸ਼ ਦਮ ਅੰਡਰਸਟੈਂਡ ਦਮ ਪੁਟ ਦਮ ਇਨ ਸਪੋਰਟਸ ਬੀ ਮੋਰ ਐਕਟਿਵ ਵੈਨ ਦੇ ਆਰ ਐਕਟਿਵ ਦੇ ਕੋਗਨੀਟਿਵ ਡਿਸੀਜਨਸ the way the brain operates, everything is in a healthy process. So as you said, I think it's like a team effort in a household to collectively work as a team, and it will result into, you know, good things. I think one thing we just gala karna chahne hai, jame mainu bhi haga hai abhi man chaga bhi hun Sidhu Moose wala siga, you know, RIP bhai. ek gal mainu hamesha main podcast kehna bhi oh ek kehnde sige pagga banan lag jao, right? Pagga banan kehnde itthe bhi nahi itthe banan itthe banan. ਇਹ ਮੈਨੂੰ ਗੱਲ ਮੈਂ ਦੇਖੀ ਨਾ, ਮੇਰੀ ਮੈਨੂੰ ਗੂਸ ਬੰਬ ਦਿੱਤੇ. ਮੈਂ ਚਲੋ ਮੈਂ ਇੱਥੇ ਨਹੀਂ, ਇੱਥੇ ਵੀ ਹੋਵੇ. ਹਾਂਜੀ ਇੱਥੇ ਵੀ ਹੋਵੇ, ਮੈਨੂੰ ਗੂਸ ਬੰਬ ਦਿੱਤੇ. ਕਿਉਂ ਵੀ ਮੈਂ ਅਮਰ ਸ਼ੱਕ ਨਹੀਂ ਗਾ ਵੀ ਹੋਪਫੁਲੀ ਇੱਕ ਦਿਨ ਕਿਰਪਾ ਕੀਤੀ ਮਹਾਰਾਜ ਨੇ ਵੀ ਫਿਰ ਆਪਾਂ ਕਰਾਂਗੇ. ਅਤੇ ਮੈਨੂੰ ਉਹ ਗੱਲ ਕਿਉਂ ਇੰਨੀ ਚੰਗੀ ਲੱਗੀ, ਕਿਉਂ ਆਪਾਂ ਨਾ ਅੰਡਰਸਟੈਂਡ ਨਹੀਂ ਕਰ ਸਕਦੇ ਰੈਪ੍ਰਜੈਂਟੇਸ਼ਨ ਕੀ ਆ, ਮਤਲਬ ਕੀ ਆ, ਕਿੱਥੋਂ ਆਇਆ ਇਹ, ਅਤੇ ਆਪਾਂ ਕਿਵੇਂ ਅੱਗੇ ਤੋਰਨਾ ਆ. ਆਪਾਂ ਕਹਿੰਦੇ ਚਲੋ ਪੱਗ ਬੰਨੀ ਕੋਈ ਨਾ, ਇਹ ਕਰ ਲਿਆ ਇਹ ਕਰ ਲਿਆ, ਜੇ ਜ਼ਿੰਦਗੀ ਜੀਨੇ ਆ. ਆਏ ਨਹੀਂ ਕਹਿੰਦੇ ਜ਼ਿੰਦਗੀ ਨਾ ਜੀਓ, ਪਰ ਅੰਡਰਸਟੈਂਡ ਕਰੋ ਰੈਪ੍ਰਜੈਂਟ ਕਰਦਾ ਕੀ ਆ, ਪੱਗ ਦਾ ਮਤਲਬ ਕੀ ਆ. ਉਹ ਉਹ ਪੈਰ 'ਤੇ ਤੁਰੋ ਜੋ ਆਪਣੇ ਹੁਣ ਵੀ ਤੁਸੀਂ ਗੱਲ ਕੀਤੀ ਆ ਆਪਣੇ ਸ਼ਹੀਦੀਆਂ ਦੇ, ਰਾਈਟ? ਹੁਣ ਕਿੰਨੇ ਉਹਨਾਂ ਨੇ ਆਪਣੇ ਸਿਰ ਵਾਰਤੇ ਆ, ਆਪਣੀ ਜ਼ਿੰਦਗੀਆਂ ਵਾਰਤੀਆਂ, ਜਵਾਕਾਂ ਦੀਆਂ ਜ਼ਿੰਦਗੀਆਂ ਵਾਰਤੀਆਂ. ਅਤੇ ਆਪਾਂ ਨਿੱਕੀ ਗੱਲਾਂ ਨਹੀਂ ਛੱਡ ਸਕਦੇ ਪੱਗਾਂ ਬੰਨਣ ਪਿੱਛੇ. ਅਸਲ 'ਚ ਨਾ ਇਹ ਇੱਕ ਮੈਨੂੰ ਨਹੀਂ ਪਤਾ ਕਿਉਂ ਸੀ, ਪਹਿਲਾਂ ਨਾ ਇੱਕ ਲਹਿਰ ਚੱਲ ਪਈ ਸੀ ਵਾਲ ਕਟਾਉਣ ਦੀ ਪੰਜਾਬ 'ਚ, ਅਤੇ ਉਦੋਂ ਟਰੈਂਡ ਚੱਲ ਪਿਆ ਸੀ. ਅਤੇ ਇੱਕ ਨਾ ਜਦੋਂ ਅਸੀਂ ਕੈਨੇਡਾ ਆਉਣਾ ਸੀ 2016 ਦੇ ਵਿੱਚ, ਸਾਡਾ ਇੱਕ ਕਿਹੜਾ ਕੌਣ ਸੀ ਨਾਮ ਨਹੀਂ ਯਾਦ, ਸਾਡੇ ਨਾ ਇੱਦਾਂ ਨਾ ਮਿਊਚੁਅਲ ਫਰੈਂਡ ਸੀਗਾ, ਮਿਊਚੁਅਲ ਵੀ ਇੱਦਾਂ ਬਣਿਆ ਸੀਗਾ ਜਿਵੇਂ ਹੁੰਦਾ ਨਾ ਕਾਲਜ ਪਲੇਸਮੈਂਟਸ ਹੁੰਦੀਆਂ ਨੇ, ਉਹਦੇ ਤੋਂ ਤੁਸੀਂ ਐਪਟੀਟਿਊਡ ਦੀ ਤਿਆਰੀ ਕਰਨ ਲਈ ਜਾਂਦੇ ਹੋ, ਹੈ ਨਾ, ਇੰਸਟੀਟਿਊਟਸ 'ਤੇ. ਉੱਥੋਂ ਫਰੈਂਡ ਬਣ ਗਿਆ ਸੀਗਾ, ਅਤੇ ਅਸੀਂ ਇੱਕ ਦਿਨ ਵੇਖਿਆ ਸੀ ਜਿੱਥੇ ਆਇਲਸ ਕਰਦੇ ਸੀ, ਉਹ ਸਰ ਨੂੰ ਅਸੀਂ ਮਿਲਣ ਗਏ ਕਿ ਸਾਡੇ ਬੈਂਡ ਆ ਗਏ ਸੀ, ਅਸੀਂ ਉਹਨੂੰ ਮਿਲਣ ਗਏ ਸਰ ਬੈਂਡ ਆ ਗਏ, ਹੁਣ ਫਾਈਲ ਲਾ ਦੇਣੀ ਆ. ਆਉਂਦਾ ਠੀਕ ਆ, ਉੱਥੇ ਮਿਲਿਆ ਸੀ, ਵੇਖੀ ਉਹਨੇ ਵਾਲ ਕਟਾਤੇ, ਅਤੇ ਵਾਲ ਕਾਹਦੇ ਕਟਾਤੇ? ਆਉਂਦਾ ਆਪਾਂ ਚੱਲੇ ਕੈਨੇਡਾ. ਅਸੀਂ ਤਾਂ ਅਸੀਂ ਆਖੀ ਵਾਲ ਕੱਟਣ ਦਾ ਮਤਲਬ ਕੀ ਲਿੰਕ ਕੀ ਹੋਇਆ? ਹਾਂ ਬਸ ਨਹੀਂ ਨਹੀਂ, ਜਿਹੜਾ ਵਾਲ ਕਟਾ ਰਿਹਾ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕਿਉਂ ਕਟਾ ਰਿਹਾ. ਮੇਰੀ ਸੁਣੋ, ਮੈਂ ਪੁੱਛਿਆ ਕਹਿੰਦਾ ਤੈਨੂੰ ਨਹੀਂ ਪਤਾ ਉੱਥੇ ਕੰਮ ਨਹੀਂ ਮਿਲਦਾ ਜੇ ਉੱਥੇ ਦਾੜੀ ਰੱਖੀ ਹੋਵੇ, ਉਹਦੇ ਟਿਮ 'ਚ ਰੱਖ ਦੇਣੀ, ਉੱਥੇ ਮੈਕਡੋਨਲਡ ਰੱਖ ਦੇਣੀ. ਮੈਂ ਕਿਹਾ ਹੋਰ ਕਿਤੇ ਕੰਮ ਨਹੀਂ ਮਿਲਦਾ? ਕਹਿੰਦਾ ਨਹੀਂ, ਮੈਂ ਇਹਨੂੰ ਮੈਂ ਹੀ ਯਾਰ ਆਹ ਕਿਹੜਾ ਹਿਸਾਬ ਹੈ. ਅਤੇ ਅਸੀਂ ਤਾਂ ਅਸੀਂ ਕਿਹਾ ਠੀਕ ਆ, ਵੇਖੀ ਜਾਊਗੀ ਨਹੀਂ ਤਾਂ ਵਾਪਸ ਆ ਜਾਵਾਂਗੇ. ਅਸੀਂ ਦੋਵੇਂ ਆਏ ਅਤੇ ਇਹਨੇ ਪਤਾ ਵੀ ਕਰ ਲਿਆ, ਇਹਦੇ ਡੈਡੀ ਨੇ ਕਿ ਚੱਲ ਨਹੀਂ ਕੰਮ ਮਿਲਿਆ ਕੋਈ ਤਾਂ ਗੁਰਦੁਆਰੇ ਲਵਾ ਦਾਂਗੇ ਤੁਹਾਨੂੰ. ਅਸੀਂ ਨਾ ਮਤਲਬ ਇੱਕ ਨਾ ਜਿੱਦਾਂ ਦਿਮਾਗ 'ਚ ਬੈਠਾ ਕਿ ਇੱਥੇ ਆ ਕੇ ਅਤੇ ਵਾਲ ਕਟਾ ਕੇ ਆਪਾਂ ਬਹੁਤ ਯੰਕੀ ਬਣ ਗਏ. ਤੁਸੀਂ ਮਾਮਾ ਘੋਨੇ ਮੋਨੇ 'ਚ ਰੁਲ ਗਏ ਜੇ, ਕੁਛ ਨਹੀਂ ਕੀਤਾ ਤੁਸੀਂ. ਸਹੀ ਗੱਲ, ਠੀਕ ਆ. ਸੋ ਉਹ ਚੀਜ਼ਾਂ ਹੋਈਆਂ, ਚਲੋ ਉਹ ਵੀ ਵਾਪਸ ਆਉਣ ਕੇ ਸਾਰੇ ਆ ਰਹੇ ਆ, ਐਂਡ ਹੁਣ ਟ੍ਰੈਂਡ ਦੂਜੇ 'ਚ ਲਿਆ ਜੇ, ਹੁਣ ਦੂਜੇ ਪਾਸੇ ਪੱਗਾਂ ਬੰਨਣ ਲੱਗ ਗਈ. ਇਹ ਮੈਨੂੰ ਬਹੁਤ ਖੁਸ਼ੀ ਹੁੰਦੀ ਆ, ਮੈਂ ਤਾਂ ਆਪ ਆਇਆ. ਸੋ ਮੈਂ ਪਹਿਲਾਂ ਦਾੜੀ ਕੱਟਦਾ ਸੀ, ਮੈਂ ਹੁਣ ਨਹੀਂ ਕੱਟਦਾ, ਮੈਨੂੰ 2 ਸਾਲ ਹੋ ਗਏ ਹੁਣ. ਅਤੇ ਅੱਛਾ, ਇਹ ਵੀ ਕੋਈ ਡਿਸੀਜ਼ਨ ਨਹੀਂ ਬਣਿਆ, ਇਹ ਕਿਰਪਾ ਹੋਈ, ਇਹ ਮਾਲਕ ਦੀ ਕਿਰਪਾ ਹੋਈ. 2022 August ਦੀ ਗੱਲ, ਮੇਰਾ ਟ੍ਰਿਮਰ ਜਿਹੜਾ ਮੇਰੇ ਹੱਥ ਹੀ ਨਹੀਂ ਪਿਆ ਨਾ, ਮੈਨੂੰ ਪਤਾ ਹੀ ਨਹੀਂ ਮੈਂ ਕਿਉਂ ਕੀਤਾ. ਮੈਂ ਸੁੱਟਤਾ ਸਾਈਡ 'ਤੇ, ਅਤੇ ਬਸ ਮੈਂ ਕੱਟੇ ਹੀ ਨਹੀਂ, ਵਾਲ ਹੀ ਨਹੀਂ ਕੱਟੇ ਭਾਅ ਜੀ. ਉਸ ਤੋਂ ਬਾਅਦ ਜਦੋਂ ਮੇਰੇ ਦਾੜੀ ਆਈ ਹੈ ਨਾ, ਉਦੋਂ ਮੈਨੂੰ ਫੀਲ ਹੋਇਆ ਕਿ ਕੀ ਕੌਨਫੀਡੈਂਸ ਹੁੰਦਾ ਆ, ਕਿੱਦਾਂ ਦਾ ਫੀਲ ਹੁੰਦਾ ਆ, ਹਾਊ ਟੂ ਬੀ. ਮੈਂ ਹੁਣ ਆਪਣੇ ਆਪ ਨੂੰ ਇੰਨਾ ਗੁੱਡ ਫੀਲ ਕਰਦਾ ਨਾ, ਕੰਪਲੀਟ ਫੀਲ ਕਰਦਾ.
ਨਹੀਂ ਤੇ ਭਾਅ ਜੀ ਇੱਕ ਗੋਰੇ ਨੇ ਨਾ ਸਾਨੂੰ ਪੁੱਛ ਲਿਆ, ਮੇਰਾ ਪਾਣੀ ਪਾਣੀ ਹੋ ਗਿਆ ਸੀ ਉੱਥੇ ਜਦੋਂ ਆਪਾਂ ਨਵੇਂ ਆਏ ਸੀ, ਕਹਿੰਦਾ ਵਾਈ ਦਿਸ ਗਾਈ ਹੈਵ ਅ ਬੀਅਰਡ ਐਂਡ ਯੂ ਡੋਂਟ ਹੈਵ। ਮੈਂ ਗੱਲ ਹੈ ਇਹਨੂੰ ਕੀ ਜਵਾਬ ਦੇ ਗਿਆ, ਆਪਣੇ ਆਪ ਕਹਿ ਦਈਦਾ ਆ ਗੋਰੇ ਨੂੰ ਮੈਂ ਕੀ ਕਹਾਂ। ਮੈਂ ਪਤਾ ਕੀ ਕਿਹਾ ਉਹਨੂੰ, ਮੈਂ ਕਿਹਾ ਮੈਂ ਕਿਹਾ ਆਈ ਐਮ ਨੋਟ ਅ ਟਰੂ ਸਿੱਖ, ਮੈਂ ਕਿਹਾ ਹੀ ਇਜ਼ ਅ ਸਿੱਖ, ਮੈਂ ਕਿਹਾ ਮੈਂ ਉਹਨੂੰ ਫਿਰ ਸਮਝਾਇਆ, ਮੈਂ ਕਿਹਾ ਮੈਂ ਗਲਤੀਆਂ ਕਰਤੀਆਂ, ਮੈਂ ਮਿਸਟੇਕਸ ਕੀਤੀਆਂ, ਮੈਨੂੰ ਉਹ ਚੀਜ਼ ਬਹੁਤ ਚੁੱਭੀ ਉਦੋਂ, ਬਟ ਫਿਰ ਇਗਨੋਰ ਕਰਤੀ, ਬਟ ਫਿਰ ਕਿਰਪਾ ਹੋਈ ਗੁਰੂ ਸਾਹਿਬ ਦੀ ਅਤੇ ਫਿਰ ਮੈਂ ਬਾਲ ਕੱਟਣੇ ਛੱਡਤੇ। ਹੁਣ ਮੈਂ ਜਦੋਂ ਜਾਣਾ ਇੰਡੀਆ ਅਤੇ ਮੈਂ ਅੰਮ੍ਰਿਤ ਛੱਕ ਲੈਣਾ, ਸੋ ਅਨੰਦਪੁਰ ਸਾਹਿਬ ਛੱਕ ਆਵਾਂਗੇ। ਸੋ ਇਹ ਇਹ ਭਾਅ ਜੀ ਅੰਦਰੋਂ ਹੀ ਆਉਂਦੀ ਹੈ ਚੀਜ਼। ਅਤੇ ਜਿਹੜਾ ਪੱਗਾਂ ਦਾ ਦੇਖੋ, ਇਹ ਜਿਹੜੀ ਆਪਣੇ ਸਿੱਧੂ ਦੀ ਗੱਲ ਕਰ ਰਹੇ ਉਹਨਾਂ ਦੀ, ਅਤੇ ਜੇ ਉਹਨੇ ਪੱਗ ਦੀ ਗੱਲ ਕੀਤੀ ਆ, ਹੁਣ ਵੈਸੇ ਤਾਂ ਪੱਗ ਦੇ ਨੂੰ ਚਲੋ ਪਹਿਚਾਣ ਦੇਣ ਦੀ ਕੋਈ ਕੋਈ ਇੱਦਾਂ ਦਾ ਬੰਦਾ ਹੈ ਨਹੀਂ ਜਿਹੜਾ ਪੱਗ ਨੂੰ ਪਹਿਚਾਣ ਦੇ, ਤੂੰ ਪੱਗ ਤਾਂ ਗੁਰੂਆਂ ਨੇ ਪਹਿਚਾਣ ਦਿੱਤੀ ਆ। ਬਟ ਉਹ ਬੰਦੇ ਨੇ ਕੀ ਕੀਤਾ ਆ ਸਿੱਧੂ ਨੇ, ਜਿਹੜੇ ਹਾਲੀਵੁੱਡ ਦੇ ਵਿੱਚ ਜਿਹਨਾਂ ਨੂੰ ਪਤਾ ਹੀ ਨਹੀਂ ਆ, ਜਿਹੜੇ ਹਾਰਡਕੋਰ ਗੋਰੇ ਉਹਨਾਂ ਨੂੰ ਹਾਲੇ ਵੀ ਨਹੀਂ ਪਤਾ ਇਹ ਕੀ ਬੰਦੇ ਆ, ਹਾਲੇ ਵੀ ਟਾਵਲ ਹੈਡ ਕਹਿ ਦਿੰਦੇ ਇੱਦਾਂ ਉਹਦਾ। ਸਾਨੂੰ ਵੀ ਮਿਲੇ ਆ ਦੋ ਤਿੰਨ ਜਾਣੇ ਜਿਹਨੇ ਸਾਨੂੰ ਕਹਿਤਾ ਸੀ, ਪਰ ਮੈਂ ਚੰਗੀ ਤਰ੍ਹਾਂ ਸਮਝਾਇਆ ਸੀ। ਅਤੇ ਉਹ ਬੰਦੇ ਜਿਹੜੇ ਆ ਨਾ, ਉਹ ਉਹਨੇ ਕੀ ਕੀਤਾ, ਉੱਥੇ ਜਗਿਆ ਜਦੋਂ ਉਹ ਕਾਲਿਆਂ ਦੇ ਦੇਸ਼ 'ਚ ਵੀ ਗਿਆ, ਉੱਥੇ ਉਹਨਾਂ ਨੂੰ ਦੱਸ ਕੇ ਆਇਆ ਕਿ ਇਹ ਪੱਗ ਆ ਸਾਡੀ, ਇਹ ਪਹਿਚਾਣ ਆ ਇੱਦਾਂ, ਮਤਲਬ ਉਹਨਾਂ ਨੂੰ ਰੀਪ੍ਰਜੈਂਟ ਇੱਦਾਂ ਕੀਤਾ ਕਿ ਇੱਕ ਕਿੰਨੇ ਵੱਡੇ ਲੈਵਲ 'ਤੇ ਜਾ ਕੇ ਉਹ, ਅੱਜ ਕਿ ਡਰੇਕ ਨੇ ਵੀ ਹੁੱਡੀ 'ਚ ਉਹਦੀ ਫੋਟੋ ਪਾਈ ਆ, ਰਾਈਟ। ਸੋ ਉਹ ਉਹ ਬੰਦੇ ਨੇ ਕਿੱਥੇ ਤੱਕ ਪੱਗ ਪਹੁੰਚਾ ਤੀ ਕਿ ਡਰੇਕ ਕੋਲ ਸਾਹਮਣੇ ਪੱਗ ਆ, ਹੁਣ ਲੋਕਾਂ ਨੂੰ ਐਟਲੀਸਟ ਸਾਨੂੰ ਮੌਕ ਨਹੀਂ ਕਰ ਸਕਦੇ, ਹੁਣ ਅਸੀਂ ਉਸ ਲੈਵਲ 'ਤੇ ਜਾ ਰਹੇ ਹਾਂ। ਹਾਂਜੀ, ਹੁਣ ਅਸੀਂ ਇਹ ਜਿਵੇਂ ਜਿੰਮ ਖੋਲ੍ਹੀ ਸੀ ਨਾ, ਅਤੇ ਅਸੀਂ ਜਦੋਂ ਲਾਈਆਂ ਸੀ, ਸਾਨੂੰ ਬੜੇ ਲੋਕਾਂ ਨੇ ਕਿਹਾ ਭਾਅ ਜੀ, ਬਹੁਤ ਲੋਕਾਂ ਨੇ, ਨਾ ਲਾਓ, ਅਸੀਂ ਕਰਦੇ ਪਏ ਜੇ, ਲੋਕਾਂ ਨੇ ਨਹੀਂ ਆਉਣਾ, ਤੁਸੀਂ ਤਾਂ ਆਈਸੋਲੇਟ ਕਰਤਾ। ਲੋਕ ਤਾਂ ਇਹ ਵੀ ਕਹਿਣ ਲੱਗੇ, ਹਿੰਦੂ ਫੈਮਲੀਜ਼ ਨੇ ਨਹੀਂ ਆਉਣਾ, ਤੁਸੀਂ ਤਾਂ ਸਾਰੀ ਸਿੱਖੀ ਕਰਤੀ। ਉਹ ਮੈਂ ਹਿੰਦੂ ਨਾ ਆਓ, ਕ੍ਰਿਸਚਨ ਨਾ ਆਓ, ਇੰਨੇ ਬੰਦੇ ਬੇਵਕੂਫ ਆਣਾ ਇਹ ਕਈ ਬੰਦੇ ਜਿਹੜੇ ਨਾ, ਮੈਂ ਕਿਹਾ ਮੈਂ ਹਨੂੰਮਾਨ ਜੀ ਲਾਏ ਉੱਥੇ, ਹਾਂਜੀ, ਫਿਰ ਉਹ ਕੀ ਮੈਂ ਗਲਤ ਲਾਤੇ, ਹੈਨਾ। ਉਹ ਮੈਂ ਕਿਹਾ ਯਾਰ ਤੁਸੀਂ ਇਹ ਚੀਜ਼ਾਂ 'ਚ ਬਾਹਰ ਨਹੀਂ ਆਉਂਦੇ ਯਾਰ, ਹਿੰਦੂ ਮੁਸਲਮਾਨ ਸਿੱਖ ਇਹੀ ਕਰੀ ਜਾਂਦੇ ਤੁਸੀਂ, ਠੀਕ ਆ। ਹੁਣ ਆਪਣੇ ਬੰਦਿਆਂ ਨੇ ਇਹ ਕਿਹਾ ਕਿ ਨਾ ਲਾਓ, ਤੁਸੀਂ ਐਕਸਟ੍ਰੀਮ ਕਰੀ ਜਾਂਦੇ ਜੇ, ਅੱਜ ਉਹੀ ਬੰਦੇ ਆ ਗਏ ਅੱਜ ਪ੍ਰਾਊਡ ਕਰਦੇ ਜੇ, ਸੇਮ ਬੰਦੇ ਮੈਂ ਨਾ ਨਹੀਂ ਲੈਣੇ, ਅੱਜ ਕਹਿ ਗਏ ਕਿ ਨਹੀਂ ਭਾਈ ਤੁਸੀਂ ਤਾਂ ਖੁੱਤੀ ਪਾ ਤੀ ਆ, ਗੋਰੇ ਲਿਆ ਤੇ ਭਾਅ ਜੀ, 80% ਮੈਂਬਰ ਗੋਰਾ ਸਾਡਾ, ਗੋਰੇ ਕਾਲੇ ਸਾਰੇ। ਉਹ ਭਾਅ ਜੀ ਆ ਕੇ, ਉਹ ਆ ਕੇ ਸਗੋਂ ਪੁੱਛਦੇ ਆ, ਉਹ ਆਹ ਕੌਣ ਕਿਹਦੀ ਫੋਟੋ ਲਾਈ ਹੈ, ਮੈਂ ਕਿਹਾ ਬਾਬਾ ਦੀਪ ਸਿੰਘ ਜੀ ਉਹ ਕੌਣ ਆ, ਮੈਂ ਕਿਹਾ ਫਿਰ ਮੈਂ ਦੱਸਿਆ। ਹੁਣ ਮੈਂ ਇੰਗਲਿਸ਼ ਵੀ ਪਾਉਣੀ ਸ਼ੁਰੂ ਕਰਤੀਆਂ ਆ ਕਿ ਇਹ ਇੱਦਾਂ ਆ, ਇਹਦੀ ਰੀਪ੍ਰਜੈਂਟੇਸ਼ਨ ਇੱਦਾਂ ਆ, ਅਸੀਂ ਆ 5 ਕਕਾਰ ਪਾਉਂਦੇ ਹਾਂ। ਅਸੀਂ ਪਾਵਰ ਲਿਫਟਿੰਗ ਮੀਟ 'ਤੇ ਗਏ ਪਹਿਲੀ, 2 ਸਾਲ ਪਹਿਲਾਂ ਇਹਦੀ ਪਹਿਲੀ ਫਸਟ ਮੀਟ ਸੀ। ਹੁਣ ਤੁਹਾਨੂੰ ਇਹ ਚੀਜ਼ ਮੈਂ ਕਹਿ ਰਿਹਾ, ਕੈਮਰੇ 'ਤੇ ਜ਼ਰੂਰ ਪਾਇਓ, ਇਹ ਪਾਵਰ ਲਿਫਟਿੰਗ ਮੀਟ 'ਤੇ ਗਏ ਨੇ, ਅੰਮ੍ਰਿਤ ਛਕਿਆ, ਠੀਕ ਹੈ। ਹੁਣ ਇਹਦਾ ਕਛਹਿਰਾ ਵੀ ਲੰਬਾ, ਕਿਰਪਾਨ ਵੀ ਪਾਈ, ਉਹਨਾਂ ਨੂੰ ਪਤਾ ਹੀ ਕੁਛ ਨਹੀਂ। ਅਸੀਂ ਗਏ ਅਤੇ ਕਹਿੰਦੇ, ਉਹ ਜਦੋਂ ਸਾਰਾ ਕੁਛ ਚੈੱਕ ਕਰਦੇ ਤੁਹਾਡਾ ਕਛਹਿਰਾ ਤੱਕ, ਹਾਂਜੀ, ਅਤੇ ਕਹਿੰਦੇ ਆ ਡੈਗਰ ਕਿਉਂ ਟੰਗਿਆ, ਅਸੀਂ ਡੈਗਰ ਨਹੀਂ ਕਿਰਪਾਨ ਆ, ਕਹਿੰਦੇ ਕਿਰਪਾਨ ਕੀ ਹੁੰਦੀ, ਫਿਰ ਉਹਨੂੰ ਦੱਸਿਆ ਕਿਰਪਾ ਆਉਣ ਲਾਈਕ ਬਲੈਸਿੰਗ ਇਜ਼ ਕਮਿੰਗ। ਸੋ ਇਹਨੇ ਸਮਝਾਇਆ, 2 ਘੰਟੇ ਲਾ ਕੇ ਉਹਨਾਂ ਨੂੰ ਇਹ ਦੱਸਿਆ ਕਿ ਇਹ ਚੀਜ਼ ਹੈ, ਸਾਡੀ ਰਿਲੀਜੀਅਸ ਫੇਥ ਆ, ਇਹ ਸਾਡਾ ਪਾਰਟ ਆਫ ਬੋਡੀ ਆ, ਇਹਨੂੰ ਆਪਾਂ ਰਿਮੂਵ ਨਹੀਂ ਕਰ ਸਕਦੇ। ਫਿਰ ਕਹਿੰਦੀ ਜਦੋਂ ਅੰਡਰਵੀਅਰ, ਵਾਈ ਯੋਰ ਅੰਡਰਵੀਅਰ ਸੋ ਲੌਂਗ, ਇਹਨੇ ਦੱਸਿਆ ਕਛਹਿਰਾ ਆ, ਫਿਰ ਇਹਨੂੰ 5 ਕੰਗਾਰ ਸਮਝਾਏ, ਫਿਰ ਅਸੀਂ ਕੰਘਾ ਵੀ ਪਾਇਆ ਆ। ਸੋ ਇਹਨੇ ਫਿਰ ਸਾਰਾ ਸਮਝਾ ਕੇ ਨਾ ਉਹਨੂੰ ਦੱਸਿਆ। ਜਦੋਂ ਫਿਰ ਉਹ ਪਾਵਰ ਲਿਫਟਿੰਗ ਵਾਲੇ ਜਿਹੜੇ ਅਗਲੀ ਵਾਰੀ ਮੀਟ ਖੇਡਣ ਗਏ, ਉਹਨਾਂ ਨੂੰ ਪਤਾ ਸੀ, ਓ ਯੂ ਗਾਈਜ਼, ਵੀ ਨੋ ਦੈਮ, ਵੀ ਨੋ ਯੂ ਗਾਈਜ਼। ਉਸ ਤੋਂ ਬਾਅਦ ਸਾਡਾ ਇੱਕ ਸਿੰਘ ਆ ਦਮਨਪ੍ਰੀਤ, ਅਸੀਂ ਉਹਨੂੰ ਟ੍ਰੇਨ ਕੀਤਾ ਸੀ, ਪਾਵਰ ਲਿਫਟਰ ਆ ਉਹ ਵੀ ਇੱਥੇ, ਉਹਨੂੰ ਉਹ ਗਿਆ ਨਾ, ਉਹਨੂੰ ਪੁੱਛਿਆ ਹੀ ਨਹੀਂ। ਉਹ ਤੋਂ ਬਾਅਦ ਹੁਣ ਬੜੇ ਸਿੰਘ ਗਏ, ਬਾਅਦ 3-4 ਜਣੇ ਸਿੰਘ ਗਏ ਆ ਜਿਹਨਾਂ ਨੇ ਗਾਤਰਾ ਪਾਇਆ, ਸਭ ਕੁਛ ਕੀਤਾ, ਉਹਨਾਂ ਨੂੰ ਪੁੱਛਦੇ ਨਹੀਂ ਹੁਣ, ਉਹਨਾਂ ਨੂੰ ਪਤਾ ਲੱਗ ਗਿਆ, ਪਤਾ ਲੱਗ ਗਿਆ ਕੀ ਆ। ਫਿਰ ਅਸੀਂ ਇੱਕ ਦੂਜੀ ਫੈਡਰੇਸ਼ਨ 'ਚ ਗਏ, CPL, ਸੇਮ, ਉਹਨਾਂ ਨੂੰ ਵੀ ਨਹੀਂ ਪਤਾ, ਫਿਰ ਸਮਝਾ ਗਏ। ਹੁਣ
ਅਸੀਂ ਦੋ ਤਿੰਨ ਫੈਡਰੇਸ਼ਨਾਂ ਨੂੰ ਦੱਸ ਕੇ ਆਏ ਹਾਂ ਵੀ ਆਹ ਸਾਡੀ ਕਿਰਪਾਨ ਹੈ। ਹੁਣ ਇੱਕ ਸਾਡਾ ਪੰਗਾ ਫਸ ਗਿਆ CPU ਨਾਲ, ਕੈਨੇਡੀਅਨ ਪਾਵਰਲਿਫਟਿੰਗ ਯੂਨੀਅਨ ਆ ਜਿਹੜੀ ਖੇਡ ਕੇ ਤੁਸੀਂ ਬਾਅਦ ਚੋਂ IPF ਜਾਂਦੇ ਹੋ, ਇੰਟਰਨੈਸ਼ਨਲ ਪਾਵਰਲਿਫਟਿੰਗ ਫੈਡਰੇਸ਼ਨ, ਉਹਨਾਂ ਨੇ ਸਾਡੇ ਨਾਲ ਪੰਗਾ ਲੈ ਲਿਆ। ਉਹਨਾਂ ਨੇ ਕਿਰਪਾਨ ਕਹਿਤਾ ਲਾਓ, ਅਸੀਂ ਨਹੀਂ ਲਾਉਣੀ। ਅਤੇ ਉਹ ਫਿਰ ਅਸੀਂ ਕੰਪੀਟੀਸ਼ਨ ਖੇਡ ਕੇ ਆਏ, ਕਹਿੰਦੀ ਅੰਦਰ ਪਾਲਾ, ਉਹਨੇ ਇਹਨੇ ਉਦੋਂ ਤੋਂ ਅੰਦਰ ਪਾਲੀ, ਪਰ ਅਸੀਂ ਬਾਅਦ ਚੋਂ ਕਿਹਾ ਕਿ ਨਹੀਂ ਇਹ ਤਾਂ ਬਾਹਰ ਨੂੰ ਪਊਗੀ ਕਿ ਤੁਸੀਂ ਤੁਹਾਡੇ ਜੇ ਤੁਸੀਂ ਡਾਇਵਰਸਿਟੀ ਦੀ ਗੱਲ ਕਰਦੇ ਜੇ ਤੁਸੀਂ ਸਾਰਾ ਕੁਛ ਕਰਦੇ ਕਿਰਪਾਨ ਕੋਲ ਲਵਾਈ ਦੀ। ਅਸੀਂ ਉਹਨਾਂ ਨੂੰ ਈਮੇਲ ਕੀਤੀ ਹੋਈ ਆ ਇੱਕ ਹਫ਼ਤਾ ਮੰਗਿਆ ਉਹਨਾਂ ਨੂੰ ਜੇ ਨਹੀਂ ਤਾਂ ਇਹ ਵੀਡੀਓ ਆਉਣੀ ਬਹੁਤ ਤਕੜੀ, ਅਤੇ ਮੈਂ ਜਦੋਂ ਵੀਡੀਓ ਪਾਉਣਾ ਨਾ ਮੈਂ ਉੱਪਰ ਥੱਲੇ ਨਹੀਂ ਭੇਜ ਦਿੰਦਾ, ਫਿਰ ਆਪਾਂ ਮਾਝੇ ਵਾਲੇ ਸਿੱਧੇ ਚੱਲੇ। ਮੈਂ ਕਿਹਾ ਮੈਂ ਤਾਂ ਰੋਲੂ ਤੁਹਾਨੂੰ, ਮੈਂ ਕਿਹਾ ਤੁਹਾਡੀ ਤਾਂ ਮੈਂ ਉਹ ਮਿੱਟੀ ਪਲੀਤ ਕਰੂੰ, ਤੁਸੀਂ ਵੇਖੋਗੇ ਤਾਂ ਠਾਓਗੇ ਕਿ ਇਹ ਪੰਗਾ ਕਿਹਦੇ ਨਾਲ ਲੈ ਲਿਆ। ਮੈਂ ਕਿਹਾ ਸਾਨੂੰ ਜਵਾਬ ਦਿਓ, ਜਵਾਬ ਦਿਓ ਨਾ ਜੀ, ਅਫੀਸ਼ੀਅਲ ਆਨਸਰ ਮੰਗਦੇ ਦੱਸੋ ਯਾਰ। ਅਫੀਸ਼ੀਅਲ ਕੰਪੀਟੀਸ਼ਨ ਖੇਡ ਕੇ ਓਵਰਆਲ ਜਿੱਤ ਗਿਆ ਉੱਥੇ, ਓਵਰਆਲ ਭਾਜੀ ਫਸਟ ਲੈਣਾ ਹੀ ਲੈਣਾ, ਓਵਰਆਲ ਜਿੱਤਣਾ ਬਹੁਤ ਔਖਾ, ਬਹੁਤ ਔਖਾ ਵੀ ਹੈ ਨਾ। ਉੱਥੇ ਜਾ ਕੇ ਤੁਸੀਂ ਇੱਕ ਚੀਜ਼ 'ਤੇ ਅੜ ਗਏ ਕਿ ਬਾਈ ਕਿਰਪਾਨ ਨਹੀਂ ਪਾਉਣੀ, ਵਾਏ ਜੋ ਤੁਹਾਨੂੰ। ਅੱਛਾ ਫਿਰ ਇਹਨੂੰ ਦੱਸਿਆ ਵੀ ਕਦੋਂ, ਅਸੀਂ ਸਾਰਾ ਕੁਝ ਚੱਕ ਚੁੱਕ ਕਰਾ ਲਿਆ ਜਦੋਂ ਪਹਿਲਾਂ ਸਕੁਆਟ ਕਰ ਲਿਆ ਉਦੋਂ ਆਈ ਬਾਹਰ ਬੀਬੀ। ਮੈਂ ਕਿਹਾ ਨਹੀਂ ਇਹ ਇਹ ਤਾਂ ਰੇਸਿਜ਼ਮ ਆ, ਇਹ ਨਹੀਂ ਆਪਾਂ ਖੋਣ ਦੇਣਾ। ਅਸੀਂ ਤੇਰੇ ਕੋਲ ਫਿਰ ਈਮੇਲ ਕਰਕੇ ਜਵਾਬ ਮੰਗਿਆ ਐਪ, ਤੂੰ ਜਵਾਬ ਨਹੀਂ ਦੇ ਰਹੇ, ਦੋ ਹਫ਼ਤੇ ਹੋ ਗਏ। ਹੁਣ ਅਸੀਂ ਬਸ ਸੈਕਿੰਡ ਈਮੇਲ ਪਾਈ ਹੋਈ, ਥਰਡ ਪਾਉਣੀ ਇੱਕ ਫਾਈਨਲ ਈਮੇਲ ਉਹਨਾਂ ਨੂੰ ਕਿ ਸਾਨੂੰ ਜਵਾਬ ਦਿਓ, ਅਸੀਂ ਵੇਟ ਕਰ ਰਹੇ ਹਾਂ। ਸੋ ਉਹ ਚੀਜ਼ ਹੋ ਗਈ ਹੈ ਨਾ। ਸੋ ਅਸੀਂ ਇਹ ਚੀਜ਼ਾਂ ਨੂੰ ਜਿਹੜੀਆਂ ਪਾਵਰ ਲਿਫਟਿੰਗ ਕਮਿਊਨਿਟੀ ਹੋ ਗਈ ਜਾਂ ਬਾਡੀ ਬਿਲਡਿੰਗ ਹੋ ਗਈ, ਇਹਦੇ 'ਚ ਆਪਾਂ ਲੈ ਕੇ ਜਾ ਰਹੇ ਹਾਂ ਅੱਗੇ ਕਿ ਆਪਣੀ ਸਿੱਖੀ ਵੀ ਅੱਗੇ ਜਾਵੇ, ਉਹਨਾਂ ਨੂੰ ਪਤਾ ਲੱਗੇ ਕਿ ਬੰਦੇ ਕੌਣ ਆ, ਇਹ ਵੀਰਡ ਨਹੀਂ ਹੈਗੇ, ਇਹ ਤਾਂ ਸਾਡੇ ਵਰਗੇ ਹੀ ਆ, ਇਹ ਵੀ ਆ ਸਮਝਾ ਕਰਦੇ ਆ, ਗੁੱਡ ਆ। ਹੁਣ ਇੱਕ ਸਭ ਤੋਂ ਵੱਡੀ ਚੀਜ਼ ਅਸੀਂ ਕਰਨ ਲੱਗੇ, ਤੁਹਾਡੇ ਪੋਡਕਾਸਟ 'ਤੇ ਖੋਲ੍ਹਣ ਲੱਗੇ ਆ ਚੀਜ਼, ਕਿਸੇ ਨੂੰ ਨਹੀਂ ਪਤਾ ਇਹ, ਮੈਂ ਪੋਸਟ ਸਟੋਰੀ ਵੀ ਨਹੀਂ ਪੋਸਟ ਨਹੀਂ ਪਾਈ। ਸੋ ਇੱਕ ਬਾਡੀ ਬਿਲਡਿੰਗ ਦਾ ਸਭ ਤੋਂ ਵੱਡਾ ਸ਼ੋਅ ਹੁੰਦਾ ਕਿੰਗ ਕੌਂਗ ਕਲਾਸਿਕ ਕੈਨੇਡਾ 'ਚ। ਸੋ ਉਹਦੀ ਦੋ ਕੰਪੀਟੀਸ਼ਨ ਹੁੰਦੇ ਆ, ਦੋ ਦਿਨ ਚੱਲਦੇ ਆ, ਇੱਕ ਚੈਂਪੀਅਨਸ਼ਿਪ ਨੈਚੁਰਲਸ, ਇੱਕ ਦੂਜੀ। ਉਹਦੇ 'ਚ ਅਸੀਂ ਟਾਈਟਲ ਸਪੋਂਸਰ ਆ। ਸੋ ਛੋਟੇ ਮੋਟੇ ਸਪੋਂਸਰ ਹੋਣਾ ਇਜ਼ ਅਮੇਜ਼ਿੰਗ। ਓ ਦੈਟਸ ਹਿਊਜ, ਦੈਟਸ ਅਨਰੀਅਲ। ਮੈਂ ਤੁਹਾਨੂੰ ਫੋਟੋ ਵੀ ਦਿਖਾਉਂਦਾ, ਇਟਸ ਆ ਇਟਸ ਗੋਇੰ ਟੂ ਬੀ ਹਿਊਜ ਥਿੰਗ। ਆਪਾਂ ਜੱਜਾਂ ਦੇ ਨਾਲ ਬਹਿਣਾ, ਆਪਾਂ ਜੱਜਿਸ ਦੇ ਨਾਲ ਬਹਿਣਾ। ਇਟਸ ਅਮੇਜ਼ਿੰਗ। ਨਹੀਂ ਜੇ ਹੋਇਆ ਵੀ ਬੀਜੀ, ਅਸੀਂ ਵੀ ਜ਼ਰੂਰ ਆਵਾਂਗੇ, ਸਪੋਰਟ ਕਰਾਂਗੇ। ਫ੍ਰੀ ਬਰਡ ਪ੍ਰੈਜ਼ੈਂਟਸ, ਸਿੱਖਾਂ ਲਈ ਜਿਹੜੇ ਬੱਚੇ ਆਪ ਡਰਦੇ ਫਿਰਦੇ ਆ, ਹਾਂ ਮੈਂ ਮੈਂ ਵਾਲ ਕਿਉਂ ਰੱਖਾਂ, ਇਹਦਾ ਕਿ ਮੈਨੂੰ ਵੀ ਆਹ ਪ੍ਰੋਬਲਮ ਸੀ ਹੈ ਨਾ ਜਦੋਂ ਵੱਡੇ ਹੁੰਦੇ। ਮੈਂ ਸਪੋਰਟਸ ਕਾਫੀ ਖੇਡਦਾ ਸੀ, ਮੇਰਾ ਕੋਨਫੀਡੈਂਸ ਹੈਗਾ ਨਹੀਂ, ਡਿਪਰੈਸ਼ਨ ਮੇਰੇ ਕੋਲ ਹੈਗਾ ਸੀ ਜਦੋਂ ਫੈਮਲੀ ਸਿਚੁਏਸ਼ਨ ਸੀ, ਪਰ ਸਿਰਫ ਇਸ ਕਰਕੇ ਮੇਰਾ ਸਪੋਰਟਸ ਮੇਂ ਇਸ ਕਰਕੇ ਮੇਰਾ ਕੋਨਫੀਡੈਂਸ ਬਣਿਆ। ਹਾਂਜੀ। ਅਤੇ ਬਾਅਦ 'ਚ ਮੈਂ ਹੌਲੀ ਹੌਲੀ ਮੈਂ ਫਿਟਨੈਸ ਵੇਟ ਲਿਫਟਿੰਗ ਕੀਤੀ ਆ, ਟ੍ਰੇਨਰ ਕੀਤਾ, ਟ੍ਰੇਨਰ ਬਣਿਆ ਐਜੂਕੇਸ਼ਨ ਵਾਸਤੇ, ਅਤੇ ਹੌਲੀ ਹੌਲੀ ਮੇਰਾ ਕੋਨਫੀਡੈਂਸ ਵਧਿਆ। ਅਤੇ ਇਸ ਮੈਂ ਕਹਿੰਦਾ ਜਦੋਂ ਅਸੀਂ ਪ੍ਰੀਵੀਅਸ ਟੋਪਿਕ ਡਿਸਕਸ ਕਰਦੇ ਸੀ ਨਾ, ਰਾਮ ਬੱਚੇ ਨੂੰ ਜ਼ਰੂਰੀ ਪਾਓ, ਬਹੁਤ ਜ਼ਰੂਰੀ ਹੈ ਸਪੋਰਟਸ ਵਿੱਚ ਪਾਉਣ ਲਈ, ਪਰ ਉਹ ਤੋਂ ਉੱਪਰ ਪ੍ਰੋਬਲਮ ਵੀ ਘਰ 'ਚ ਜਿਹੜੀ ਘਰ 'ਚ ਪ੍ਰੋਬਲਮ ਹੈਗੀ ਨਾ, ਉਹ ਬੜੇ ਨਿੱਕੇ ਨਿੱਕੇ ਗੱਲਾਂ ਉਹਨੂੰ ਵੱਡੇ ਨਾ ਬਣਾਓ। ਹਾਂਜੀ। ਇਹਦਾ ਕਿ ਹੁਣ ਜਦੋਂ ਹੁਣ ਜਿੰਨੀ ਤੁਸੀਂ ਸੋਚੋ ਹੈ ਨਾ, ਜਿਹੜੇ ਲੜਾਈ ਪੈਂਦੀ ਘਰ 'ਚ, ਹਾਂਜੀ, ਬਿਲਕੁਲ ਯੂਸਲੈਸ ਆ ਉਹਦੇ ਲੜਾਈ ਪੈਣ ਲੱਗ ਪੈਂਦੇ, ਬਈ ਇਹ ਨਹੀਂ ਸਮਝਦੇ ਬੱਚੇ ਨੂੰ ਕਿੰਨਾ ਇਫੈਕਟ ਹੁੰਦਾ। ਬਿਲਕੁਲ ਰਾਈਟ। ਅਤੇ ਇਸੇ ਕਰਕੇ ਮੈਂ ਕਹਿੰਦਾ ਯਾਰ ਕੋਸ਼ਿਸ਼ ਕਰੋ, ਜਿਹਦੇ ਬੱਚੇ ਹੈਗੇ ਘਰ ਵਿੱਚ, ਕੋਸ਼ਿਸ਼ ਕਰੋ ਦੋਸਤੀ ਬਣਾਉਣ ਲਈ। ਬਿਲਕੁਲ ਭਾਜੀ। ਅੱਛਾ ਅਸਲ ਜਿਹੜੀ ਗੱਲ ਕੀਤੀ ਨਾ ਲੜਾਈ ਦੀ, ਦੇਖੋ ਲੜਾਈਆਂ ਸਾਰੇ ਘਰਾਂ 'ਚ ਹੁੰਦੀਆਂ। ਅਸਲ 'ਚ ਮੇਨ ਇਹ ਚੀਜ਼ ਆ ਕਿ ਉਹੀ ਚੀਜ਼ ਆ ਜਾਂਦੀ ਹੈ ਭਾਜੀ, ਤੁਹਾਨੂੰ ਇੱਕ ਲਿਮਿਟ ਹੋਣੀ ਚਾਹੀਦੀ ਹੈ ਕਿ ਬੱਚੇ ਸਾਹਮਣੇ ਕਿੰਨਾ ਬੋਲਣਾ,
ਜਾਂ ਫਿਰ ਜੇ ਮੈਂ ਗੱਲਾਂ ਕਰਨੀਆਂ ਜਾਂ ਲੜਾਈ ਕਰਨੀ ਆ ਆਪਾਂ ਬੱਚੇ ਸਾਹਮਣੇ ਨਾ ਕਰੀਏ, ਉਹਨੂੰ ਜਾ ਕਿਤੇ ਭੇਜ ਦਈਏ, ਫਿਰ ਆਪਾਂ ਜੋ ਮਰਜ਼ੀ ਲੜਖ ਪਾ ਲਈਏ, ਫਿਰ ਬਾਅਦ 'ਚੋਂ ਆ ਜਾਏ, ਕੋਈ ਚੱਕਰ ਨਹੀਂ। ਦੂਜੀ ਚੀਜ਼ ਆ ਉਹੀ ਚੀਜ਼ ਆ ਜਾਂਦੀ ਫਿਰ ਘਰ ਦਾ ਮਾਹੌਲ ਸਹੀ ਕਰਨਾ ਨਾ ਭਾਅ ਜੀ, ਤੁਹਾਨੂੰ ਪਹਿਲਾਂ ਮੈਂਟਲ ਪੀਸ ਹੋਣੀ ਚਾਹੀਦੀ ਆ। ਮੈਂਟਲ ਸੈਟਿਸਫੈਕਸ਼ਨ ਮੈਂਟਲ ਪੀਸ ਕਦੋਂ ਆਉਂਦੀ ਆ? ਜਦੋਂ ਅਸੀਂ ਕੁਰਬਾਨੀ ਆ ਜੁੜਾਂਗੇ ਭਾਅ ਜੀ, ਸਾਰੇ ਆਨਸਰ ਹੀ ਉਹੀ ਆ। ਸਹੀ ਗੱਲ ਹੈ ਜੀ, ਸਾਨੂੰ ਜਦੋਂ ਵੀ ਕਹਿੰਦੇ ਆ ਕੋਈ ਤੁਹਾਨੂੰ ਤੁਸੀਂ ਕੋਈ ਕੰਮ ਫਤਿਹ ਕਰਨਾ ਚੌਪ ਭਾਈ ਸਾਹਿਬ ਕਰ ਲਓ, ਠੀਕ ਆ, ਤੂੰ ਰਾਤ ਨੂੰ ਆਹ ਵਾਲਾ ਕਰ ਲਓ, ਜਿਹੜਾ ਵੀ ਪਾਠ ਆ ਤੁਸੀਂ ਕੋਈ ਵੀ, ਹੈ ਨਾ, ਸਾਰੇ ਕੰਮ ਭਾਅ ਜੀ। ਇਹ ਮੈਂ ਪਰਥਿਆਈ ਚੀਜ਼ ਆ, ਮੈਨੂੰ ਇੱਕੋ ਪਾਠ ਆ ਜਿਹੜਾ ਮੂੰਹ 'ਚ ਬੰਨਿਆ ਆਉਂਦਾ ਚੌਪ ਭਾਈ ਸਾਹਿਬ, ਠੀਕ ਹੈ ਜੀ, ਪਰਥਿਆਈ ਚੀਜ਼ ਆ ਭਾਅ ਜੀ। ਮੈਨੂੰ ਨਹੀਂ ਪਤਾ ਕੀ ਆ ਪਾਵਰ ਆ, ਸਟਰੈਂਥ ਆ, ਕੀ ਆ, ਜੋ ਚੌਪ ਭਾਈ ਸਾਹਿਬ ਦੇ ਵਿੱਚ ਇੰਨੀ ਜਾਣ ਆ ਨਾ ਉਹ ਚੀਜ਼ਾਂ ਭਾਅ ਜੀ। ਹੁਣ ਜਦੋਂ ਆਪਾਂ ਕਰਨ ਲੱਗ ਜੀ ਇਹ ਚੀਜ਼ ਪਾਠ ਕਰਨ ਲੱਗ ਜੀ, ਮੇਰੇ ਮੰਮੀ ਕਰਦੇ ਸੀ, ਮੇਰੇ ਮੰਮੀ ਮੇਰੇ ਮੰਮੀ ਨਾਲ ਲੜਾਈ ਚੱਲਦੀ ਜੇ ਹਾਲੇ ਤੱਕ। ਮੰਮੀ ਨੇ ਮੈਨੂੰ ਕਦੀ ਬ੍ਰੇਕਫਾਸਟ ਟਾਈਮ 'ਤੇ ਨਹੀਂ ਦੇਣਾ, ਅਤੇ ਮੈਂ ਉਦੋਂ ਮੈਨੂੰ ਬ੍ਰੇਕਫਾਸਟ ਚਾਹੀਦਾ, ਮੈਂ ਤਾਂ ਜਾਣ ਕੱਢ ਦਿੰਦਾ, ਮੈਂ ਪਾਠ ਕਰਨਾ ਪਹਿਲਾਂ। ਮੈਂ ਕਿਹਾ ਫਿਰ ਤੁਸੀਂ ਸਵੇਰੇ ਜਲਦੀ ਕਿਉਂ ਨਹੀਂ ਉੱਠਦੇ? ਮੈਂ ਜਦੋਂ ਮਰਜ਼ੀ ਉੱਠਾ, ਉਹਨਾਂ ਨੇ 9 ਵਜੇ ਪਾਠ ਕਰਨਾ ਬਹਿਣਾ, 10:30 ਮੁਕਾਉਣਾ, ਮੈਂ ਉੱਥੇ ਬੈਠਾ ਕਿਚਨ 'ਚ ਬੈਠੇ ਵੇਖੀ ਜਾਣਾ, ਆ ਜਾਓ ਮੈਂ ਪਾਠ ਕਰਦੇ ਕਰਦੇ ਆ ਜਾਓ ਭੁੱਖ ਲੱਗੀ ਆ, ਮੈਨੂੰ ਭੁੱਖ ਲੱਗੀ ਆ। ਸੋ ਪਰ ਮੰਮੀ ਨੇ ਨਹੀਂ ਛੱਡਣਾ ਆਪਣਾ, ਅੱਜ ਉਹ ਵੈਲਿਊ ਸਮਝ ਆਉਂਦੀ ਭਾਅ ਜੀ। ਇਹ ਮੰਮੀ ਦੇ ਪਾਠ ਆ, ਸਾਡੀ ਬੇਬੇ ਦੇ ਪਾਠ ਆ, ਜਿਹੜੇ ਸਾਨੂੰ ਇੱਥੇ ਲੱਗ ਲੈ ਕੇ ਆਏ ਆ, ਇਹ ਮੰਮੀ ਦੇ ਪਾਠ ਆ। ਹਾਲੇ ਵੀ ਮੰਮੀ ਕੁਛ ਨਹੀਂ ਪਤਾ ਸਾਡੇ ਘਰਦਿਆਂ ਨੂੰ ਅਸੀਂ ਕਿੰਨੇ ਕਰਜ਼ੇ ਚੁੱਕੇ, ਕੀ ਕੁਛ ਕੀਤਾ। ਮੰਮੀ ਮੈਂ ਇੱਕ ਦਿਨ ਕਹਿੰਦੇ ਤੂੰ ਦੱਸ ਮੈਨੂੰ ਕਿੰਨੇ ਕਰਜ਼ੇ ਚੁੱਕੇ, ਤੂੰ ਕੀ ਤੇਰੇ ਸਟ੍ਰੈਸ ਆ, ਮੈਂ ਅਰਦਾਸ ਕਰੂੰਗੀ। ਸੋ ਘਰਦੇ ਹਾਲੇ ਵੀ ਅਰਦਾਸਾਂ ਕਰਦੇ, ਮਤਲਬ ਉਹ ਚੀਜ਼ਾਂ ਜਿਹੜੀਆਂ ਨਾ ਕੰਮ ਕਰਦੀਆਂ ਭਾਅ ਜੀ। ਜਦੋਂ ਆਪਾਂ ਗੁਰਬਾਣੀ ਨਾਲ ਜੁੜਾਂਗੇ, ਦੋਵੇਂ ਪੇਰੈਂਟਸ ਇਕੱਠੇ ਹੈਗੇ ਆ, ਮਾਇੰਡ ਸੈੱਟ ਪੀਸਫੁੱਲ ਆ, ਆਪਾਂ ਜ਼ਿੰਦਗੀ ਦੀ ਦੌੜ 'ਚ ਨਹੀਂ ਭੱਜ ਰਹੇ ਯਾਰ, ਆਪਣੀ ਦੌੜ ਬਣਾਓ, ਆਪਣੀ ਦੌੜ ਬਣਾਓ। ਇਹ ਨਾ ਵੇਖੋ ਕਿ ਯਾਰ ਆਹ ਬੰਦੇ ਨੇ ਇੰਨਾ ਵੱਡਾ ਘਰ ਲੈਣਾ, ਮੈਂ ਵੀ ਲੈਣਾ, ਅਤੇ ਬਾਅਦ 'ਚੋਂ ਸਾਰੀ ਉਮਰ ਕਲਪਦੇ ਫਿਰੋ। ਲੜਾਈ ਕਾਹਦੇ ਕਰਕੇ ਹੁੰਦੀ ਆ? 90% ਨਹੀਂ ਪੈਸੇ ਨੇ, ਪੈਸੇ ਫਾਈਨੈਂਸ਼ੀਅਲ, ਠੀਕ ਆ। ਸੋ ਪੈਸਾ ਜੇ ਆਪਾਂ ਪਾਰਟਨਰ ਵਧੀਆ ਚੂਜ਼ ਕਰੀਏ, ਠੀਕ ਆ, ਪਹਿਲਾਂ ਹੀ ਅੰਡਰਸਟੈਂਡਿੰਗ ਰੱਖੀਏ ਕਿ ਯਾਰ ਪੈਸਾ ਮੁੱਖ ਨਹੀਂ ਰੱਖਣਾ, ਜਿਹੜੀ ਚੀਜ਼ ਆ ਠੀਕ ਆ, ਜੇ ਘੱਟ ਆ ਵੱਧ ਆ, ਕਿਸ ਲਈ ਮਿਲੀਅਨ ਡਾਲਰ ਭਾਅ ਜੀ, ਇਹ ਬਹੁਤ ਅਮੀਰ ਆ, ਕਿਸ ਲਈ ਮਿਲੀਅਨ ਡਾਲਰ ਇਸ ਟਾਈਮ ਕੁਛ ਵੀ ਨਹੀਂ, ਕੁਛ ਵੀ ਨਹੀਂ ਗਾ, ਹੈ ਨਾ, ਇਹ ਤਾਂ ਆਪਾਂ ਬਣਾਈਆਂ ਹੀ ਆ ਚੀਜ਼ਾਂ। ਅਸੀਂ ਵੀ ਜਦੋਂ ਜਿੰਮ ਖੋਲਿਆ ਸੀ ਨਾ, ਸਾਨੂੰ ਲੋਕ ਪੁੱਛ ਲੈਂਦੇ ਆ, ਅੱਛਾ ਤੁਸੀਂ ਇੱਦਾਂ ਕੁਛ ਕਰ ਲਿਆ, ਇਹ ਹੋ ਗਿਆ, ਉਹ ਹੋ ਗਿਆ, ਅਸੀਂ ਤਾਂ ਭਰਾਵਾ ਕਹਿ ਦਿੰਦੇ, ਇਹਦੇ ਭਰਾ ਮਾਲਕ ਨੇ ਦਿੱਤਾ, ਅਕਾਲ ਪੁਰਖ ਨੇ, ਅੱਛਾ ਸਾਡੀ ਇੰਨੀ ਵੀ ਔਕਾਤ ਨਹੀਂ ਭਾਅ ਜੀ, ਅਸੀਂ ਆਹ ਚੀਜ਼ਾਂ ਬਣਾ ਲੈਂਦੇ। ਹੁਣ ਅਸੀਂ ਬਣਵਾਇਆ ਇੰਨਾ ਕੁਛ, ਤੁਹਾਨੂੰ ਲੱਗਦਾ ਇੱਕ ਨੋਰਮਲ ਬੰਦੇ ਦੀ ਮਾਇੰਡ 'ਚ ਆ ਜੂਗਾ ਕਿ ਆਹ ਕੁਛ ਬਣਾਉਣਾ? ਇਹ ਤਾਂ ਭਾਅ ਜੀ ਸੋਚ ਕਿਰਪਾ ਹੁੰਦੀ ਆ। ਮੈਂ ਕਿਹਾ ਉਹਨੇ ਦਿੱਤਾ ਸਾਨੂੰ, ਉਹਨੇ ਜਿੱਦਣ ਖੋਲਿਆ ਕੋਈ ਚੱਕਰ ਨਹੀਂ, $1,000 ਜੇਬ 'ਚ ਲੈ ਗਿਆ ਸੀ, $1,000 ਜੇਬ 'ਚ ਪਿਆ, ਉਹ ਵਾਪਸ ਚੱਲ ਜਾਂਗੇ। ਹੁਣ ਸਾਨੂੰ ਜਿਹੜਾ ਸਕਿੱਲ ਅਸੀਂ ਸਿੱਖ ਗਏ ਆ, ਉਹ ਇੰਡੀਆ ਕਰ ਲਾਂਗੇ, ਹੈ ਨਾ। ਅਸਲ 'ਚ ਭਾਅ ਜੀ ਐਕਸਪੈਕਟੇਸ਼ਨ ਜਿਹੜੀਆਂ ਨਾ ਉਹ ਸਾਨੂੰ ਮਾਰਦੀਆਂ, ਫਿਰ ਇਹ ਬੰਦਾ ਲੜਾਈਆਂ ਕਰਦਾ, ਫਿਰ ਉਹ ਚੀਜ਼ਾਂ। ਸੋ ਬੱਚਿਆਂ ਸਾਹਮਣੇ ਸਹੀ ਕਿਹਾ ਤੁਸੀਂ, ਨਾਲ ਲੜੋ ਬੱਚਿਆਂ ਨੂੰ, ਤਾਂ ਬਸ ਬਲਕਿ ਸਗੋਂ ਵਧੀਆ ਦੱਸੋ ਕਿ ਇਹ ਵੋ, ਬਟ ਰੀਅਲਿਸਟਿਕ ਰੱਖੋ ਉਹਨਾਂ ਨੂੰ ਕਿ ਅਸੀਂ ਲੜ ਵੀ ਰਹੇ ਹਾਂ, ਇਹ ਸਾਡੀ ਆਪਸ 'ਚ ਕੋਈ ਗੱਲ, ਟੈਨਸ਼ਨ ਲੈ, ਘਰ 'ਚ ਸ਼ਾਂਤੀ ਹੋਣੀ ਚਾਹੀਦੀ ਹੈ ਨਾ। ਕਿ ਜਿਹੜੀ ਪ੍ਰੋਬਲਮ ਦੇ ਵੱਡੇ ਦੇ ਯੂਜ਼ਲੀ ਸ਼ੁਰੂ ਹੁੰਦੇ ਬੱਚੇ ਤੋਂ, ਬੱਚੇ ਦੀ ਉਮਰ ਦੀ ਹੈ ਨਾ। ਸੋ ਅੰਗਰੇਜ਼ੀ 'ਚ ਵੀ ਬੋਲਦਾ, ਜਿਹੜੇ ਲੋਕ ਨਹੀਂ ਸਮਝਦੇ ਹੈਗੇ, ਯੂ ਨੀਡ ਟੂ ਅੰਡਰਸਟੈਂਡ ਦੈਟ ਦ ਪ੍ਰੋਬਲਮਸ ਦੈਟ ਯੂ ਹੈਵ ਇਨ ਐਡਲਟਹੁੱਡ ਸਟਾਰਟਸ ਫਰਮ ਚਾਈਲਡਹੁੱਡ, ਯਾ, ਐਂਡ ਇਫ ਯੂ ਆਰ ਏਬਲ ਟੂ ਹੈਵ ਅ ਹਾਊਸਹੋਲਡ ਵੇਅਰ ਇਟਸ ਪੀਸਫੁੱਲ ਫਾਰ ਦ ਚਾਈਲਡ ਟੂ ਲਰਨ ਟੂ ਬੀ ਏਬਲ ਟੂ ਐਕਸਪ੍ਰੈਸ ਦੇਅਰ ਇਮੋਸ਼ਨਸ, ਦੇ ਆਰ ਗੋਇੰ ਟੂ ਹੈਵ ਅ ਲੋਟ ਆਫ ਇਸ਼ੂਜ਼ ਵੈਨ ਦੇ ਗਰੋ ਅਪ। ਦੇਰ ਇਜ਼ ਅ ਰੀਜ਼ਨ ਵਾਈ ਪੀਪਲ ਇਨ ਦ 30ਸ 40ਸ ਹੈਵ depression and have all these issues because it's all stress from home. Rich, famous hega sports agent Rich Paul ho da naam, and that's me mai koi kisada business nahi karda jinne cher ode avda ghar theek nahi hega,
ਐਡ ਕਹਿੰਦੇ ਸੀ ਜਿਸੇ ਕਰਕੇ ਘਰ ਵਿੱਚ ਹੁੰਦਾ ਨਾ ਬਾਹਰ ਵੀ ਹੁੰਦਾ ਹੈ ਜਦੋਂ ਹੁੰਦਾ ਹਨਾ ਸੋ ਕਾਫੀ ਜ਼ਰੂਰੀ ਹੈ ਜਦੋਂ ਤੁਸੀਂ ਵੀ ਬੋਲੇ ਆ ਨਾ ਇਹ ਕਾਫੀ ਜ਼ਰੂਰੀ ਹੈ ਆਈ ਥਿੰਕ ਜਿਵੇਂ ਉਹ ਕਹਿੰਦੇ ਵੀ ਹੈ ਜਿਹਦੀ ਬਿਜ਼ਨਸ ਕਰਦੀ ਅਸੀਂ ਇਹੀ ਦੇਖਣਾ ਬੰਦੇ ਕੋਲ ਕਿੰਨੇ ਪੈਸੇ ਆ ਅਸੀਂ ਦੇਖਣਾ ਉਹਦੇ ਬੰਦੇ ਦੇ ਜਿਗਰ 'ਚ ਕੀ ਆ ਬਿਲਕੁਲ ਉਹਦੇ ਨਾਲ ਬਿਜ਼ਨਸ ਕਰੋ ਨਾ ਕਿ ਕਰੋ ਵੀ ਬੰਦੇ ਕੋਲ ਪੈਸੇ ਹੈਗੇ ਆ ਵੀ ਚਲੋ ਆਪਾਂ ਯੂਜ਼ ਕਰ ਸਕਦੇ ਹਾਂ ਇਹ ਉਹ ਕਿਤੇ ਨਹੀਂ ਜਾਣਾ ਵੀ ਜੀ ਸਾਲ 'ਚ ਭਲਾ ਉਹ ਮੇ ਬੀ ਸਾਲ ਉਹ ਕਾਮਯਾਬ ਹੋਊ ਦੋ ਸਾਲ ਉਹ ਫੇਲ ਫੇਲ ਹੋਣਾ ਹੀ ਹੋਣਾ ਕਿਉਂਕਿ ਤੁਸੀਂ ਦੇਖਿਆ ਨਹੀਂ ਬੰਦੇ 'ਚ ਕਿ ਕਿਹਦੇ ਨਾਲ ਤੁਸੀਂ ਬਿਜ਼ਨਸ ਕਰਨ ਲੱਗੇ ਆ ਹੁਣ ਤੁਸੀਂ ਦੋਨੇ ਵੀ ਜੀ ਚੰਗਾ ਲੱਗਿਆ ਤੁਹਾਡੀ ਕਾਹਦੇ 'ਚ ਇਕੱਠੇ ਕੰਮ ਕਰ ਰਹੇ ਤੁਹਾਡੇ ਦਿਮਾਗ 'ਤੇ ਆ ਜੋ ਤੁਹਾਡੇ ਨਾਲ ਆ ਵੀ ਬੰਦ ਤੁਹਾਨੂੰ ਪਤਾ ਵੀ ਬੰਦਾ ਕੌਣ ਮੈਂ ਕਿਹਦੇ ਨਾਲ ਬੈਠਾ ਕੱਲ੍ਹ ਨੂੰ ਕੁਛ ਗੱਲ ਹੋ ਗਈ ਮੈਂ ਨਾਲ ਖੜਾ ਬਿਲਕੁਲ ਹੁਣ ਸਾਡੇ ਨਾ ਸਾਨੂੰ ਐਜ਼ ਆ ਬਿਜ਼ਨਸਮੈਨ ਹਜ਼ਾਰਾਂ ਬਿਜ਼ਨਸਮੈਨ ਜਾਣਦੇ ਆ ਬਟ ਸਾਡਾ ਨਾ ਗਰੁੱਪ ਹੈਗਾ ਇੱਕ ਪੰਜ ਛੇ ਜਣਿਆਂ ਦਾ ਹਾਂਜੀ ਸੋ ਬਾਈ ਓਡੋ ਸੇਲਸ ਹੋ ਗਏ ਪੂਰੀ ਹੈਰੀਟੇਜ ਹੋ ਗਿਆ ਆਪਣੇ ਮਿਸਟਰ ਸਿੰਘ ਪੀਜ਼ਾ ਭਾਅ ਜੀ ਹੋ ਗਏ ਸੋ ਇੱਦਾਂ ਆਪਣੇ ਰੰਧਾਵਾ ਭਾਅ ਜੀ ਇੱਕ ਸਾਡੇ ਨਰਸਿੰਗ ਕਲਾਸਿਸ ਵਾਲੇ ਸੋ ਇੱਦਾਂ ਦੇ ਸਾਡੇ ਨਾ ਇੱਕ ਗਰੁੱਪ ਬਣਿਆ ਹੋਇਆ ਹਾਂਜੀ ਇਹ ਲਾਈਕ ਮਾਈਂਡਡ ਪੀਪਲ ਆ ਠੀਕ ਆ ਅਸੀਂ ਇੱਕ ਦੂਜੇ ਅਸੀਂ ਸਾਰੇ ਨਾ ਜੀਰੋ ਤੋਂ ਉੱਠੇ ਹਾਂ ਫੈਸ਼ਨ ਆਈਕੀ ਵਾਲਾ ਬਾਈ ਹੋ ਗਿਆ ਆਪਣਾ ਸਟੋਰ ਖੋਲ੍ਹੇ ਉਹਨੇ ਆਪਣੇ ਸੋ ਅਸੀਂ ਜਦੋਂ ਅਸੀਂ ਫੈਸ਼ਨ ਆਈਕੀ ਨੂੰ ਮਿਲੇ ਸੀ ਸਾਡਾ ਛੋਟਾ ਜਿਮ ਸੀ ਨਾ ਜਦੋਂ ਬਾਈ ਜੀ ਓਡਰ ਸੇਲਸ ਸਾਡੇ ਕੋਲ ਆਏ ਸੀ ਉਦੋਂ ਐਜ਼ ਅ ਕਲਾਇੰਟ ਮੈਨੂੰ ਪਤਾ ਵੀ ਨਹੀਂ ਸੀ ਬਾਈ ਜੀ ਓਡਰ ਸੇਲਸ ਕਿੱਦਾਂ ਹੈ ਨਾ ਅਸੀਂ ਉਹਨੂੰ ਟ੍ਰਾਂਸਫੋਰਮ ਕੀਤਾ ਹੁਣ ਉਹਨਾਂ ਦਾ ਪੂਰਾ ਪੀਕ 'ਤੇ ਆ ਬੂਸਟ 'ਤੇ ਸਾਰਾ ਕੁਛ ਅਤੇ ਜਿਹੜਾ ਜਦੋਂ ਮਿਸਟਰ ਸਿੰਘ ਪੀਜ਼ਾ ਭਾਅ ਜੀ ਜਦੋਂ ਸਾਡੇ ਕੋਲ ਆਉਂਦੇ ਸੀ ਉਦੋਂ ਭਾਈ ਦੀ ਕਟਿੰਗ ਸੀ ਉਦੋਂ ਮਿਸਟਰ ਸਿੰਘ ਐਗਜਿਸਟ ਵੀ ਨਹੀਂ ਕਰਦਾ ਹੁਣ ਖੁੱਲ੍ਹਿਆ ਉਹਨਾਂ ਦਾ ਉਹਨਾਂ ਦੇ ਸੱਤ ਲੋਕੇਸ਼ਨਾਂ ਸੋ ਜਿੰਨੇ ਵੀ ਸਾਡੇ ਰੰਧਾਵਾ ਭਾਅ ਜੀ ਮਿਲੇ ਉਹ ਤੋਂ ਬਾਅਦ ਸਾਰੇ ਫੈਸ਼ਨ ਆਈ ਕਿਉਂ ਵੀ ਛੋਟੀ ਦੁਕਾਨ ਹੁੰਦੀ ਸੀ ਅੱਜ ਉਹਦੇ 5 6 ਸਟੋਰ ਆ ਹੁਣ ਸਾਰੇ ਇਸ ਟਾਈਮ ਆਪਣੇ ਪੀਕ 'ਤੇ ਆ ਹੋਰ ਵੀ ਅੱਗੇ ਜਾਣਗੇ ਜਾਣਗੇ ਆ ਪਰ ਉਹ ਚੀਜ਼ਾਂ ਸਾਡੇ ਲਾਈਕ ਮਾਈਂਡਡ ਆ ਅਸੀਂ ਪੈਸੇ ਨਾਲ ਨਹੀਂ ਵਰਤਦੇ ਇਕੱਠੇ ਰਹਿੰਦੇ ਹਾਂ ਸੋ ਹੁਣ ਇਹ ਸਾਰੇ ਬਿਜ਼ਨਸਮੈਨ ਕਰ ਸਕਦੇ ਆ ਇੱਕ ਦੂਜੇ ਤੋਂ ਜੈਲਸ ਹੋਣ ਦੇ ਇਲਾਵਾ ਇੱਕ ਦੂਜੇ ਨਾਲ ਖਲੋ ਜਦੋਂ ਪੰਜਾਬੀ ਕਮਿਊਨਿਟੀ ਨਾਲ ਖਲੋਗੀ ਨਾ ਭਾਅ ਜੀ ਜਿੰਨੇ ਪੰਜਾਬੀਆਂ ਕੋਲ ਗੱਟਸ ਆ ਅਤੇ ਜਿੰਨੇ ਪੰਜਾਬੀਆਂ ਕੋਲ ਟੈਲੈਂਟ ਆ ਜਿੰਨਾ ਹਾਰਡਵਰਕ ਅਸੀਂ ਕਰਦੇ ਹਾਂ ਮੈਂ ਕਹਿੰਦਾ ਭਾਅ ਜੀ ਦੁਨੀਆਂ ਵੇਚ ਲਾਂਗੇ ਆ ਕਿੱਥੇ ਨਿਊ ਵਰਲਡ ਆਰਡਰ ਉਡਰ ਕਿੱਥੇ ਰਹਿਣੇ ਆ ਸਹੀ ਗੱਲ ਇਹਦੇ 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 ਪਾਸੇ ਲੱਗ ਜਾਣੇ ਕਿਤੇ ਚੱਕਰ ਕੀ ਆ ਅਸਲ ਦੇ ਵਿੱਚ ਆਪਾਂ ਇੱਕ ਦੂਜੇ ਤੋਂ ਹੀ ਹੋਈ ਜਾਂਦੇ ਹਾਂ ਠੀਕ ਆ ਸਾਡਾ ਆਪਣਾ ਸਪਲੀਮੈਂਟ ਸਟੋਰ ਆ ਤੁਹਾਨੂੰ ਪਤਾ ਸਾਡੇ ਸਪਲੀਮੈਂਟ ਸਟੋਰ ਵਾਲੇ ਹੀ ਅੱਜ ਸਪੋਂਸਰ ਕਰਾਏ ਸੀ ਹਰਕਸ ਨਿਊਟ੍ਰੀਸ਼ਨ ਸਾਡਾ ਬੁਲਡੋਗ ਵਾਲਾ ਸਾਡਾ ਫਰੈਂਡ ਆ ਬਿਲਡ ਏਪਸ ਨਿਊਟ੍ਰੀਸ਼ਨ ਸਾਡਾ ਫਰੈਂਡ ਆ ਉਹ ਤੋਂ ਬਾਅਦ ਇੱਦਾਂ ਦੇ 3-4 ਸਾਡੇ ਕੋਲ ਬੋਸ ਵਾਲਾ ਵੀ ਆਉਂਦਾ ਆ ਸੋ ਅਸਲ 'ਚ ਸਾਡੇ ਅਸੀਂ ਸਾਰਿਆਂ ਨੇ ਬਣਾ ਕੇ ਰੱਖੀ ਆ ਅਸੀਂ ਕਿਹਾ ਯਾਰ ਜਿੰਨੇ ਸਪਲੀਮੈਂਟ ਲੈਣਾ ਤੁਸੀਂ ਉੱਥੋਂ ਲੈ ਲਿਆ ਉੱਥੋਂ ਲੈ ਲਿਆ ਜਿੱਥੋਂ ਮਰਜ਼ੀ ਲੈ ਲਿਆ ਮਰਜ਼ੀ ਲੈ ਲਓ ਯਾਰ ਅਗਰ ਕਸਟਮਰ ਉਹਨੇ ਜਿੱਥੇ ਜਾਣਾ ਉਹਨੇ ਉੱਥੇ ਜਾਣਾ ਜਾਣਾ ਹੀ ਜਾਣਾ ਜੇ ਅਸੀਂ ਇਕੱਠੇ ਬਣਾ ਕੇ ਰੱਖਾਂਗੇ ਕੋਈ ਨਾ ਕੀ ਪਤਾ ਕੋਈ ਡੀਲ ਆ ਜੇ ਕੋਈ ਪਤਾ ਨਹੀਂ ਗਾ ਐਨੀਥਿੰਗ ਦੈਟਸ ਦ ਥਿੰਗ ਤੁਸੀਂ ਵੀ ਜੀ ਕਿਹਾ ਜਿਵੇਂ ਤੁਸੀਂ ਇੱਕ ਤਾਂ ਤੁਸੀਂ ਕਿਹਾ ਆਪਣੀ ਕਮਿਊਨਿਟੀ 'ਚ ਕੀ ਫੋਕਸ ਕਰਨਾ ਚਾਹੀਦਾ ਨੌਲੇਜ ਵਧਾਓ ਕਿਉਂਕਿ ਮੇਰੇ ਜੀ ਅਸੀਂ ਬਾਸਕਟਬਾਲ ਖੇਡਦੇ ਹਾਂ ਮੈਨੂੰ ਬਹੁਤ ਪੁੱਛਦੇ ਉੱਥੇ ਜਵਾਬ ਮੇਰੀ ਪੱਗਾਂ ਬੰਨਦੇ ਬੰਨਦੇ ਕਾ ਤੋਂ ਆ ਤੁਹਾਡਾ ਰਿਲੀਜਨ ਹੈ ਕੀ ਆ ਮਤਲਬ ਕੀ ਨਹੀਂ ਪਤਾ ਕਾਫੀ ਲੋਕਾਂ ਨੂੰ ਨਹੀਂ ਪਤਾ ਆਪਣਾ ਜਿਹੜਾ ਰਿਲੀਜਨ ਹੈਗਾ ਕਾਫੀ ਯੰਗ ਆ ਸੋ ਹੀ ਆਲਵੇਜ਼ ਆਸਕਸ ਹੀ ਇਜ਼ ਲਾਈਕ ਮੈਨ ਹੀ ਇਜ਼ ਲਾਈਕ ਵਾਟ ਡਸ ਇਟ ਸਟੈਂਡ ਫੋਰ ਹੀ ਇਜ਼ ਲਾਈਕ ਯੂ ਨੋ ਆਈ ਸੀ ਦਿਸ ਗੁਰਦੁਆਰਾ ਹੀ ਇਜ਼ ਲਾਈਕ ਆਈ ਸੀ ਦ ਸੇਵਾ ਹੀ ਇਜ਼ ਲਾਈਕ ਆਈ ਡੋਨਟ ਨੋ ਵਾਟ ਇਟ ਇਜ਼ ਕਿ ਲਾਈਕ ਕਈ ਲੋਕ ਹੀ ਜਗਾਤਾ ਯੂ ਮੁਸਲਿਮ ਐਫਰਟਸ ਰਾਈਟ ਆਈ ਸੋਚਦੇ ਜਿਵੇਂ ਦਿਮਾਲਾ ਬੰਦਾ ਉਹ ਸੋਚਦੇ ਮੁਸਲਿਮ ਆ ਕਿਉਂਕਿ ਨਹੀਂ ਨਹੀਂ ਪਤਾ ਹੁਣ ਜਿਵੇਂ ਤੁਸੀਂ ਵੀ ਜੀ You told me about the story how you're educating them. So you guys go to competitions, you teach them. For the next time, they don't even ask questions. Yeah. It's normal, right? Yeah. I think that's so huge for our community that, one, we need to educate more and stand together and understand that by standing together and educating more, it makes our culture even stronger. Yeah. 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 ਸਪੋਰਟ ਕਰਨ ਦਾ ਜਿਵੇਂ ਹੁਣ ਤੁਹਾਡਾ ਕੰਪੀਟੀਸ਼ਨ ਸੀਗਾ ਤੁਸੀਂ ਤੁਹਾਡਾ ਆਪ ਤੁਸੀਂ ਦੱਸ ਦਿਓ ਵੀ ਕਿਵੇਂ ਸੀ ਕਿਵੇਂ ਨਹੀਂ ਅਤੇ ਉਹਦਾ ਮਤਲਬ ਕੀ ਸੀ ਐਂਡ ਆਪਣਾ ਤੁਹਾਨੂੰ ਕਿ ਮੈਂ ਆਏ ਨਹੀਂ ਕਹਿੰਦਾ ਵੀ ਆਪਣੀ ਕਮਿਊਨਿਟੀ ਆਪਣਾ ਲੋਕ ਮਾੜਾ ਸੋਚਦੇ ਆ ਪਰ ਉਹ ਜਿਵੇਂ ਅੰਡਰਸਟੈਂਡ ਨਹੀਂ ਕਰਦੇ ਵੀ ਜੋ ਆਪਣਾ
ਜੇ ਇਕੱਠੇ ਖੜਾਂਗੇ, ਜੇ ਇੱਕ ਬੰਦਾ ਖੜਾ ਤੇ ਕੰਪੇਅਰ ਟੂ 100 ਬੰਦਾ ਖੜਾ, ਕਿੱਡੀ ਵੱਡੀ ਗੱਲ ਆ। ਉਹੀ ਆ ਹੁਣ ਜਿਵੇਂ ਸਾਡਾ ਇਵੈਂਟ ਹੋਇਆ, ਚਲੋ ਇਵੈਂਟ ਦਾ ਤੁਹਾਨੂੰ ਦੱਸੂਗਾ, ਇੱਕ ਚੀਜ਼ ਜਿਹੜੀ ਮੈਂ ਕਹਿਣਾ ਚਾਹੁੰਦਾ ਉਹ ਇਹ ਆ ਕਿ ਜਿੰਨੇ ਸਾਡੇ ਸਪੋਂਸਰ ਸੀਗੇ ਨਾ, ਅਸੀਂ ਕਿਸੇ ਨੂੰ ਜਾ ਕੇ ਸਾਨੂੰ ਤਰਲਾ ਮਿਹਨਤ ਨਹੀਂ ਕਰਨਾ ਪਿਆ। ਜਿਹੜੇ ਸਾਡੇ ਸਪੋਂਸਰ ਸੀ ਨਾ, ਸਾਡੇ ਕਲਾਇੰਟ ਹੀ ਨੇ ਸਾਨੂੰ, ਜਿਹੜੀ ਫੈਡਰੇਸ਼ਨ ਸੀ ਉਹਨਾਂ ਨੇ ਇੱਕ ਲਿਸਟ ਦਿੱਤੀ ਸੀ ਕਹਿੰਦੇ ਕਿ ਇਹ ਬੰਦੇ ਨੋਰਮਲੀ ਸਪੋਂਸਰ ਕਰਦੇ ਨੇ, ਤੁਸੀਂ ਇਹਨਾਂ ਨੂੰ ਅਪਰੋਚ ਕਰ ਲਓ, ਦੇ ਮੇ ਬੀ ਦੇ ਵਿਲ ਡੂ ਇਟ। ਅਤੇ ਮੈਂ ਉਹਨੂੰ ਕਿਹਾ ਮਹਾਂ ਵੀ ਇਜ਼ ਦਰ ਐਨੀ ਸਪੈਸੀਫਿਕ ਰਿਕੁਆਇਰਮੈਂਟਸ ਟੂ ਬੀ ਅ ਸਪੋਂਸਰ? ਦੇ ਉਹ ਕਹਿੰਦੇ ਨਹੀਂ। ਮੈਂ ਕਿਹਾ ਦੈਨ ਵੀ ਹੈਵ ਆਵਰ ਓਨ ਕਲਾਇੰਟਸ, ਰਾਈਟ? ਉਹ ਆਂਦੇ ਦੈਟਸ ਇਵਨ ਬੈਟਰ। ਸੋ ਆਪਾਂ ਆਪਣੇ ਕਲਾਇੰਟਸ ਮਿਸਟਰ ਸਿੰਘ ਦਾ ਪੀਆ, ਮਿਸਟਰ ਸਿੰਘ ਪੀਆ ਦਾ ਹਿਊਜ ਸ਼ਾਊਟ ਆਊਟ ਆ ਭਾਈ, ਲੰਗਰ ਲਾ ਤੇ ਪੀਏ ਦੇ ਗੋਰੇ ਬੋਂਦਲ ਗਏ। ਅਸੀਂ ਭਾਜੀ ਨੂੰ ਇੱਕ ਸਲਾਈਸ ਫ੍ਰੀ ਦੇ ਦੋ ਨਾ, ਉਹ ਮਤਲਬ ਖੁਸ਼ ਹੋ ਜਾਂਦੇ ਆ ਭਾਜੀ। ਉਹਦੇ ਕਹਿੰਦੇ ਨਹੀਂ ਯਾਰ, ਕਹਿੰਦੇ ਇੰਨਾ ਪੀਜ਼ਾ ਫ੍ਰੀ ਕਿੱਦਾਂ ਦਿਓਗੇ ਤੁਸੀਂ, 700 ਪੀਪਲ ਸ਼ੋਡ ਅਪ, ਓ ਵਾਓ, ਸਾਰੇ 3-4 ਸਲਾਈਸਾਂ ਖਾਂਦੇ ਆ, 700, ਵਾਓ। ਹਿਊਜ ਸ਼ਾਊਟ ਆਊਟ ਟੂ ਮਿਸਟਰ ਸਿੰਘ ਪੀਜ਼ਾ ਭਾਜੀ, ਲਾਈਕ ਰਾਵਲ ਭਾਜੀ ਤੇ ਪੰਮਾ ਭਾਜੀ, ਲਾਈਕ ਭਾਜੀ ਸੱਚੀ ਉਹਨਾਂ ਨੇ ਬਹੁਤ ਸਾਥ ਦਿੱਤਾ, ਸਹਿਯੋਗ ਦਿੱਤਾ ਸਾਡੇ ਸੈਟਅਪ ਕਰਨ 'ਚ ਵੀ, ਬਹੁਤ ਵਧੀਆ ਸੀ, ਮਤਲਬ ਉਹਨਾਂ ਨੇ ਬਹੁਤ ਗੁੱਡ ਕੀਤਾ ਸਾਰਾ ਕੁਝ ਨਾ। ਅਸੀਂ ਆਪ ਹੈਰਾਨ ਹੋ ਗਏ ਸੀ, ਬੈਚ ਮੁੱਕਿਆ ਉਹਨਾਂ ਨੇ ਪਿੱਛੋਂ ਭਾਜੀ ਇੱਧਰ ਪੀਜ਼ੇ ਵਾਪਸ ਲਿਆਉਂਦੇ। ਅੱਛਾ, ਫਿਰ ਐਂਡ ਦੇ ਵਿੱਚ ਕੀ ਹੋਇਆ, ਅਸੀਂ ਸਾਰੇ ਬੰਦਿਆਂ ਨੂੰ ਇੱਕ ਇੱਕ ਪੀਜ਼ੇ ਦਾ ਪੂਰਾ ਦਾ ਲਾਰਜ ਐਕਸ ਲਾਰਜ ਪੀਜ਼ਾ ਫ੍ਰੀ ਦਿੱਤਾ, ਚੱਕੋ ਲੈ ਜਾਓ ਘਰੇ। ਦੇ ਵਰ ਸੋ ਹੈਪੀ, ਗੋਰੇ ਸੱਚੀ ਭਾਜੀ ਬਹੁਤ ਖੁਸ਼ ਹੋ ਕੇ ਗਏ ਆ ਕਿ ਉਹ ਕਹਿੰਦੇ ਕਿ ਵੀ ਹੈਵ ਨੈਵਰ ਐਵਰ ਸੀਨ ਸਮਥਿੰਗ ਲਾਈਕ ਦਿਸ ਇਨ ਅਵਰ ਲਾਈਫ। ਉਹ ਕਹਿ ਕੇ ਗਏ ਆ ਭਾਜੀ, ਸਾਨੂੰ ਪੋਸਟਾਂ ਪਾਈਆਂ ਉਹਨਾਂ ਨੇ, ਹਾਲੇ ਉਹਨਾਂ ਨੂੰ ਕੰਟੈਂਟ ਮਿਲਿਆ ਨਹੀਂ ਆ, ਸ਼ੂਟ ਕੀਤਾ ਉਹਨਾਂ ਨੇ, ਪੋਸਟ ਪਾਉਣੀ ਆ ਤੇ ਚੈੱਕ ਜ਼ਰੂਰ ਕਰਿਓ, ਉਹਨਾਂ ਨੇ ਗੱਲਾਂ ਕਰਨੀਆਂ ਵੇਖਿਓ, ਬਹੁਤ ਸ਼ੇਅਰ ਵੀ ਕਰਾਂਗੇ ਜਿੰਨੇ ਵੀ। ਇਹ ਆਪਣੀ ਆਪਣੀ ਇਹ ਬਹੁਤ ਇਹ ਪੰਜਾਬੀਆਂ ਦੀ ਚੀਜ਼ ਜਿਹੜੀ ਗਈ ਹੈ ਨਾ, ਬਹੁਤ ਅੱਗੇ ਤੱਕ ਗਈ ਹੈ। ਅੱਜ ਪਹਿਲੀ ਮੀਟ ਦੇ ਵਿੱਚ ਨਾ, ਜੇ ਉੱਥੇ 600-700 ਬੰਦਾ ਆਇਆ ਨਾ, ਉਹ 600-700 ਬੰਦੇ ਨੂੰ ਕਿੰਨਾ ਬੰਦਾ ਜਾਣਦਾ ਆ। ਐਂਡ ਅਗਲੀ ਮੀਟ ਵੀ ਉਹਨਾਂ ਨੇ ਨਾਲੋਂ ਨਾਲ ਦੇਤੀ ਸਾਨੂੰ, 7 ਕੀ ਅਗਲੀ ਮੀਟ ਵੀ ਕਰੋ ਤੁਸੀਂ। ਹੁਣ ਉੱਥੇ ਹੋਰ ਵੀ ਬੰਦੇ ਪੁੱਛਦੇ ਕਿ ਭਾਜੀ ਜੇ ਅਸੀਂ ਸਪੋਂਸਰ ਕਰਨਾ ਹੋਵੇ ਅਸੀਂ ਕਿੱਦਾਂ ਕਰੀਏ। ਪਹਿਲਾਂ ਜਦੋਂ ਅਸੀਂ ਗੱਲ ਕੀਤੀ ਉਦੋਂ ਅਗਲੇ ਨੂੰ ਹੁੰਦਾ ਕਿ ਪਤਾ ਨਹੀਂ ਯਾਰ ਇਹ ਆਊਗਾ ਵੀ ਨਹੀਂ, ਇਹਨਾਂ ਦੇ ਆਉਣਾ ਕਿਸੇ ਨੇ ਨਹੀਂ ਆਉਣਾ। ਪਰ ਜਿਹੜੇ ਬੰਦਿਆਂ ਨੇ ਯਕੀਨ ਕੀਤਾ ਸਾਡੇ ਨਾਲ, ਕਹਿੰਦੇ ਹੁਣ ਜਿੱਦਾਂ ਗੱਲ ਕੀਤੀ ਹੈ ਨਾ ਕੀ ਕਹਿੰਦੇ ਪੰਮਾ ਭਾਜੀ ਰਵਲ ਭਾਜੀ, ਅਸੀਂ ਉਹਨਾਂ ਨੂੰ ਫੋਨ ਕੀਤਾ ਭਾਜੀ ਇੱਦਾਂ ਨਾ ਆਪਾਂ ਕਰਾਉਣ ਲੱਗੇ ਹਾਂ ਅਤੇ ਸਪੋਂਸਰ ਕਰਨਾ, ਕੋਈ ਚੱਕਰ ਨਹੀਂ। ਕਹਿੰਦੇ ਮੈਡਲ ਮੈਡਲ ਸਾਡੇ ਲੋ, ਸਾਡੇ ਲੋ, ਇੱਦਾਂ ਹੀ ਆ। ਹੁਣ ਚਲੋ ਅਸੀਂ ਨਹੀਂ ਕੁਝ ਇਹਦੇ ਵਿੱਚ ਸਾਡਾ ਕੋਈ ਕ੍ਰੈਡਿਟ ਨਹੀਂ, ਉਹ ਆਏ ਠੀਕ ਆ, ਲੋਕਾਂ ਨੂੰ ਪੀਜ਼ਾ ਸਵਾਦ ਲੱਗਾ, ਕਿੰਨੇ ਬੰਦੇ ਉਹਨਾਂ ਨਾਲ ਖੜ ਕੇ ਫੋਟੋਆਂ ਕਰਾ ਕੇ ਗਏ, ਕਿੰਨਾ ਮੁੰਡਾ ਜਿਹੜਾ ਉੱਥੇ ਮੁੰਡਾ, ਚਲੋ ਇੱਕ ਤਾਂ ਜਿਹਦਾ ਬ੍ਰਾਂਡ ਆ ਉਹਨੂੰ ਤਾਂ ਕੀਤਾ ਹੀ ਕੀਤਾ, ਜਿਹੜਾ ਉੱਥੇ ਮੁੰਡਾ ਸਰਵ ਕਰਦਾ ਪਿਆ ਸੀ ਉਹਦੇ ਨਾਲ ਫੋਟੋਆਂ ਕਰਾ ਕੇ ਗਏ, ਥੈਂਕ ਯੂ ਸੋ ਮੱਚ, ਰਾਈਟ? ਅਤੇ ਉਹ ਬੰਦੇ ਹੁਣ ਗਾਂਹ ਨੂੰ ਜਦੋਂ ਉਹਨਾਂ ਨੂੰ ਕੋਈ ਇੱਥੇ ਬ੍ਰੈਂਪਟਨ 'ਚ ਹੁੰਦੇ ਆ ਜਾਂ ਉਹਨਾਂ ਨੂੰ ਫੂਡ ਇੱਦਾਂ ਦਾ ਚਾਹੀਦਾ ਹੋਊਗਾ, ਉਹ ਕਿਹਨੂੰ ਵੇਖਣਗੇ? ਉਹਨੂੰ ਦੇਖਣਗੇ, ਸਪਲੀਮੈਂਟਸ ਵਾਲਿਆਂ ਨੇ ਜਿਹਨਾਂ ਨੇ ਸਪੋਂਸਰ ਕੀਤਾ ਉਹਨਾਂ ਨੂੰ ਦੇਖਣਗੇ, ਠੀਕ ਹੈ? ਸੋ ਇਹੀ ਆ, ਅਸੀਂ ਸੋਚਿਆ ਨੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਪੋਂਸਰ ਕੀਤਾ, ਗਿਫਟ ਦਿੱਤੇ ਜਿਹੜੇ ਐਥਲੀਟਸ ਨੂੰ ਹੀ। ਹੁਣ ਜਿਹੜੀਆਂ ਐਥਲੀਟਸ ਦੀਆਂ ਫੈਮਲੀਆਂ ਆਈਆਂ, ਐਥਲੀਟ ਸੀ, ਉਹਨਾਂ ਦੇਖਿਆ ਯਾਰ ਸਾਨੂੰ ਇਹਨਾਂ ਨੇ ਇੱਦਾਂ ਸਪੋਰਟ ਕੀਤਾ, ਸਾਨੂੰ ਇੱਦਾਂ ਗਿਫਟਸ ਦਿੱਤੇ ਆ, ਠੀਕ ਆ, ਵਾਈ ਨੋਟ ਆਈ ਗਿਵ ਦੈਮ ਸ਼ਾਊਟ ਆਊਟ, ਠੀਕ ਆ। ਹੁਣ ਜਿਹੜਾ ਐਥਲੀਟ ਆ, ਛੋਟਾ ਐਥਲੀਟ ਆ, ਉਹ ਪੀਜ਼ੇ ਵਾਲੇ ਤੋਂ ਕੀ ਕਰ ਲੂਗਾ, ਇੱਕ ਪੀਜ਼ਾ ਹੀ ਬਾਏ ਕਰ ਲੂਗਾ, ਠੀਕ ਆ। ਪਰ ਜੇ ਉਹਨੇ ਸ਼ੇਅਰ ਕਰਤਾ ਆਪਣੇ ਫਰੈਂਡ ਸਰਕਲ ਦੇ ਨਾਲ, ਉਹਦੇ ਫਰੈਂਡ ਸਰਕਲ ਵਾਲੇ ਵੀ ਵੇਖਣਗੇ ਯਾਰ ਇਹ ਬੰਦੇ, ਚਲੋ ਪੀਜ਼ਾ ਜਿੱਦਾਂ ਵੀ ਮਰਜ਼ੀ ਹੋਵੇ ਪਰ ਇਹ ਬੰਦਿਆਂ ਦੀ ਨੇਚਰ ਬਹੁਤ ਵਧੀਆ। ਸੋ ਪਾਵਰ ਲਿਫਟਿੰਗ ਮੀਟ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ। ਹਾਂਜੀ ਵੀ ਦੱਸੋ ਜ਼ਰੂਰ ਸਾਰੇ ਆਡੀਅੰਸ। ਇਹ ਜਿਹੜੀ ਹੋਈ ਸੀ ਮੀਟ, ਇਹ ਸੀ WRPF ਵੱਲੋਂ, ਵਰਲਡ ਰੋ ਪਾਵਰ ਲਿਫਟਿੰਗ ਫੈਡਰੇਸ਼ਨ।
ਇਹ ਬਹੁਤ ਵੱਡੀ ਫੈਡਰੇਸ਼ਨ ਆ ਪੂਰੀ ਦੁਨੀਆ 'ਚ ਹੈਗੀ ਆ, ਸੋ ਮੰਨੀ ਪਰਮੰਨੀ ਆ, ਐਂਡ ਇਹ ਆਪਣਾ ਹੁਣ ਨੈਸ਼ਨਲਸ ਵੀ ਲੈ ਕੇ ਆ ਰਹੇ, ਕਾਫੀ ਗਰੋ ਕਰ ਰਹੇ ਆ। ਹਾਂਜੀ, ਅਤੇ ਇਹਨਾਂ ਦੇ ਜਿਹੜੇ ਜੱਜਿਸ ਆਏ ਸੀ, 8 ਜੱਜ ਆਏ ਸੀ ਟੋਟਲ, ਉਹਨਾਂ ਦਾ ਜਿਹੜਾ ਮੇਨ ਪ੍ਰੈਜੀਡੈਂਟ ਡਾਇਰੈਕਟਰ ਆ ਓਨਟੇਰੀਓ ਦਾ, ਉਹ ਵੀ ਆਇਆ ਸੀ, ਜਿਹੜਾ ਉਹ ਨੋਰਮਲੀ ਆਉਂਦਾ ਨਹੀਂ ਆ। ਸੋ ਉਹ ਆਪ ਦੇਖਣਾ ਚਾਹੁੰਦਾ ਸੀ ਕਿ ਕੀ ਹੈਗਾ ਐਤਕੀ, ਅਤੇ ਉਹ ਵੀ ਆਇਆ ਸੀ, ਜੱਜਿਸ ਆਏ ਸੀ। ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਐਥਲੀਟ ਸੀ ਉਹ ਯੂ ਐੱਸ ਤੋਂ ਵੀ ਆਏ ਸੀ। ਇਹ ਇੱਕ ਲਾ ਲਓ ਕਿ ਜੀ ਟੀ ਏ ਦੇ ਵਿੱਚ, ਆਪਣੇ ਪੰਜਾਬੀ ਤਾਂ ਚਲੋ ਪਿੱਛੇ ਕਰ ਦਿਉ, ਕਿਸੇ ਗੋਰੇ ਨੇ ਵੀ ਨਹੀਂ ਕਰਾਈ ਅਜੇ ਤੱਕ, ਜੀ ਟੀ ਏ 'ਚ ਕਦੀ ਮੀਟ ਨਹੀਂ ਹੁੰਦੀ। ਅਸੀਂ ਪਹਿਲੇ ਬੰਦੇ ਹਾਂ ਜਿਨ੍ਹਾਂ ਨੇ ਜੀ ਟੀ ਏ 'ਚ ਮੀਟ ਕਰਾਈ ਸੀ, ਐਂਡ ਸਭ ਤੋਂ ਤਕੜੇ ਇਵੈਂਟ ਦੇ ਵਿੱਚ, ਮਤਲਬ ਸਾਡਾ ਜਿੰਮ ਬਹੁਤ ਵੱਡਾ ਆ, ਸੋ ਉੱਥੇ ਐਂਡ ਪੂਰੀ ਸਕਸੈਸਫੁਲ ਮੀਟ ਹੋਈ ਪ੍ਰੋਪਰ, ਅਸੀਂ ਐਵਰੀਥਿੰਗ ਆਲ ਆਊਟ ਗਏ। ਅਤੇ ਜਿਹੜੀ ਮੀਟ ਹੋਈ ਸੀ ਇਹਦੇ ਵਿੱਚ ਲੋਕਾਂ ਨੇ ਪੀ ਆਰਸ ਲਾਈਆਂ, ਨੈਸ਼ਨਲ ਰੈਕਰਡਸ ਬਣਾਏ ਆ ਅਤੇ ਜਿਹੜੇ ਐਥਲੀਟਸ ਨੇ, ਸੋ ਬਹੁਤ ਵਧੀਆ ਸੀ। ਸਵੇਰੇ 8 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਚੱਲੀ ਮੀਟ। ਨੋਰਮਲੀ ਲੋਕ ਨੇ 3-4 ਵਜੇ ਖਤਮ ਕਰ ਦਿੰਦੇ ਮੀਟ, ਸਾਡੀ 6 ਵਜੇ ਤੱਕ ਚੱਲੀ ਸ਼ਾਮ ਦੇ, ਇੰਜੋਏ ਇੰਨਾ ਕਰ ਰਹੇ ਸੀ। ਸੋ ਇਹ ਮੀਟ ਦੇ ਵਿੱਚ ਜਿਹੜੇ ਆਪਣਾ ਹੁਣ ਗੱਲ ਕਰੀਏ ਤਾਂ ਸਪੋਰਟ ਜਿਹੜੀ ਆਈ, ਜਿਹੜੇ ਐਥਲੀਟ ਸੀ ਉਹਨਾਂ ਦੀ ਫੈਮਿਲੀਜ਼, ਯੇ ਵੋ ਸਭ ਬਹੁਤ ਆਏ, ਸਪੋਂਸਰਸ ਆਏ, ਉਹਨਾਂ ਦੇ ਨਾਲ ਫਰੈਂਡਸ ਆਏ। ਹਾਂਜੀ, ਬਟ ਜਿਹੜੀ ਚੀਜ਼ ਦੇਖਣ ਨੂੰ ਮੈਂ ਕਹੂੰਗਾ ਆਪਣੀ ਕਮਿਊਨਿਟੀ ਦੇ ਵਿੱਚੋਂ, ਮੈਂ ਬ੍ਰੈਂਪਟਨ 'ਚੋਂ ਇੱਕ ਇੰਨਾ ਐਟਲੀਸਟ 200-300 ਬੰਦਾ ਜਾਣਦਾ ਹਾਂ ਜਿਹੜੇ ਫਿਟਨੈਸ 'ਚ ਹੈਗੇ ਆ, ਪਾਵਰ ਲਿਫਟਿੰਗ ਬੋਡੀ ਬਿਲਡਿੰਗ ਕਰਦੇ ਆ, ਨੋ ਵਨ ਸ਼ੋਡ ਅਪ, ਠੀਕ ਆ, ਬਹੁਤ ਬਹੁਤ ਘੱਟ ਬੰਦੇ ਜਿਹੜੇ ਆਏ, ਮੈਨੂੰ ਲੱਗਦਾ ਮੋਸਟ 3-4-5-6 ਬੰਦੇ ਆਏ ਹੋਣੇ, ਕੋਈ ਨਹੀਂ ਆਇਆ। ਸੋ ਉਹਨਾਂ ਤੁਹਾਡਾ ਕਮਿਊਨਿਟੀ ਬਾਰੇ ਹੋ ਜਾਣਾ ਅੱਗੇ, ਬਸ ਤੁਹਾਡੇ ਦੋ ਕੁਐਸਚਨ ਹੋਰ ਪੁੱਛਣੇ ਆ, ਬਹੁਤ ਵਧੀਆ ਜੀ। ਓਗਨ ਓਕੇ, ਹਾਂਜੀ ਹਾਂਜੀ ਦੀਪ ਜੀ, ਗੱਲ ਕਰਦੇ ਸੀ ਆਪਣੀ ਕਮਿਊਨਿਟੀ ਬਾਰੇ। ਆਪਣੇ ਬੰਦੇ ਜਿਹੜੇ ਆ ਘੱਟ ਦਿਖੇ ਆਉਣ ਨੂੰ, ਅਤੇ ਜੇ ਆਪਾਂ ਗੱਲ ਕਰੀਏ ਸਪੋਰਟ ਦੀ, ਠੀਕ ਆ, ਜਿੱਦਾਂ ਤੁਸੀਂ ਮੈਨੂੰ ਪੁੱਛਿਆ ਸੀ ਪਹਿਲਾਂ ਕਿ ਪੰਜਾਬੀ ਵੱਲੋਂ ਕਿੰਨੀ ਕੁ ਸਪੋਰਟ ਆ, ਸੋ ਪੰਜਾਬੀਆਂ ਦੀ ਸਪੋਰਟ ਤਾਂ ਮੈਂ ਦੱਸ ਦਿੰਦਾ ਹਾਂ ਕਿ ਬਹੁਤ ਸਾਰੇ ਇੱਥੇ ਮੰਨੇ ਪਰਮੰਨੇ ਹੈਗੇ ਬੰਦੇ ਕਈ, ਸੋ ਉਹਨਾਂ ਦੇ ਆਪਾਂ ਕੀਤਾ ਸੀ ਅਪਰੋਚ, ਠੀਕ ਆ, ਉਹ ਆਈ ਨਹੀਂ, ਹੁੰਗਾਰਾ ਨਹੀਂ ਆਇਆ, ਸੋ ਆਪਾਂ ਚਲੋ ਇਗਨੋਰ ਕਰਦੇ ਇਹਨੂੰ, ਆਪਾਂ ਤਾਂ ਪਰਵਾਹ ਨਹੀਂ ਕਰਦੇ। ਸੋ ਆਪਣੀ ਕਮਿਊਨਿਟੀ ਵੱਲੋਂ ਨਾ ਮੈਂ ਇੱਕ ਚੀਜ਼ ਕਹਿੰਦਾ ਕਿ ਇੱਕ ਵਾਰੀ ਜੇ ਕਿਸੇ ਨੇ ਕੋਈ ਚੀਜ਼ ਖੋਲ੍ਹੀ ਆ ਨਾ, ਤੁਸੀਂ ਜ਼ਰੂਰੀ ਨਹੀਂ ਆ ਕਿ ਆ ਕੇ ਉੱਥੇ ਕੁਛ ਬਾਏ ਕਰਕੇ ਆਉਣਾ, ਅਤੇ ਤੁਸੀਂ ਆ ਕੇ ਇੱਕ ਵਾਰੀ ਜ਼ਰੂਰ ਦੇਖੋ, ਅਗਲੇ ਨੂੰ ਐਪਰੀਸ਼ੀਏਟ ਦਿਓ, ਹੌਸਲਾ ਦਿਓ ਕਿ ਬਾਈ ਤੂੰ ਇੱਕ ਚੀਜ਼ ਖੋਲ੍ਹੀ ਆ ਜਿੱਥੇ ਆ ਕੇ ਦੁਨੀਆਂ 'ਤੇ ਗੱਲਾਂ ਹੋ ਰਹੀਆਂ। UK ਤੋਂ ਕਿੰਨੇ ਫੋਨ ਆ ਗਏ, ਮੈਨੂੰ ਇੰਡੀਆ ਤੋਂ ਬਹੁਤ ਫੋਨ ਆ ਗਏ, ਕੈਲੀਫੋਰਨੀਆ ਤੋਂ ਤਾਂ ਕਹਿਣ ਲੱਗ ਗਏ ਕਿ ਸਾਨੂੰ ਕਿਤੇ ਉੱਥੇ ਆ ਕੇ ਖੋਲ੍ਹੋ ਇੱਕ ਜਿੰਮ। ਸੋ ਤੁਸੀਂ ਉੱਥੇ ਇੱਥੇ ਜਦੋਂ ਆਏ ਜੇ, ਸੋ ਤੁਸੀਂ ਆ ਕੇ ਦੇਖ ਲਓ, ਜੇ ਤੁਸੀਂ ਆਪਣੇ ਸ਼ਹਿਰ 'ਚ ਰਹਿੰਦੇ ਜੇ ਪਰ ਆਏ ਨਹੀਂ ਕੋਈ, ਸੋ ਸਪੋਰਟ 'ਚ ਨਹੀਂ ਆਉਂਦੇ। ਸੋ ਆਪਣੀ ਪੰਜਾਬੀ ਕਮਿਊਨਿਟੀ ਸਪੋਰਟ 'ਚ ਆਈ ਵੀ ਆ, ਬਟ ਮੋਸਟ ਜਿਹੜੇ ਨਹੀਂ ਆਏ। ਸੋ ਇਹਨੂੰ ਤੁਸੀਂ, ਮੈਨੂੰ ਨਹੀਂ ਪਤਾ, ਜੈਲਸੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਜਾਂ ਉਹਨਾਂ ਦਾ ਸੋਚ ਛੋਟੀ ਆ, ਇੱਕ ਇਗਨੋਰੈਂਸ ਪਾਰਟ ਵੀ ਆ ਜਾਂਦਾ ਹੈ। ਜਿਵੇਂ ਹੁਣ ਨਾ ਸਾਡੇ, ਸਾਨੂੰ ਬਹੁਤ ਵਧੀਆ ਲੱਗਾ, ਸਾਡੇ ਨਾ ਪੰਜਾਬੀ ਮੁੰਡੇ 7-8 ਕੰਪੀਟ ਕੀਤਾ, ਟੋਟਲੀ ਪਹਿਲੀ ਵਾਰ ਨਵਾਂ ਨਿਊ, ਉਹਨਾਂ ਨੂੰ ਕੋਈ ਰੂਲ ਨਹੀਂ ਸੀ ਪਤਾ, ਕੋਈ ਕੁਛ ਨਹੀਂ ਸੀ ਪਤਾ, ਬਟ ਦੇ ਵਾਂਟਿਡ ਟੂ ਡੂ ਇਟ ਰਾਈਟ। ਅਤੇ ਉਹ ਆਏ, ਉਹਨਾਂ ਕੀਤਾ, ਚਲੋ ਕਈਆਂ ਦੀਆਂ ਲਿਫਟਾਂ ਬਹੁਤ ਵਧੀਆ ਗਈਆਂ, ਕਈਆਂ ਦਾ ਟੈਕਨੀਕਲ ਰੂਲਸ ਕਰਕੇ ਥੋੜ੍ਹਾ ਜਿਹਾ ਫਾਊਲ ਵੀ ਹੋਏ, ਹੈ ਨਾ।
ਸੋ ਆਪਾਂ ਇੱਕ ਚੀਜ਼ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਬੰਦਾ ਕੰਪੀਟ ਕਰਨਾ ਚਾਹੁੰਦਾ ਆ ਜਾਂ ਕੋਈ ਵੀ ਚੀਜ਼ ਕਰਨਾ ਚਾਹੁੰਦਾ ਆ, ਤੁਸੀਂ ਉਸ ਫੀਲਡ ਦਾ ਬੰਦਾ ਜੇ ਤੁਹਾਡੇ ਧਰਮ ਦਾ ਆ, ਤੁਹਾਡੇ ਕਲਚਰ ਦਾ ਬੰਦਾ ਹੈਗਾ ਨਾ, ਉਹਨੂੰ ਅਪਰੋਚ ਕਰਕੇ ਇੱਕ ਵਾਰੀ ਪੁੱਛੋ ਕਿ ਬਈ ਮੈਂ ਆਹ ਚੀਜ਼ ਕਰਨਾ ਚਾਹੁੰਦਾ ਹਾਂ, ਠੀਕ ਆ, ਮੇਰੇ ਲਈ ਸਲਾਹ ਕੀ ਆ, ਮੈਂ ਤੇਰੇ ਤੋਂ ਟ੍ਰੇਨਿੰਗ ਨਹੀਂ ਲੈਣੀ, ਮੈਨੂੰ ਸਲਾਹ ਦੇ ਸਕਦਾ ਤੂੰ, ਠੀਕ ਆ, ਮੈਨੂੰ ਸਲਾਹ ਦੇ ਦੇ ਮੈਂ ਕਿੱਦਾਂ ਕਰਾਂ, ਠੀਕ ਆ, ਅਗਲੇ ਨੇ ਸਲਾਹ ਦੇ ਦੇਣੀ ਹੈ ਤੁਹਾਡੇ ਕੰਮ ਦੀ ਹੋਈ ਤਾਂ ਡਨ, ਠੀਕ ਆ। ਹੁਣ ਸਾਨੂੰ ਬੜੇ ਲੋਕਾਂ ਦਾ ਨਾ ਮੈਸੇਜ ਆਉਂਦਾ ਹੈ ਕਿ ਬਈ ਮੈਂ ਪਤਲਾ ਹੋਣਾ, ਮੈਂ ਇੱਦਾਂ ਕਰਨਾ ਉੱਦਾਂ ਕਰਨਾ, ਠੀਕ ਹੈ। ਹੁਣ ਅਸੀਂ ਪਹਿਲਾਂ ਇਹ ਪੁੱਛੀਦਾ ਕਿ ਭਾਅ ਜੀ ਤੁਸੀਂ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਕਿ ਤੁਸੀਂ ਜਸਟ ਉੱਦਾਂ ਇਨ ਜਨਰਲ ਕੁਐਸਚਨ ਪੁੱਛ ਰਹੇ ਹੋ? ਉਹ ਕਹਿੰਦਾ ਕਿ ਜੇ ਮੈਂ ਟ੍ਰੇਨਿੰਗ ਲੈਣੀ ਆ ਫਿਰ ਉਹਨੂੰ ਉਸ ਦੂਸਰੇ ਚੈਨਲ ਦੇ ਥਰੂ ਗੱਲ ਕਰੀ ਦੀ ਪ੍ਰੋਪਰ। ਜੇ ਕਹਿੰਦਾ ਭਾਅ ਜੀ ਮੇਰਾ ਸਲਾਹ ਲੈਣੀ, ਉਹਦਾ ਲਾਈਫ ਸਟਾਈਲ ਪੁੱਛ ਕੇ ਉਹਨੂੰ ਸਲਾਹ ਦੇ ਦੇਈ। ਸੋ ਇਹ ਚੀਜ਼ ਜਿਹੜੀ ਆ ਆਪਾਂ ਹੈਲਪ ਕਰਨ ਨੂੰ ਰੈਡੀ ਬੈਠੇ ਹਾਂ, ਅਸੀਂ ਬਾਹਾਂ ਖੋਲ੍ਹ ਕੇ ਵੈਲਕਮ ਕਰਨ ਨੂੰ ਰੈਡੀ ਬੈਠੇ ਸਾਰਿਆਂ ਦਾ, ਠੀਕ ਹੈ ਜੀ, ਤੁਸੀਂ ਆਓ ਅਤੇ ਸਾਰਿਆਂ ਨੂੰ ਹੱਥ ਜੋੜ ਕੇ ਇਨਵਾਈਟ ਕਰਦੇ ਹਾਂ। ਜਿੰਮ ਆ ਜਾਓ, 24/7 ਓਪਨ ਆ, ਅਸੀਂ ਉੱਥੇ ਹੀ ਹੁੰਦੇ ਹਾਂ ਦੋਵੇਂ, ਠੀਕ ਹੈ ਜੀ। ਜਿੰਮ ਆ ਜਾਓ, ਗੱਲਬਾਤ ਕਰੋ ਸਾਡੇ ਨਾਲ ਆ ਕੇ। ਹੁਣ ਇਹ ਤੋਂ ਉੱਪਰ ਕੀ ਕਰ ਸਕਦੇ? ਅਸੀਂ ਸਾਰਿਆਂ ਨੂੰ ਸਨਮਾਨ ਕਰਨ ਨੂੰ ਰੈਡੀ ਬੈਠੇ ਹਾਂ, ਬਟ ਜੇ ਆਊਗਾ ਹੀ ਨਹੀਂ ਹੁਣ ਕੋਈ, ਨਾ ਕੋਈ ਗੱਲ ਨਾ ਕੋਈ ਬਾਤ, ਹੈ ਨਾ, ਜਾਂ ਤਾਂ ਫਿਰ ਆਪਾਂ ਕੋਈ ਮਾੜਾ ਕੰਮ ਕੀਤਾ ਹੋਵੇ ਫਿਰ ਤਾਂ ਕਹੋ ਚੰਗਾ ਕੰਮ ਕਰ ਰਹੇ ਹਾਂ। ਜੇ ਤੁਸੀਂ ਨਹੀਂ ਆ ਰਹੇ ਹੋ, ਫਿਰ ਬੰਦਾ ਇੱਕੋ ਹੀ ਸੋਚਦਾ ਕਿ ਖਰੇ ਜੈਲਸੀ ਨੂੰ ਨਹੀਂ ਆਉਂਦੇ ਜਾਂ ਹੇਟ ਨੂੰ ਨਹੀਂ ਆਉਂਦੇ ਜਾਂ ਕੀ ਸਿਸਟਮ ਆ, ਹੈ ਨਾ, ਕਿਉਂਕਿ ਜਿੰਮ ਓਪਨ ਹੋਈ ਵੀ ਨਵੰਬਰ ਦਾ ਓਪਨ ਹੋਇਆ, ਅਤੇ ਬੰਦਾ ਚੱਲ ਬਿਜ਼ੀ ਵੀ ਹੁੰਦਾ, ਕਿੰਨੀ ਦੇਰ ਬਿਜ਼ੀ ਰਹਿ ਲੈਂਦਾ, ਛੁੱਟੀ ਕੋਈ ਹੁੰਦੀ ਆ, ਰਾਈਟ। ਸੋ ਉਹ ਚੀਜ਼ਾਂ ਜਿਹੜੀਆਂ ਨਾ ਆਪਣੇ ਬੰਦਿਆਂ 'ਚ ਬਹੁਤ ਹੈਗੀਆਂ ਥੋੜ੍ਹੀਆਂ ਜਿਹੀਆਂ, ਪਿੱਛੇ ਲੈ ਕੇ ਜਾ ਰਹੀਆਂ ਜਿਹੜੇ ਆਪਾਂ ਨੂੰ, ਇੱਕ ਦੂਜੇ ਤੋਂ ਮੱਚੀ ਜਾਂਦੇ ਆ, ਵੀਡੀਓ ਪਾ ਦੇਣਗੇ ਟਿਕਟੋਕ 'ਤੇ, ਸਲਾਹ ਇਕੱਲੇ ਸਾਡੇ ਬਿਜ਼ਨਸ 'ਚ ਨਹੀਂ, ਹੋਰ ਵੀ ਬਿਜ਼ਨਸ 'ਚ ਆ ਕਾਫੀ, ਹੈ ਨਾ, ਇੱਕ ਦੂਜੇ 'ਤੇ ਵੀਡੀਓ ਪਾ ਤੀ, ਇੱਦਾਂ ਕਰਤਾ ਉੱਦਾਂ ਕਰਤਾ, ਮੈਂ ਚੰਗਾ ਮੈਂ ਮਾੜਾ ਮੈਂ ਇੱਦਾਂ ਮੈਂ ਉੱਦਾਂ, ਇਕੱਠੇ ਹੋ ਜਾਓ ਯਾਰ। ਜੇ ਕੀ ਯਾਰ, ਕਿਸੇ ਨੇ ਰੋਟੀ ਥੋੜ੍ਹੀ ਖੋਲ੍ਹਣੀ ਕਿਹੜੀ ਤੁਹਾਡੇ, ਇਹਨਾਂ ਦੇ ਆਉਣ ਨਾਲ ਕੀ ਸਾਡਾ ਜਿੰਮ ਬੰਦ ਹੋ ਜਾਣਾ? ਜਿਹੜੇ ਬੰਦੇ ਨੇ ਜਿੰਮ ਮੰਨ ਲਓ ਜਿਹੜੇ ਜਿੰਮ ਲਾਉਂਦੇ, ਤੁਸੀਂ ਜਿੰਮ ਲਾਉਂਦੇ ਹੋ, ਤੁਹਾਨੂੰ ਪਤਾ ਆ ਕਿ ਯਾਰ ਜਿੰਨੇ, ਜੇ ਸਾਨੂੰ ਵਧੀਆ ਲੱਗਦਾ ਚੀਜ਼ ਤਾਂ ਵਧੀਆ ਆ, ਆਪਾਂ ਜਾਣਾ ਹੈ ਉੱਥੇ ਜਿਹੜੀ। ਅੱਛਾ ਫਿਰ ਜਿਹੜੇ ਇੱਥੋਂ ਦੇ ਬੋਰਨ ਆ ਨਾ, ਉਹਨਾਂ ਤੋਂ ਸਾਨੂੰ ਲੀਸਟ ਐਕਸਪੈਕਟੇਸ਼ਨ ਨਹੀਂ, ਉਹ ਜ਼ਿਆਦਾ ਆਏ। ਰੌਣਿਤ ਭਾਜੀ, ਰੌਣਿਤ ਭਾਜੀ ਆਇਆ, ਮਨਰਾਜ, ਹਾਂਜੀ, ਮੈਨੂੰ ਬਹੁਤ ਖੁਸ਼ੀ ਹੋਈ ਆਈ ਯਾਰ। ਸੋ ਮੈਨੂੰ ਫਿਰ ਜ਼ਿਆਦਾ ਰਿਸਪੈਕਟ ਵਧੀ ਦਿਲ 'ਚ ਕਿ ਯਾਰ ਇਹ ਬੰਦੇ ਗੁੱਡ ਆ ਯਾਰ, ਫਿਰ ਇੱਦਾਂ ਦੇ ਬੰਦੇ ਰਹਿੰਦੇ, ਇਹ ਜੈਨੂਅਨ ਆ, ਚੀਜ਼ ਵਧੀਆ ਲੱਗੀ ਮੈਂਬਰਸ਼ਿਪ ਲਵਾਂਗੇ, ਚੀਜ਼ ਨਹੀਂ ਵਧੀਆ ਲੱਗੂ ਨਹੀਂ ਲਵਾਂਗੇ। ਉਹਨੂੰ ਵਧੀਆ ਲੱਗੀ, ਉਹਨਾਂ ਨੇ ਲਈ, ਦੇ ਆਰ ਕਮਿੰਗ, ਸਪੋਰਟ ਵੀ ਕਰਦੇ ਆ ਬਿਨਾਂ ਕਹੇ, ਰਾਈਟ, ਠੀਕ ਆ, ਸਾਡੇ ਬਾਰੇ ਬੋਲਦੇ ਵੀ ਆ। ਸੋ ਉਹ ਚੀਜ਼ਾਂ ਆ, ਅਤੇ ਤੁਹਾਨੂੰ ਕੀ ਲੱਗਦਾ ਜਦੋਂ ਉਹਨਾਂ ਨੇ ਕੁਛ ਫਿਊਚਰ 'ਚ ਕਰਨਾ, ਸਾਥ ਨਹੀਂ ਦੇਵਾਂਗੇ? ਸਾਡਾ ਫਰਜ਼ ਬਣ ਗਿਆ ਹੁਣ, ਇਹ ਸਾਡਾ ਹੁਣ ਇੱਕ ਫਰਜ਼ ਬਣ ਗਿਆ ਕਿ ਸਾਨੂੰ ਦੇਣਾ ਪੈਣਾ, ਕਿਉਂਕਿ ਉਹਨਾਂ ਨੇ ਸਾਡਾ ਦਿੱਤਾ, ਪ੍ਰਿੰਸੀਪਲ ਦੀ ਗੱਲ ਆ ਗਈ। ਹਾਂ, ਅਤੇ ਉਹੀ ਚੀਜ਼ ਆ, ਜੇ ਉਹਨਾਂ ਨੇ ਸਾਡੀ ਬਾਂਹ ਫੜੀ ਅਸੀਂ ਫੜਾਂਗੇ, ਇੱਕ ਦੂਜੇ ਨੂੰ ਨਾਲ ਲੜ ਕੇ ਚੱਲਾਂਗੇ। ਸੋ ਇਹ ਲੋਕ ਅੱਜ ਕੱਲ੍ਹ ਦੇ ਆਪਣੇ ਨਹੀਂ ਸਮਝ ਰਹੇ, ਬਟ ਹੋਪਫੁਲੀ ਜਿਵੇਂ ਕਿ ਪੱਗਾਂ ਬੰਨਣ ਲੱਗ ਗਏ ਲੋਕੀ ਵਾਪਸ ਆ ਰਹੇ ਸਿੱਖੀ ਵੱਲ, ਮੇ ਬੀ ਇੱਦਾਂ ਇਹਨਾਂ ਨੂੰ ਅਕਲ ਵੀ ਵਾਪਸ ਆਊਗੀ ਇਹਨਾਂ ਦੀ, ਉਹ ਥੋੜ੍ਹਾ ਨਹੀਂ ਕੋਈ ਪਤਾ ਨਹੀਂ ਜੀ। ਹਾਂ, ਅਤੇ ਨਾ ਜਿੱਦਾਂ ਸਾਡੀ ਸਿਚੁਏਸ਼ਨ ਆ, ਪਾਡਕਾਸਟ ਵੱਧ ਤੋਂ ਵੱਧ ਮਤਲਬ ਇੱਕ ਸਾਲ ਹੀ ਹੋਇਆ। ਹਾਂਜੀ, ਅਤੇ ਸਾਡੇ ਜੇ ਪਿੱਲੋ ਗੈਸਟ ਆਏ ਸੀ, ਦੋਸਤ ਸੀ ਸਾਡੇ ਲੱਗੇ ਹੋਏ, ਇੱਕ ਮੇਰਾ ਦੋਸਤ ਕਰਾਮ ਆ, ਹਾਂਜੀ, ਉਹ ਕਹਿੰਦਾ ਸੀ ਨਹੀਂ, ਕਹਿੰਦੇ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਕਿ ਮੈਂ ਆ ਜਾਊਂ। ਹਾਂਜੀ, ਇੱਕ ਪ੍ਰੋਡਿਊਸਰ ਅਜੇ ਉੱਥੇ ਐਡਮਿਟਰ ਕਰਦਾ, ਕਹਿੰਦਾ ਮੈਂ ਕਰ ਲੈਣਾ, ਨੋ ਪ੍ਰੋਬਲਮ। ਇੱਕ ਮੁੰਡਾ ਹੈ, ਉਹ ਕਾਫੀ, ਉਹ ਜਿਹੜਾ ਸਾਡੇ ਕਮਿਊਨਿਟੀ ਦੇ ਹੈਗੇ ਬੈਸਬੋ ਪਲੇਅਰ, ਇੰਡੀਅਨ ਬੈਸਬੋ ਪਲੇਅਰ, ਉਹਦਾ ਕਾਫੀ ਉਹਦਾ ਪ੍ਰਮੋਸ਼ਨ ਕਰਦਾ ਹੈ। ਓਕੇ, ਅਤੇ ਅਮਰ ਤੁਹਾਨੂੰ ਪਤਾ ਹੈ ਕਿਹਦੇ ਬਾਰੇ ਗੱਲ ਕਰਦਾ, ਪਰ ਨਾਮ ਨਹੀਂ ਦੱਸੋ ਉਹਦਾ, ਪਰ ਮੈਂ ਉਹਨੂੰ ਕਿਹਾ ਸੀ ਚੱਲ ਆ ਜਾ ਨਾ, ਮੈਂ ਕਿਹਾ ਸੀ ਕਾਫੀ ਸਾਡੀ ਕਮਿਊਨਿਟੀ ਵੀ ਨਾਲ ਦੇ ਨਾਲ ਬਣਦੀ ਆ, ਅਤੇ ਨਾਲੇ ਲੋਕ ਨੂੰ ਪਤਾ ਲੱਗੇ ਯਾਰ, ਹਾਂ ਚਲੋ ਸਾਡੇ ਮੁੰਡੇ ਦੇ ਘਰ ਦੇ ਕੁਛ ਸਪੋਰਟਸ ਵਿੱਚ, ਹਾਂਜੀ, ਅਤੇ ਉਹ ਜੇ ਨਿੱਕੇ ਬੱਚੇ ਹੈਗੇ ਉਹ ਉਹਨੂੰ ਜ਼ਿਆਦਾ ਕੌਨਫੀਡੈਂਸ ਹੁੰਦਾ ਕਰਨ ਲਈ।
ਤੇ ਉਹਨੂੰ ਉਹ ਕਿਹਾ ਸੀ ਕਹਿੰਦਾ ਸੀ ਜਦੋਂ 100 episode ਆਵਾਂ ਤਾਂ 100 episode episode ਹੋਏ ਤੇ ਫਿਰ ਬਾਅਦ ਵਿੱਚ ਆਵਾਂ। ਮੈਂ ਕਹਿੰਦਾ ਸਵਾ ਫਰੈਂਡ ਹੈ ਤੂੰ, ਮੈਂ ਕਿਹਾ ਸੀ ਤੂੰ ਜ਼ਿਆਦਾ ਪ੍ਰਮੋਸ਼ਨ ਵਾਸਤੇ ਜ਼ਿਆਦਾ ਕਰਦਾ ਹੈ, ਬਈ ਇਹ ਨਹੀਂ ਵੇਖਦਾ ਪਰਪਸ ਕੀ ਹੈ ਇਹਦੇ ਵਾਸਤੇ। ਅਤੇ ਮੈਂ ਕਿਹਾ ਮੈਂ ਤੈਨੂੰ ਮੈਂ ਕਿਹਾ ਮੈਂ ਹਜੇ ਤੱਕ ਤੈਨੂੰ ਸਪੋਰਟ ਕਰਦਾ ਅਤੇ ਮੈਂ ਐਕਸਪੈਕਟ ਕਰਦਾ ਸੀ ਤੂੰ ਮੈਨੂੰ ਵਾਪਸ ਸਪੋਰਟ ਕਰੂੰਗਾ। ਚੱਕਰ ਬਹੁਤ ਤਗੜਾ ਆ ਤੇ ਆਪਣੇ ਪੰਜਾਬੀਆਂ ਚ ਗਰਾਰੀ ਵੀ ਬਹੁਤ ਆ, ਗਰਾਰੀ ਬਹੁਤ ਆ ਨਾ, ਤੁਸੀਂ ਭਾਵੇਂ ਇੱਥੋਂ ਜਿਵੇਂ ਪੜੇ ਜੇ ਗਰਾਰੀ ਪੰਜਾਬੀਆਂ ਚ DNA ਚ ਫਿੱਟ ਆ ਬੰਦਾ। ਪਤਾ ਕੀ ਕਹਿੰਦਾ ਫਿਰ ਜਦੋਂ ਸਾਡੇ ਜਿਵੇਂ ਅਸੀਂ ਖੋਟੇ ਖੋਲਿਆ ਸੀ ਸਾਨੂੰ ਪਤਾ ਸੀ ਬਹੁਤ ਭਾਜੀ ਇੰਨੀ ਹੇਟ ਮਿਲੀ ਸੀ ਨਾ, ਵੀ ਯੂਜ਼ ਟੂ ਓਪਨ ਟਿਕਟੋਕ ਲਾਈਵ ਹੇਟ ਕਮੈਂਟਸ ਉਦੂ ਜਿਵੇਂ ਯੇ ਉਹ ਤਰੀਫਾ ਕਰਕੇ ਜਾਂਦੇ ਭਾਜੀ, ਕੋਈ ਜਿਮ ਦੀ ਕੋਈ ਤਰੀਫ਼ ਨਹੀਂ ਕਰਦਾ। ਇਹ ਕਹਿੰਦਾ ਕਿ ਠੀਕ ਆ ਜਿਮ ਮੈਂਬਰਸ਼ਿਪ ਲਈ ਆ ਇੱਥੇ ਭਾਜੀ ਖੁਸ਼ੀ ਨਾਲ ਆਉਂਦੇ ਆ। ਹੁਣ ਇਹਨਾਂ ਨੂੰ ਹੁੰਦਾ ਕਿ ਹਾਂ ਬਈ ਇਹ ਤੇ ਪਾ ਗਏ ਗੇਮ ਹੈਨਾ, ਮੈਨੂੰ ਇਹ ਵੀ ਪਤਾ ਆ ਕੁਛ ਟਾਈਮ ਹੋ ਗਿਆ ਜਦੋਂ ਸਭ ਕੁਛ ਹੋ ਗਿਆ ਇਹਨਾਂ ਨੇ ਆ ਜਾਣਾ ਸਾਰਿਆਂ ਨੇ, ਉਦੋਂ ਆਏ ਦਾ ਫਿਰ ਕੀ ਫਾਇਦਾ ਜਦੋਂ ਤੁਸੀਂ ਪਹਿਲਾਂ ਨਹੀਂ ਸਪੋਰਟ ਦੇ ਰਹੇ। ਜਦੋਂ ਹੁਣ ਸਾਨੂੰ ਮੈਸੇਜ ਮਿਲਦੇ ਨਿੱਕੇ ਬੱਚੇ ਕੋਲ ਹਨਾ, ਉਹ ਮੈਨੂੰ ਇੱਕ ਵਾਰੀ ਮੈਸੇਜ ਆਇਆ, ਮੈਂ ਪਹਿਲਾਂ ਹੀ ਦੁਆਰਾ ਕਿਹਾ ਸੀ ਐਪੀਸੋਡ 'ਚ, ਅਤੇ ਮੁੰਡੇ ਨੇ ਕਿਹਾ ਸੀ ਕਹਿੰਦੇ ਥੈਂਕ ਯੂ ਤੁਸੀਂ ਤਾਂ ਪੋਡਕਾਸਟ ਬਣਾਇਆ, ਕਹਿੰਦੇ ਕੋਈ ਹੋਰ ਪੋਡਕਾਸਟ ਨਹੀਂ ਕਿ ਸਰਦਾਰ ਹੈਗੇ ਜੇ ਪੱਗ ਬੰਨਦੇ ਆ ਜਿਹੜੇ ਇੰਗਲਿਸ਼ ਵਿੱਚ ਬੋਲ ਸਕਦੇ ਪੰਜਾਬੀ 'ਚ ਵੀ ਬੋਲ ਸਕਦੇ ਜਿੰਨੇ ਵੀ ਕਰ ਸਕਦੇ ਆ, ਅਤੇ ਕਹਿੰਦੇ ਸੀ ਮੈਂ ਸੁਸਾਈਡ ਕਰ ਲਵਾਂਗਾ ਜੀ। ਕਹਿੰਦਾ ਸੀ ਤੁਹਾਡੇ ਕਾਕੇ ਹੁਣ ਤੁਸੀਂ ਮੈਨੂੰ ਹੈਲਪ ਕੀਤੀ ਹੈ, ਅਤੇ ਮੈਂ ਕਿਹਾ ਸੀ ਮੈਂ ਵੀ ਚਾਹੁੰਦਾ ਸੀ ਜਦੋਂ ਮੈਂ ਨਿੱਕਾ ਸੀ ਮੇਰੇ ਕੋਲ ਕੋਈ ਹੋਰ ਜੇ ਮੈਂ ਪੋਡਕਾਸਟ ਮੈਂ ਸੁਣ ਸਕਦਾ ਹਾਂ ਜੇ ਮੈਨੂੰ ਗਾਈਡ ਕਰਦਾ ਹੈ, ਤਾਂ ਕਹਿੰਦੇ ਸੀ ਥੈਂਕ ਯੂ ਤੁਸੀਂ ਮੈਨੂੰ ਗਾਈਡ ਕਰਦੇ ਹੁਣ। ਅਤੇ ਮੈਂ ਕਿਹਾ ਮੈਂ ਕੌਣ ਹਾਂ, ਮੈਂ ਫੇਮਸ ਨਹੀਂ ਹੈਗਾ, ਮੇਰੇ ਕੋਲ ਪੈਸੇ ਇੰਨੇ ਨਹੀਂ ਹੈਗੇ, ਮੈਂ ਹਜੇ ਤੱਕ ਬਣਾਈ ਡਿਵੈਲਪ ਕਰੀ ਜਾਂਦਾ ਜਿੰਨੀ ਹੈਗਾ ਹੈ ਨਾ, ਅਤੇ ਮੈਨੂੰ ਉਨਾ ਜ਼ਿਆਦਾ ਮੈਨੂੰ ਹੋਰ ਖੁਸ਼ੀ ਮਿਲੀ ਹੈ ਰਹਾਂ, ਚਲੋ ਕੋਈ ਤਾਂ ਬੱਚਾ ਹੈਗਾ ਉਹਨੂੰ ਹੈਲਪ ਕਰਦਾ ਨਾ ਕੁਛ। ਇਹੀ ਚੀਜ਼ ਆ ਦੇਖੋ ਆਪਾਂ ਜਦੋਂ ਕੋਈ ਚੀਜ਼ ਖੋਲਦੇ ਹਾਂ ਨਾ ਸਾਨੂੰ ਲੱਗਦਾ ਹੁੰਦਾ ਕਿ ਖਰੇ ਛੋਟੀ ਚੀਜ਼ ਆ, ਸਾਨੂੰ ਲੱਗਣਾ ਕਿ ਪੋਡਕਾਸਟ ਖੋਲਿਆ ਖਰੇ ਇਹ ਆਪਣੇ ਨਹੀਂ ਖੋਲਿਆ, ਪਰ ਤੁਸੀਂ ਕਿੰਨੀਆਂ ਜ਼ਿੰਦਗੀਆਂ ਸੇਵ ਕਰ ਲੈਣੀਆਂ। ਹੁਣ ਜਦੋਂ ਅਸੀਂ ਜਿਮ ਖੋਲਿਆ ਸੀ ਛੋਟਾ, ਅਸੀਂ ਸੋਚਿਆ ਸੀ ਕਿ ਚੱਲ ਆਪਾਂ ਜਿਮ ਚਲਾਵਾਂਗੇ, ਪਰਸਨਲ ਟ੍ਰੇਨਿੰਗ ਕਰਾਂਗੇ ਹੈ ਨਾ, ਬਿਜ਼ਨਸ ਕਰਾਂਗੇ। ਸਾਨੂੰ ਨਹੀਂ ਸੀ ਪਤਾ ਭਾਜੀ ਇਹ ਕਮਿਊਨਿਟੀ ਬਣ ਜਾਣੀ ਆ ਇੱਦਾਂ ਦੀ, ਅਸੀਂ ਲਾਈਫ ਸੇਵ ਕਰਾਂਗੇ। ਹੁਣ ਮੰਨ ਲਓ ਇੱਕ ਬੰਦਾ ਆ ਕੋਈ, ਉਹਨੇ ਉਹਨੂੰ ਬਹੁਤ ਸੀਵੀਅਰ ਪ੍ਰੋਬਲਮਸ ਆ ਕੋਈ ਜਿਮ, ਉਹਨੂੰ ਜਿਮ ਬਹੁਤ ਜ਼ਰੂਰੀ ਆ, ਉਹਨੂੰ ਵੇਟ ਘਟਾਉਣਾ ਬਹੁਤ ਜ਼ਰੂਰੀ ਆ, ਉਹਨੂੰ ਸਭ ਜਗ੍ਹਾ ਮਿਸਗਾਈਡ ਹੋਇਆ। ਸਾਡੇ ਕੋਲ ਬੰਦੇ ਉਹ ਆਉਂਦੇ ਜਿਹੜੇ 3-4 ਜਗ੍ਹਾ ਤੋਂ ਮੱਥੇ ਮੁੱਥੇ ਮਾਰ ਕੇ ਪੈਸੇ ਵੇਸਟ ਕਰਕੇ ਆਉਂਦੇ ਆ, ਸੋ ਕਿਉਂਕਿ ਸਾਡੇ ਕੋਲ ਨੌਲੇਜ ਆ ਪ੍ਰੋਪਰ ਹੈ ਨਾ। ਉਹ ਬੰਦਾ ਸਾਡੇ ਕੋਲ ਆ ਗਿਆ ਹੈ ਨਾ, ਉਹ ਬੰਦੇ ਨੇ ਉਹਦੇ ਬੰਦੇ ਦਾ ਅਸੀਂ 30-40 pound ਘਟਾਤਾ, ਸੋ ਜਿੱਦਾਂ ਵੀ ਆ ਕੁਛ ਕਰਕੇ ਉਹਦੀ ਹੈਲਥ ਸਹੀ ਕਰਤੀ, ਸਭ ਕੁਛ ਕਰਤਾ, ਫਿੱਟ ਹੋ ਗਿਆ। ਹੁਣ ਇਹ ਇੱਕ ਮਹਾਰਾਜ ਵੱਲੋਂ ਸੀ ਕਿ ਆਪਾਂ ਇੱਕ ਬਿਜ਼ਨਸ ਓਪਨ ਕਰਨਾ ਆ, ਉਹ ਬੰਦੇ ਨੇ ਸਾਡੇ ਨਾਲ ਜੁੜਨਾ ਆ, ਫਿਰ ਉਹਨੇ ਸਿੱਟ ਫਿੱਟ ਹੋਣਾ ਆ। ਹੁਣ ਅਸੀਂ ਇੱਕ ਇਨੀਸ਼ੀਏਸ਼ਨ ਹੀ ਨਾ ਕਰਦੇ, ਅਸੀਂ ਜੇ ਚਲਾਉਂਦੇ ਹੀ ਨਾ ਇਹ ਚੀਜ਼, ਅਸੀਂ ਮਿਹਨਤ ਹੀ ਨਾ ਪਾਉਂਦੇ ਜਾਂ ਗਿਵ ਅਪ ਕਰ ਜਾਂਦੇ ਜੋ ਸਾਨੂੰ ਦਿੱਕਤਾਂ ਆਈਆਂ, ਉਹ ਕਿੰਨੇ ਬੰਦੇ ਰਹਿ ਜਾਣੇ ਆ। ਸਹੀ ਗੱਲ ਆ, ਕਿੰਨੇ ਬੰਦਿਆਂ ਦੇ ਉਹ ਹੋਣੀ ਨਹੀਂ, ਉਹਨਾਂ ਨੇ ਉਹ ਜਗ੍ਹਾ ਤੱਕ ਨਹੀਂ ਪਹੁੰਚਣਾ, ਠੀਕ ਆ। ਸੋ ਇਹ ਚੀਜ਼ਾਂ ਜਿਹੜੀਆਂ ਨਾ ਜਦੋਂ ਆਪਾਂ ਓਪਨ ਕਰਦੇ ਹਾਂ, ਜਦੋਂ ਕੁਛ ਖੋਲਦੇ ਹਾਂ ਨਵੀਂ ਚੀਜ਼, ਜਿਵੇਂ ਤੁਸੀਂ ਪੋਡਕਾਸਟ ਖੋਲਿਆ ਆ, ਇਹ ਕੋਈ ਨਾ ਕੋਈ ਦਾ ਰੀਜ਼ਨ ਆ, ਇਹ ਸਭ ਕਰਾਉਣ ਵਾਲਾ ਉਹੀ ਆ, ਠੀਕ ਆ। ਸਾਡਾ ਜੇ ਦਿਲ ਸਾਫ਼ ਆ, ਸਭ ਕੁਛ ਗੁੱਡ ਆ, ਅਸੀਂ ਵਧੀਆ ਤਰੀਕੇ ਨਾਲ ਕਰ ਰਹੇ ਹਾਂ, ਅਸੀਂ ਮੈਸੇਜ ਦੇ ਰਹੇ ਹਾਂ ਲੋਕਾਂ ਨੂੰ, ਇੱਕ ਟਾਈਮ ਇੱਦਾਂ ਜ਼ਰੂਰ ਆਊਗਾ, ਹੌਲੀ ਆਊਗਾ, ਪਰ ਆਊਗਾ ਜਦੋਂ ਇਹ ਚੀਜ਼ ਚੱਲੂਗੀ। ਫਿਰ ਲੋਕੀ ਕਹਿਣਗੇ ਨਹੀਂ ਭਾਜੀ ਯੂ ਆਰ ਡੂਇੰਗ ਅਮੇਜ਼ਿੰਗ ਜੋਬ, ਕਿਉਂਕਿ ਪਹਿਲਾਂ ਤੁਹਾਨੂੰ ਲੋਕੀ ਨਹੀਂ ਕਰਦੇ, ਪਹਿਲਾਂ ਲੋਕੀ ਤੁਹਾਨੂੰ ਦੇਖਦੇ ਆ ਕਿ ਵਟ ਦੇ ਗੋਨਾ ਡੂ ਨਾ, ਹੈਨਾ। ਫਿਰ ਜਦੋਂ ਹੋਣ ਲੱਗ ਜਾਂਦਾ ਆ, ਫਿਰ ਇੱਕ ਟਾਈਮ ਬੰਦਾ ਕਹਿੰਦਾ ਨਹੀਂ, ਨਾਓ ਯੂ ਆਰ ਗੁੱਡ, ਹੁਣ ਤੁਸੀਂ ਸਹੀ ਹੋ। ਆਈ ਥਿੰਕ ਦੈਟਸ ਦ ਪ੍ਰੈਮਿਸ, ਜਿਵੇਂ ਆਪਣਾ ਕਹਿਣਾ ਚਾਹੁੰਦੇ ਆ ਵੀ ਇਹ ਪ੍ਰੈਮਿਸ ਆ, ਜਿੰਨੇ ਵੀ
ਭਰਾ ਆ, ਭੈਣਾਂ ਨੇ, ਕੋਈ ਵੀ ਆ, ਇੱਥੇ ਦੇ ਸਪੋਰਟ ਈਚ ਅਦਰ। ਹੁਣ ਵੀ ਜੀ ਦੇ ਵੀ ਇੱਥੇ ਬ੍ਰੈਂਪਟਨ ਤੁਸੀਂ ਕਿਹਾ ਸਾਗਾ ਚੋੜੀ ਖੋਲੀ ਆ, ਜਾਂ ਜਿੰਨੇ ਵੀ ਮੈਂ ਕਹਿੰਦਾ ਆਡੀਅੰਸ ਹੈਗੇ ਆ ਇੱਥੇ ਓਨਟੇਰੀਓ 'ਚ ਵੀ ਆਉਂਦੇ ਆ, ਜ਼ਰੂਰ ਜਾ ਕੇ ਦੇਖੋ ਜਿਮ ਕੀ ਆ, ਮਤਲਬ ਕੀ ਆ, ਵੀ ਕੀ ਬਣਾਇਆ ਵੀ ਜੀ ਨੇ, ਬਹੁਤ ਮਿਹਨਤ ਨਾਲ ਕੀਤੀ ਆ, ਕੋਈ ਨਿੱਕੀ ਗੱਲ ਨਹੀਂ ਗੀ ਕੋਈ। ਵੈਸੇ ਮੈਂ ਦਿਲੋਂ ਕਹਿੰਦਾ ਆ, ਮੈਂ ਬਹੁਤ ਚੀਜ਼ਾਂ ਦੇਖੀਆਂ ਨੇ, ਇਹ ਕੋਈ ਨਿੱਕੀ ਗੱਲ ਨਹੀਂ ਜਿਵੇਂ ਜੋ ਤੁਸੀਂ ਕੀਤੀਆਂ, ਜੋ ਵੀ ਤੁਹਾਡੇ ਕੀਤਾ ਵੀ ਜੀ ਤੁਹਾਡੇ ਤੁਹਾਨੂੰ ਫਲਾਵਰ ਮਿਲਣੇ ਵੀ ਚਾਹੀਦੇ ਆ, ਤੁਸੀਂ ਮੀਟਿੰਗ ਵੀ ਕਰਾਈ ਹੈ, ਕੱਲ੍ਹ ਤੁਹਾਡੇ ਕੰਪੀਟੀਸ਼ਨ ਸਪਤੰਬਰ 'ਚ ਵੀ ਅੱਗੇ ਆਉਣਗੇ, ਸੋ ਸਾਡੇ ਵੱਲ ਤਾਂ ਅਸੀਂ ਜ਼ਰੂਰ ਜਮਾਂਗੇ ਮਗਰ ਪੋਡਕਾਸਟ ਤੋਂ ਬਾਅਦ ਹੀ ਦੇਖ ਕੇ ਜਾਵਾਂਗੇ। ਸੋ ਸਾਡੇ ਵੱਲ ਵੀ ਸਾਨੂੰ ਗੌਰਵ ਆ ਵੀ ਸਾਡੇ ਬੰਦੇ ਉੱਤੇ ਖੜ੍ਹੇ ਆ, ਸਾਨੂੰ ਵੀ ਜੀ ਇਹ ਆ, ਸਾਨੂੰ ਹੋਰ ਕੁਛ ਨਹੀਂ ਗਾ, ਸਾਡੇ ਮਨ 'ਚ ਨਹੀਂ ਗਾ ਵੀ ਤੁਸੀਂ ਸਾਨੂੰ ਕੁਛ ਦਿਓ ਵੀ ਜੀ, ਸਾਨੂੰ ਕੁਛ ਨਹੀਂ ਚਾਹੀਦਾ, ਪਰਮਾਤਮਾ ਨੂੰ ਸਾਰਾ ਕੁਝ ਦੇਖਦਾ, ਉਹਨਾਂ ਨੂੰ ਪਤਾ ਹੀ ਅੱਗੇ ਕੀ ਹੋਣਾ। ਸੋ ਵਨ ਮੈਸੇਜ ਵੀ ਜੀ ਤੁਸੀਂ ਗੁਰਸੇਵਕ ਵੀਰ ਜੀ ਅਤੇ ਕੁਲਵਿੰਦਰ ਵੀਰ ਜੀ ਇੱਕ ਆਡੀਅੰਸ ਨੂੰ ਕੀ ਦੇਣਾ ਚਾਹੁੰਗੇ ਆਪਣੇ ਵੱਲੋਂ ਵੀ? ਸੋ ਦੋ ਚੀਜ਼ਾਂ ਜਿਹੜੀਆਂ ਮੇਨ ਹੈਗੀਆਂ ਨੇ, ਪਹਿਲੀ ਚੀਜ਼ ਇਹ ਹੈਗੀ ਆ ਕਿ ਕਦੇ ਵੀ ਤੁਸੀਂ ਆਪਣੀ ਸਕਿੱਲ ਨੂੰ ਛੋਟਾ ਨਾ ਸਮਝੋ, ਉਹਨੂੰ ਰਿਫਾਈਨ ਕਰੋ, ਠੀਕ ਹੈ। ਇਫ ਯੂਅਰ ਸਕਿੱਲ ਕੈਨ ਮੇਕ ਸੰਬੜੀਜ਼ ਲਾਈਫ ਬੈਟਰ, ਯੂ ਕੈਨ ਮੇਕ ਮਨੀ ਆਲਸੋ, ਐਂਡ ਯੂ ਸੰਬੜੀ ਵਿਲ ਆਲਵੇਜ਼ ਰਿਸਪੈਕਟ ਯੂ, ਠੀਕ ਹੈ। ਸਕਿੱਲ ਆਪਣੀ ਰਿਫਾਈਨ ਕਰੋ, ਉਹਦੇ 'ਤੇ ਕੰਮ ਕਰੋ, ਡਜ਼ਨਟ ਮੈਟਰ ਕਿੱਡੀ ਛੋਟੀ ਹੈ, ਕਿੱਡੀ ਵੱਡੀ ਹੈ। ਸੈਕਿੰਡ ਚੀਜ਼ ਆ, ਆਲਵੇਜ਼ ਹੈਲਪ ਮੰਗਣ ਤੋਂ ਕਦੀ ਝਿਜਕੋ ਨਾ, ਹਾਂਜੀ, ਠੀਕ ਹੈ। ਅਸੀਂ ਅੱਜ ਪਾਵਰ ਲਿਫਟਿੰਗ ਮੀਟ ਕਰਦੇ ਪਏ ਹਾਂ, ਅਸੀਂ ਅੱਜ ਸਾਨੂੰ ਜੱਜਿਸ ਜਾਣਦੇ ਆ, ਐਮ ਉੱਦਾਂ ਹੀ ਨਹੀਂ ਜਾਣਨ ਲੱਗ ਪਏ। ਮੈਂ ਕੋਚ ਹਾਇਰ ਕੀਤਾ, ਮੈਂ ਉਹਨੂੰ ਪੁੱਛਿਆ ਅਸੀਂ ਕਿੱਦਾਂ ਕਰ ਸਕਦੇ ਹਾਂ, ਠੀਕ ਹੈ। ਉਹ ਆਉਂਦਾ ਓਕੇ, ਤਿਆਰੀ ਤੇਰੀ ਮੈਂ ਕਰਾਉਂਦਾ, ਆਹ ਫੈਡਰੇਸ਼ਨ ਹੈਗੀ ਆ ਉੱਥੇ। ਅਸੀਂ ਗਏ ਪਹਿਲੀ ਫੈਡਰੇਸ਼ਨ 'ਤੇ, ਗਏ ਨਾਲ ਦੀ ਨਾਲ ਹੀ ਉੱਥੇ ਜੱਜ ਬੈਠੇ ਸੀ, ਉਹਨਾਂ ਨੂੰ ਪੁੱਛਿਆ ਕਿ ਜੇ ਫਿਊਚਰ ਦੇ ਵਿੱਚ ਅਸੀਂ ਮੀਟ ਕਰਾਉਣੀ ਹੋਵੇ ਤੁਸੀਂ ਸਾਡੀ ਕਿੱਦਾਂ ਹੈਲਪ ਕਰ ਸਕਦੇ ਹੋ? ਉਹਨੇ ਕਹਿੰਦੇ ਇੱਦਾਂ ਕਰਾਂਗੇ। ਅਗਲੀ ਮੀਟ 'ਤੇ ਗਏ, ਉਹਨਾਂ ਵੇਖਿਆ ਕਿ ਬੰਦੇ ਯਾਰ ਕਮਿਟਡ ਆ, ਠੀਕ ਹੈ। ਫਿਰ ਜਦੋਂ ਅਸੀਂ ਉਹਨਾਂ ਨੂੰ ਗੱਲ ਕੀਤੀ ਨਾ ਕਿ ਨਾ ਵੀ ਆਰ ਰੈਡੀ ਟੂ ਹੋਸਟ ਅ ਮੀਟ, ਦੇ ਦਿੰਦੇ ਲੈਟਸ ਗੋ ਜੀ। 6 ਮੰਥ ਬੈਕ ਐਂਡ ਫੋਰਥ ਹੋਏ ਸੀ, ਈਮੇਲਸ ਜੇ ਉਹ, ਫਿਰ ਜਾ ਕੇ ਮਿਲਦੀ ਹੈ ਮੀਟ, ਆ ਮੀਟ ਭਾਈ ਉਦਾਂ ਥੋੜੀ ਦਿੰਦੇ ਆ। ਅਗਲਿਆਂ ਨੇ ਕਮਿਟਮੈਂਟ ਦੇਖੀ ਕਿ ਇਹ ਬੰਦੇ ਆਪ ਵਰਕਆਊਟ ਕਰਦੇ ਆ, ਆਪ ਕੰਪੀਟ ਐਕਟਿਵਲੀ ਕੰਪੀਟ ਕਰਦੇ ਆ ਕਿ ਨਹੀਂ ਕਰਦੇ, ਕਿ ਜਸਟ ਇਹਨਾਂ ਨੇ ਸ਼ੋਸ਼ੇਬਾਜ਼ੀ ਨੂੰ ਮੀਟ ਕਰਾਉਣੀ ਆ, ਰਾਈਟ। ਉਹ ਤੋਂ ਪਹਿਲਾਂ ਵੀ ਉਹਨਾਂ ਨੇ ਸਾਡੇ ਤੋਂ ਸਾਰਾ ਜਿਹੜਾ ਕਿ ਪ੍ਰੋਪਰ ਚੈੱਕਲਿਸਟ ਭੇਜੀ, ਸਾਨੂੰ ਆਹ ਇਕਵਿਪਮੈਂਟ ਦੱਸੋ ਤੁਹਾਡੇ ਕੋਲ ਹੈਗਾ ਕਿ ਨਹੀਂ ਹੈਗਾ, ਇੱਕ ਜੇ ਆਹ ਇਕਵਿਪਮੈਂਟ ਨਹੀਂ ਹੈਗਾ ਤੁਹਾਡੇ ਕੋਲ ਕੀ ਹੈਗਾ, ਇਹਨੂੰ ਕਿੰਨੇ ਚਿਰ 'ਚ ਤੁਸੀਂ ਬਾਏ ਕਰੋਗੇ ਜਿੰਮ ਦੇ ਲਈ, ਰਾਈਟ। ਸੋ ਆਲਵੇਜ਼ ਆਸਕ ਫੋਰ ਹੈਲਪ, ਐਂਡ ਦੈਨ ਇਫ ਸੰਬਡੀ ਇਜ਼ ਹੈਲਪਿੰਗ ਯੂ, ਮੇਕ ਸ਼ੋਰ ਯੂ ਰਿਟਰਨ ਦਾ ਫੇਵਰ। ਲੋਕ ਜਿਵੇਂ ਮੀਟ ਕਰਾਉਂਦੇ ਨਾ, ਉਹਨੂੰ ਪੈਸੇ ਬਣਦੇ ਆ, ਜਿਹੜਾ ਮੀਟ ਕਰਾਉਂਦਾ, ਸਾਡੇ ਪੈਸੇ ਲੱਗੇ ਪੱਲੇ, ਉਹ ਸਾਡਾ ਪੁੱਠਾ ਆ, ਸਪੈਂਡ $15,000 ਔਰ ਦ ਮੀਟ, ਸਾਰਾ ਸਮਾਨ ਸੈਟ ਅਪ ਕਰਨ ਲਈ ਜ਼ਿਆਦਾ ਹੀ ਲੱਗ ਗਿਆ, ਹੁਣ ਜ਼ਿਆਦਾ ਹੋ ਗਿਆ, ਆਈ ਥਿੰਕ 17-18 ਹੋ ਗਿਆ ਹੁਣ। ਆਪਾਂ ਆਲ ਆਊਟ, ਇਹ ਮੈਨੂੰ ਗਾਲਾਂ ਕੱਢੇ, ਆ ਵੀ ਕਰ ਰਹੇ, ਮੈਂ ਕਿਹਾ ਆਉਣ ਦੇ, ਮੈਂ ਕਿਹਾ ਹੁਣ ਨਹੀਂ, ਮੈਂ ਹੁਣ ਨਹੀਂ, ਮੈਂ ਨੋ, ਹੁਣ ਹੁਣ ਬਸ ਇੱਦਾਂ ਦੀ ਮੀਟ ਕਰਾਉਣੀ ਆ ਨਾ, ਇਹ ਕਰੀਏ ਵੇਖ ਕੇ ਜ਼ਰੂਰ ਜਾਣਗੇ ਸੀ ਕਿ ਕਿੱਥੇ ਆ ਗਿਆ, ਇਹ ਕਰਨ ਕੀ ਦਏ ਆ, ਚਾਹ ਦਾ ਲੰਗਰ, ਸਮੋਸੇ ਵੀ ਆਉਣ ਦੇ, ਸਮੋਸੇ ਡੱਬੇ ਭਰ ਭਰ ਦਿੱਤੇ ਘਰੇ, ਜੋ ਪੂਰਾ ਪਰਿਵਾਰ ਖਾਓ ਬਹਿ ਕੇ, ਗੋਰਿਆਂ ਨੂੰ ਕੁਝ ਹੀ ਪਤਾ ਸਮੋਸਾ, ਇਹ ਇਹ ਹੋ ਗਿਆ। ਉਹ ਤੋਂ ਬਾਅਦ ਫਿਰ ਪਾਣੀ, ਫਿਰ ਐਥਲੀਟਸ ਨੂੰ ਸਾਰਾ ਪੁੱਛਣਾ ਜਾ ਕੇ ਕਿ ਐਨਰਜੀ ਡਰਿੰਕਸ ਫ੍ਰੀ 'ਚ ਦੇਣੀਆਂ, ਸਾਰਾ ਕੁਛ ਕੀਤਾ, ਪੂਰੀ ਮੀਟ ਜਿਹੜੀ ਔਰਗਨਾਈਜ਼ ਕਰਨੀ, ਫਿਰ ਸਾਡੇ ਸਪੋਂਸਰਾਂ ਨੇ ਬਹੁਤ ਹੈਲਪ ਕੀਤੀ ਸਾਡੀ, ਸੋ ਉਹ ਹੋਇਆ। ਸੋ ਮਤਲਬ ਇਹ ਇੱਕ ਦੇਖਣ ਵਾਲੀ ਚੀਜ਼ ਸੀ ਕਿ ਜਿੱਦਾਂ ਨਾ ਕਰ ਦਿੱਤਾ ਬਸ ਜੀ, ਸਤੰਬਰ ਅਸੀਂ ਵੀ ਕੋਸ਼ਿਸ਼ ਕਰਾਂਗੇ ਜ਼ਰੂਰ ਆਉਣ ਨੂੰ, ਅਸੀਂ ਦੇਖਾਂਗੇ, ਜ਼ਰੂਰ ਆਇਓ, ਮਿਸ ਹੋ ਗਿਆ ਸਾਡੀ ਸਾਰੀ। ਮੇਰੇ ਵੱਲੋਂ ਮੈਸੇਜ ਇਹੀ ਆ ਸਾਰਿਆਂ ਨੂੰ ਜਿਹੜੇ ਦੇਖ ਰਹੇ ਆਪਣੇ, ਸੋ ਕਨੈਕਸ਼ਨਸ ਮੇਨ ਚੀਜ਼, ਸਭ ਨਾਲ ਕਨੈਕਸ਼ਨਸ ਬਣਾਓ, ਸੇਵਿੰਗਸ ਮਾਇੰਡਸੈਟ ਪਹਿਲਾਂ ਕਲੀਅਰ ਰੱਖੋ, ਵਟ ਯੂ ਵਾਂਟ, ਕੀ ਕਰਨਾ ਕੀ ਹੈ ਤੁਸੀਂ, ਉਹਨੂੰ ਪਹਿਲਾਂ ਕਲੀਅਰ ਕਰੋ, ਪੇਪਰ 'ਤੇ ਲਿਖੋ, ਫਿਰ ਤੁਸੀਂ ਜਦੋਂ ਜਾਂਦੇ ਹੋ ਨਾ, ਕਨੈਕਸ਼ਨਸ ਦਾ ਮਤਲਬ ਇਹ ਨਹੀਂ ਹੈ ਕਿ ਫੇਕ, ਬੀ ਯੋਰ ਸੈਲਫ, ਬੀ ਰੀਅਲ,
ਠੀਕ ਆ, ਲੋਕਾਂ ਦਾ ਮਾੜਾ ਨਾ ਕਰੋ, ਉਹ ਲੋਕਾਂ ਦੀ ਵਾਈਬ, ਲੋਕ ਤੁਹਾਡੀ ਗੱਲਾਂ ਨਹੀਂ ਸੁਣਦੇ, ਵਾਈਬ ਦੇਖਦੇ ਆ। ਸੋ ਮੈਂ ਕਹਿੰਦਾ ਹੁੰਦਾ ਹਮੇਸ਼ਾ ਇਟਸ ਆਲ ਅਬਾਊਟ ਵਾਈਬਸ। ਜੇ ਮੈਨੂੰ ਕਿਸੇ ਦੀ ਵਾਈਬ ਨਹੀਂ ਵਧੀਆ ਲੱਗਦੀ ਨਾ, ਮੈਂ ਉੱਥੇ ਉੱਠ ਕੇ ਚੱਲ ਜਾਂਦਾ, ਚਲੇ ਜਾਂਦਾ, ਮੈਂ ਨਹੀਂ ਕਰਨਾ ਉਹਦਾ ਕੰਮ ਬਾਈ, ਸਿੱਧੀ ਜਿਹੜੀ ਗੱਲ ਫਾਇਦਾ ਨਹੀਂ। ਸੋ ਵਾਈਬ ਜਿਹੜੀ ਆ ਉਹ ਤਾਂ ਲੋਕ ਦੇਖਦੇ ਆ, ਫਿਰ ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋ, ਜਦੋਂ ਉਹ ਵੇਖਦੇ ਕਿ ਬੰਦੇ ਜੈਨੂਨ ਆ, ਇਹਦੇ ਨੋਰਮਲ ਬੰਦੇ ਆ, ਇਹਨਾਂ ਨੇ ਫਿਰ ਉਸ ਤੁਹਾਨੂੰ ਉੱਤੇ ਭਰੋਸਾ ਕਰਦੇ ਆ। ਫਿਰ ਤੁਸੀਂ ਲੋਕਾਂ ਨੂੰ ਮਿਲੋ ਜਿਹਨਾਂ ਨਾਲ ਤੁਸੀਂ ਕੰਮ ਕਰਨੇ ਆ, ਕੀ ਕਿੱਦਾਂ ਹੋ ਸਕਦਾ, ਕੀ ਨਹੀਂ ਹੋ ਸਕਦਾ, ਠੀਕ ਆ। ਫਿਰ ਤੁਹਾਡਾ ਹਾਰਡਵਰਕ ਆਉਂਦਾ, ਸਕਿੱਲ ਆਉਂਦਾ। ਸਕਿੱਲ ਨੂੰ ਆਪਣੇ ਨੂੰ ਇੰਨਾ ਸੈੱਟ ਕਰ ਲਓ, ਇਹ ਨਹੀਂ ਆ ਕਿ ਮੈਂ ਚਾਰ ਕੰਮ ਇਕੱਠੇ ਫੜੇ ਆ, ਇੱਕ ਕੰਮ ਫੜੋ, ਉਹਨੂੰ ਸਕਿੱਲ ਨੂੰ ਟੋਪ ਲੈਵਲ ਲੈ ਜਾਓ, ਅਤੇ ਫਿਰ ਉਸ ਚੀਜ਼ 'ਤੇ ਲੱਗ ਜਾਓ ਬਸ, ਕਿ ਬਈ ਮੇਰੇ ਤੋਂ ਉੱਪਰ ਕੋਈ ਹੈ ਨਹੀਂ, ਮੈਂ ਤਾਂ ਟੋਪ 'ਤੇ ਹਾਂ, ਠੀਕ ਆ। ਆਹ ਚੀਜ਼ ਆ, ਸੋ ਇਹ ਆਪਣੇ ਆਪਣੇ ਅੰਦਰ ਰੱਖਣੀ ਆ। ਸੋ ਸੈਲਫ ਕੌਨਫੀਡੈਂਸ ਹੋ ਗਿਆ, ਫਿਰ ਉਹਦੇ 'ਤੇ ਵਰਕ ਕਰੋ, ਅਤੇ ਗਿਵ ਅਪ ਨਹੀਂ ਕਰਨਾ। ਆਪਣੇ ਬੰਦਿਆਂ ਦੇ ਇੱਕ ਚੀਜ਼ ਬਹੁਤ ਮੈਂ ਵੇਖੀ ਆ, 3 ਮਹੀਨੇ ਹੋ ਗਏ ਕੰਮ ਨਹੀਂ ਚੱਲਣ ਦੇ, ਬੰਦ ਕਰ ਦਿੰਦੇ, 4 ਮਹੀਨੇ ਹੋ ਗਏ, 6 ਮਹੀਨੇ ਹੋ ਗਏ, ਸਾਲ ਹੋ ਗਿਆ, ਯਾਰ ਨਹੀਂ ਚੱਲਣ ਦਾ, ਰਹਿਣ ਦਿੰਦੇ। ਉਹਨੂੰ ਟਾਈਮ ਦਿਓ, ਇੱਕ ਟਾਈਮ 'ਤੇ ਇੱਦਾਂ ਆਉਣਾ ਕਿ ਸਟਾਕ ਮਾਰਕੀਟ ਵਾਂਗੂ ਤਾਂ ਜਾਣਾ ਕੰਮ, ਕਿਉਂਕਿ ਲੋਕੀ ਵੀ ਤੁਹਾਨੂੰ ਟੋਂਦੇ ਆ, ਉਹ ਵੇਖਦੇ ਆ ਕਿ ਬਾਈ ਇਹ ਕਿੰਨਾ ਕੁ ਕਰਦਾ, ਕਿੰਨਾ ਕੁ ਰਹਿੰਦਾ ਰਹਿੰਦਾ, ਕਿੰਨਾ ਕੁ ਦਿਨ ਰਹਿੰਦਾ, ਇਹ ਤਾਂ ਬੈਠੇ ਹੀ ਹੋਏ ਆ, ਜਾਣਾ ਹੀ ਪੈਣਾ। ਨਹੀਂ ਸਹੀ ਗੱਲ ਆ, ਲੋਕੀ ਤਮਾਸ਼ਾ ਦੇਖਦੇ ਆ। ਸੋ ਗਿਵ ਅਪ ਨਹੀਂ ਕਰਨਾ, ਸਕਿੱਲ ਬਣਾਓ ਇੱਕ, ਅਤੇ ਬਸ ਫਿਰ ਖਿੱਚ ਦਿਓ ਕੰਮ, ਬਸ ਸੇਵਿੰਗਸ ਰੱਖੋ ਆਪਣੀਆਂ। ਸੋ ਇੱਕ ਮੇਨ ਚੀਜ਼, ਆਲਵੇਜ਼ ਚੜ੍ਹਦੀ ਕਲਾ 'ਚ ਰਹੋ। ਚੜ੍ਹਦੀ ਕਲਾ ਜਿਹੜੀ ਹੈ ਨਾ, ਉਹ ਸਿਰਫ ਇੱਕ ਵਰਡ ਨਹੀਂ ਆ, ਇਟਸ ਅ ਹੋਲ ਫੰਕਸ਼ਨ ਥਿੰਗ, ਇਟਸ ਅ ਲਾਈਫ ਸਟਾਈਲ। ਇਹ ਹਰ ਚੀਜ਼ ਵਿੱਚ ਆਉਣੀ ਆ, ਹਰ ਚੀਜ਼, ਰਿਲੇਸ਼ਨਸ ਤੁਹਾਡੇ, ਠੀਕ ਆ, ਤੁਹਾਡੇ ਮਾਂ ਪਿਓ ਨਾਲ ਰਿਲੇਸ਼ਨ, ਤੁਹਾਡੇ ਆਪਣੇ ਹਸਬੈਂਡ ਵਾਈਫ ਰਿਲੇਸ਼ਨ ਹੋ ਗਿਆ, ਤੁਹਾਡੀ ਲਾਈਫ ਦੇ ਵਿੱਚ ਸਿਚੁਏਸ਼ਨਸ ਆ, ਕੰਮ ਨੂੰ ਲੈ ਕੇ, ਬਿਜ਼ਨਸ ਨੂੰ ਲੈ ਕੇ, ਚੜ੍ਹਦੀ ਕਲਾ। ਚੜ੍ਹਦੀ ਕਲਾ ਮੀਨਸ, ਚੜ੍ਹਦੀ ਕਲਾ ਦਾ ਮਤਲਬ ਇਹੀ ਆ ਪੰਜਾਬੀ ਦੇ ਵਿੱਚ, ਮੈਂ ਦੱਸਾਂ ਤਾਂ, ਨੋ ਮੈਟਰ ਹਾਓ ਡਾਊਨ ਯੂ ਆਰ, ਹਾਓ ਬੋਟਮ ਯੂ ਆਰ, ਈਵਨ ਤੁਸੀਂ ਖਤਮ ਹੋ ਗਏ, ਤੁਹਾਡੇ ਅਕਾਊਂਟ, ਤੁਹਾਡੇ ਜੇਬ 'ਚ $2 ਵੀ ਪਏ ਆ ਨਾ, ਤੁਸੀਂ ਫਿਰ ਵੀ ਕਹੋ ਕਿ ਨਹੀਂ ਆਮ ਗੁੱਡ, ਆਮ ਐਵੇਂ ਚੜ੍ਹਦੀ ਕਲਾ, ਮੈਂ ਕੁਛ ਨਾ ਕੁਛ ਕਰ ਲੂੰ, ਫਿਰ ਕੀ ਹੱਥ ਪੈਰ ਦਿੱਤੇ ਰੱਬ ਨੇ, ਇਹ ਕਰ ਲਾਂਗੇ ਕੁਛ। ਸਹੀ ਗੱਲ ਆ, ਹਾਲੇ ਵੀ ਸਾਡੇ ਮੈਂ ਕੀ ਦਿਖਾਉਣਾ ਵਾਲਟ ਦੇ ਵਿੱਚ, ਪੋਡਕਾਸਟ 'ਚ ਪਾਇਓ, ਪਾਉਂਗੇ ਜ਼ਰੂਰ। ਹਾਂ, ਸੋ ਜਿੰਮ ਅਸੀਂ ਔਨ ਕਰਦੇ ਹਾਂ, we got something that goes way back. I can't make the guy somebody be ji cause a reminder ਇਹ ਚੀਜ਼ਾਂ ਹੋਣੀ ਵੀ ਚਾਹੀਦੀਆਂ ਫਿਰ ਖਾਸ ਰਿਮਾਈਂਡਰਸ ਗੁਰਸੇਵਕ ਆਪਣਾ ਨਹੀਂ ਇਹ ਇੱਥੇ ਹੀ ਪਿਆ ਸੀ ਇਹ ਕੱਟ ਦਿਓ ਇੰਨਾ ਕੁ ਐਡਿਟ ਤਾਂ ਕਰਨਾ ਹੀ ਹੋਣਾ ਲਓ ਵੀ ਆ ਕੈਮਰਾ ਦਿਖਾਇਓ ਜੀ ਸੋ ਹਾਲੇ ਵੀ ਸਿਕਿਉਰਿਟੀ ਗਾਰਡ ਦਾ ਲਾਇਸੈਂਸ ਮੇਰੇ ਜੇਬ 'ਚ ਆ ਸੋ ਆਪਾਂ ਨਹੀਂ ਕੰਮ ਕਰਨ ਹਟਦੇ ਕੱਲ੍ਹ ਨੂੰ ਕੁਛ ਵੀ ਬਾਬੇ ਨੇ ਜੇ ਕੁਛ ਕਰਤਾ ਸਿਕਿਉਰਿਟੀ ਗਾਰਡ ਆਪਣੇ ਕੋਲ ਹੈਗੀ ਆ ਉਹ ਕਰ ਲਾਂਗੇ ਠੀਕ ਆ ਜਿੱਦਾਂ ਸਿੱਧੂ ਨਹੀਂ ਕਹਿੰਦਾ ਟਰੱਕ ਦਾ ਲਾਇਸੈਂਸ ਸਾਰਿਆਂ ਕੋਲ ਹੁੰਦਾ ਉਹਨੂੰ ਪੁੱਛਿਆ ਹੀ ਕਹਿਣੇ ਕਿ ਤੂੰ ਕੀ ਕਰੇਗਾ ਜੇ ਤੂੰ ਜੇ ਤੂੰ ਸਿੰਗਿੰਗ ਨਾ ਕਰਦਾ ਹੁੰਦਾ ਕਹਿੰਦਾ ਟਰੱਕ ਦਾ ਲਾਇਸੈਂਸ ਸਾਰਿਆਂ ਦਾ ਬਣਦਾ ਸੇਮ ਥਿੰਗ ਆ ਲਾਈਕ ਅਸੀਂ ਨਹੀਂ ਅਸੀਂ ਡਿੱਗਣ ਵਾਲੇ ਨਹੀਂ ਹੈਗੇ ਫਿਰ ਉੱਡ ਜਾਵਾਂਗੇ ਅਸੀਂ ਉਹਨੇ ਚੀੜਾ ਬੰਦਾ ਹੁੰਦਾ ਯਾਰ ਇਹ ਬੰਦਾ ਜਾਂਦਾ ਹੀ ਨਹੀਂ ਇਹ ਬੰਦਾ ਹਟਦਾ ਹੀ ਨਹੀਂ ਆਪਾਂ ਉਹ ਆ ਹੋਰ ਕਰਨ ਕੀ ਆ ਇਹ ਦੁਨੀਆਂ 'ਤੇ ਯਾਰ ਰੋਟੀ ਖਾਣ ਥੋੜ੍ਹੀ ਆਏ ਆ ਗਿਵ ਅਪ ਨਹੀਂ ਕਰਨਾ ਬਸ ਕਰਨ ਨੂੰ ਆਏ ਆ ਤੁਰੇ ਫਿਰੇ ਆ ਕੀੜੀ ਵੇ ਤੇ ਕੀੜੀ ਬਸ ਕੀੜੀ ਵੇ ਤੇ ਕੀੜੀ ਹਾਂਜੀ ਤੁਰੀ ਰਹਿੰਦੀ ਯਾ ਫੂਡ ਲਿਆ ਕੇ ਘਰ ਆ ਗਈ ਘਰ ਆ ਕੇ ਕੀੜੀ ਫੂਡ ਤੁਰੀ ਰਹਿੰਦੀ ਉਹ ਕਿਹੜਾ ਬਹਿ ਜਾਂਦੀ ਘਰੇ ਇਦਾਂ ਚਿੱਲ ਕਰਦੀ ਆ ਇਹਦੀ ਕੀੜੀਆਂ ਵੀ ਦੇਖੋਗੇ ਉਹ
ਕਿੰਨੀਆਂ ਇਕੱਠੀਆਂ ਕਿੰਨੇ ਕਿੰਨਾ ਭਾਰ ਚੱਕ ਲੈਂਦੇ ਆ ਜੀ ਦੇਖਿਆ ਵੀ ਯਾਰ ਉਹਨਾਂ ਦਾ ਗਰੁੱਪ ਟੀਮ ਵਰਕ ਹੁੰਦਾ ਕਿੰਨਾ ਹੁੰਦਾ ਯਾਰ ਰਾਈਟ ਤੇ ਉਹ ਚੀਜ਼ ਆ ਹੁਣ ਤੁਹਾਨੂੰ ਪਤਾ ਕੀੜੀਆਂ ਦਾ ਘਰ ਦੇਖਿਆ ਤੁਸੀਂ ਕਦੇ ਹਾਂਜੀ ਯਾਰ ਉਹ ਡਿਜ਼ਾਈਨ ਹੁੰਦਾ ਡਿਜ਼ਾਈਨ ਹੁੰਦਾ ਡਿਜ਼ਾਈਨ ਹੁੰਦਾ ਯਾਰ ਕਿਹੜੀ ਵੀ ਹੁੰਦੇ ਕਾਫੀ ਸੋ ਉਹ ਚੀਜ਼ ਆ ਤੁਸੀਂ ਟੀਮ ਵਰਕ ਇਜ਼ ਅ ਡ੍ਰੀਮ ਵਰਕ ਇਹ ਗੱਲ ਯਾਦ ਰੱਖਣੀ ਆ ਲੋਕਾਂ ਨਾਲ ਵਿਗਾੜੋ ਨਾ ਯਾਰ ਵਿਗਾੜੋ ਨਾ ਪਲੀਜ਼ ਤੁਸੀਂ ਲੋਕਾਂ ਨਾਲ ਹਮੇਸ਼ਾ ਜੁੜ ਕੇ ਚੱਲੋ ਕੋਈ ਵੀ ਬੰਦਾ ਤੁਸੀਂ ਤੁਹਾਡੇ ਤੋਂ ਉੱਪਰ ਆ ਨਾ ਉਹ ਤੋਂ ਸੜੋ ਨਾ ਉਹਦੇ ਉਹਨੂੰ 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 ਵੇਖੋ ਔਰ ਉਹਦੀ ਐਪਰੀਸ਼ੀਏਟ ਕਰੋ ਜਾ ਕੇ ਉਹਨੂੰ ਬਾਈ ਹਾਊ ਯੂ ਤੂੰ ਉੱਥੇ ਕਿੱਦਾਂ ਗਿਆ ਮੈਨੂੰ ਦੱਸ ਹਾਊ ਯੂ ਅਪਰੋਚ ਅਤੇ ਮੈਂ ਫਿਰ ਤੁਸੀਂ ਉਹੀ ਚੀਜ਼ਾਂ ਜਿਹੜੀਆਂ ਆ ਆਪਣੇ 'ਤੇ ਇੰਪਲੀਮੈਂਟ ਕਰੋ ਫਿਰ ਉਹਨੇ ਤੁਹਾਨੂੰ ਇੰਨੀਆਂ ਚੀਜ਼ਾਂ ਦੱਸ ਦੇਣੀਆਂ ਨਾ ਜਦੋਂ ਤੂੰ ਤੁਹਾਡਾ ਫਰੈਂਡ ਬਣ ਗਿਆ ਕਿ ਮੈਂ ਆਹ ਗਲਤੀਆਂ ਕੀਤੀਆਂ ਹੀ ਤੂੰ ਨਾ ਕਰੀ ਠੀਕ ਆ ਚੱਜ ਦੇ ਬੰਦਿਆਂ ਨਾਲ ਬੈਠੋ ਪਹਿਲਾਂ ਤੁਹਾਡੀ ਕੰਪਨੀ ਇੱਦਾਂ ਸਹੀ ਹੋਣੀ ਚਾਹੀਦੀ ਆ ਜੇ ਤੁਸੀਂ ਬੈਠੋਗੇ ਲਾਈਕ ਮਾਈਂਡਡ ਪੀਪਲ ਨਾਲ ਜਿਵੇਂ ਮੰਨ ਲਓ ਕਿ ਮੈਂ ਤੁਹਾਡੇ ਨਾਲ ਬੈਠਾ ਭਾਅ ਜੀ ਮੈਂ ਬਿਜ਼ਨਸ ਖੋਲ੍ਹਣਾ ਉਹ ਛੱਡ ਕੀ ਕਰਨਾ ਮੰਮਾ ਚੰਗੀ ਬੜੀ ਜੋਬ ਲੱਗੀ ਆ ਬੈਠਾ ਰਹਾ ਚੁੱਪ ਕਰਕੇ ਪੈਸੇ ਵੇਸਟ ਕਰ ਰਿਹਾ ਇਕਨੋਮੀ ਦੇ ਅੱਗੇ ਡਾਊਨ ਪਈ ਆ ਹੁਣ ਜਿਨ੍ਹਾਂ ਨੇ ਗਾਹ ਪਾਉਣਾ ਹੁਣ ਹੀ ਪਾਈ ਫਿਰਦੇ ਆ ਸਹੀ ਗੱਲ ਠੀਕ ਆ ਸੋ ਇਟਸ ਆਲ ਅਬਾਊਟ ਕਿ ਤੁਸੀਂ ਕੀ ਚਾਹੁੰਦੇ ਹੋ ਤੁਹਾਨੂੰ ਉਹਦੇ 'ਤੇ ਯਕੀਨ ਕਿੰਨਾ ਆ ਉਹ ਚੀਜ਼ ਕਰੋ ਇੱਦਾਂ ਦੇ ਲੋਕਾਂ ਨਾਲ ਬੈਠੋ ਭਾਅ ਜੀ ਬਿਜ਼ਨਸ ਓਪਨ ਕਰਨਾ ਕਿਹੜਾ ਕਰਨਾ ਜੀ ਆਹ ਚੀਜ਼ ਕੀ ਸੋਚ ਆ ਇਧਰੀ ਆਇਆ ਕਰਦੇ ਕੋਈ ਗੱਲ ਨਹੀਂ ਵਧੀਆ ਕਿੱਦਾਂ ਪਲੈਨ ਆਊਟ ਕਰੋ ਚੀਜ਼ਾਂ ਹੋ ਜਾਂਦੀਆਂ ਸੋ ਬੇਸਿਕਲੀ ਇਹੀ ਚੀਜ਼ ਆ ਮਾਇੰਡ ਸੈੱਟ ਰੱਖੋ ਪ੍ਰੋਪਰ ਠੀਕ ਆ ਕਨੈਕਸ਼ਨਸ ਬਣਾਓ ਆਪਣੇ ਸਕਿੱਲ ਨੂੰ ਜਿੰਨਾ ਜ਼ਿਆਦਾ ਵਧੀਆ ਕਰ ਸਕਦੇ ਸਕਿੱਲ ਨੂੰ ਵਧੀਆ ਕਰੋ ਠੀਕ ਆ ਉਹ ਤੋਂ ਬਾਅਦ ਵਧੀਆ ਲੋਕਾਂ ਤੋਂ ਸਲਾਹ ਲਓ ਕੰਪਨੀ ਵਧੀਆ ਰੱਖੋ ਅਤੇ ਬਸ ਖਿੱਚ ਦਿਓ ਕੰਮ ਸਾਰਿਆਂ ਦਾ ਹੋਣਾ ਇਸੇ ਚੀਜ਼ ਨੂੰ ਜਸਟ ਇੱਕ ਐਡ ਕਰਨਾ ਚਾਹੁੰਦਾ ਮੋਸਟਲੀ ਲੋਕਾਂ ਦੀ ਥਿੰਕਿੰਗ ਚੇਂਜ ਕੀ ਕਰਨ ਵਾਲੀ ਆ ਪਹਿਲੀ ਚੀਜ਼ ਆ ਲੋਕ ਸੋਚਦੇ ਆ ਕਿ ਆਹ ਬੰਦਾ ਆ ਮੈਂ ਇਹਦੇ ਤੋਂ ਕਿੱਦਾਂ ਪੈਸਾ ਬਣਾਉਣਾ ਇੰਜੇ ਤੋਂ ਪੈਸਾ ਮੈਂ ਕਿੱਦਾਂ ਖਿੱਚਾਂ ਜਦਕਿ ਤੁਹਾਡੀ ਹੋਣੀ ਚਾਹੀਦੀ ਆ ਓਕੇ ਤੁਸੀਂ ਦੇਖਿਆ ਕਿ ਯਾਰ ਇੱਕ ਆ ਬਿਜ਼ਨਸ ਆ ਅਤੇ ਮੇਰਾ ਬਿਜ਼ਨਸ ਰਲ ਕੇ ਪੈਸੇ ਬਣ ਸਕਦੇ ਆ ਇਹਦੇ ਤੋਂ ਪੈਸੇ ਬਣ ਸਕਦੇ ਆ ਉਹ ਬੰਦੇ ਨੂੰ ਅਪਰੋਚ ਕਰੋ ਭਾਅ ਜੀ ਮੇਰੀ ਸਿਸਟਮ ਆਹ ਹੈਗਾ ਆ ਤੁਹਾਡਾ ਸਿਸਟਮ ਆਹ ਹੈਗਾ ਆ ਆਪਾਂ ਕਿੱਦਾਂ ਕੋਲੈਬਰੇਟ ਕਰਕੇ ਹੋਰ ਪੈਸੇ ਬਣਾਈਏ ਉਹ ਫਿਰ ਉਹ ਪੂਰੀ 100% ਐਫਰਟ ਉਹ ਵੀ ਲਾਊਗਾ 100% ਤੁਸੀਂ ਲਾਓਗੇ ਤੁਹਾਡੇ ਐਕਸਪੋਨੈਂਸ਼ੀਅਲ ਗਰੋਥ ਹੋਊਗੀ ਜਦੋਂ ਤੁਸੀਂ ਇੱਕ ਵਾਰੀ ਜੇ ਤੁਸੀਂ ਕਿਸੇ ਨੂੰ ਜਿਵੇਂ ਹੁੰਦਾ ਨਾ ਲੀਚ ਆਊਟ ਕਰਨ ਦੀ ਕੋਸ਼ਿਸ਼ ਕਰਦੇ ਆ ਅਗਲੇ ਨੂੰ ਮਾੜਾ ਜਿਹਾ ਪਤਾ ਲੱਗ ਗਿਆ ਨਾ ਤੇ ਅਗਲੇ ਨੇ ਇਹੋ ਜਿਹਾ ਨੇਰ ਪਾਉਣਾ ਨਾ ਤੁਹਾਡਾ ਮੁੜ ਕੇ ਫਿਰ ਵੇਖੋਗੇ ਸੋ ਆਲਵੇਜ਼ ਲਾਈਕ ਇਫ ਯੂ ਵਾਂਟ ਟੂ ਕਲਾਈਮ ਦਾ ਸਟੇਅਰਸ ਯੂ ਹੈਵ ਟੂ ਆਸਕ ਫੋਰ ਹੈਲਪ ਤੇ ਕੋਲੈਬੋਰੇਸ਼ਨ ਜਿੱਦਾਂ ਕੋਲੈਬੋਰੇਟ ਕਰੋ ਅਗਲੇ ਨੂੰ ਪੁੱਛੋ ਵੀ ਆਪਾਂ ਰਲ ਕੇ ਕੀ ਕਰ ਸਕਦੇ ਹਾਂ ਬਹੁਤ ਕੁਛ ਕਰ ਸਕਦੇ ਹਾਂ ਨੋ ਦੈਟਸ ਹੋਲ ਪ੍ਰੈਮਿਸ ਜਿਵੇਂ ਸਰ ਪੋਡਕਾਸਟ ਵੀ ਅਸੀਂ ਕਰ ਰਹੇ ਹਾਂ ਹੋਲ ਪ੍ਰੈਮਿਸ ਇਹੀ ਆ ਸਾਡਾ ਮਕਸਦ ਕੀ ਆ ਇਹ ਚੀਜ਼ਾਂ ਰਲ ਕੇ ਕਰੋ ਕੋਈ ਕਿਤੇ ਪੈਸਾ ਨਾਲ ਨਹੀਂ ਲੈ ਕੇ ਜਾਣਾ ਕੋਈ ਚੀਜ਼ ਆਪਾਂ ਨਾਲ ਲੈ ਕੇ ਨਹੀਂ ਜਾ ਸਕਦੇ ਇੱਥੇ ਇਹ ਇੱਕ ਜ਼ਿੰਦਗੀ ਆ ਇਕੱਠੇ ਜੀਓ ਐਂਡ ਦੈਟਸ ਦਾ ਹੋਲ ਰਲ ਕੇ ਜ਼ਿਆਦਾ ਬਣਦਾ ਭਾਜੀ ਪੈਸਾ ਦੁਨੀਆ ਵੀ ਜੀ ਬਹੁਤ ਆ ਬਣਨ ਵਾਲੇ ਜਿਵੇਂ ਤੁਸੀਂ ਹੋ ਲੋਕਾਂ ਨਾਲ ਰਲ ਮਿਲ ਚਲੋ ਬਹੁਤ ਅੱਗੇ ਜਿੰਦਾ ਫਲ ਬਹੁਤ ਮਿਲਦਾ ਆ ਸੋ ਹੁੰਦਾ ਨਾ ਵੀ ਜੀ ਤੁਹਾਡਾ ਧੰਨਵਾਦ ਵੀ ਜੀ ਥੈਂਕ ਯੂ ਸੋ ਮਚ ਜੀ ਟੇਕਿੰਗ ਟਾਈਮ ਆਰ ਯੂ ਦੇ ਪਤਾ ਜੀ ਬਿਜ਼ੀ ਕਾਫੀ ਰਹਿੰਦੇ ਆ ਸੋ ਥੈਂਕ ਯੂ ਵੀ ਜੀ ਸੋ ਅੱਗੇ ਜੇ ਜ਼ਰੂਰ ਸਾਨੂੰ ਯੂ ਨੋ ਸਿੱਖਿਆ ਮਿਲੂਗੀ ਅੱਗੇ ਵੀ ਆਪਾਂ ਦੇਖਾਂਗੇ ਫੇਰ ਕਰਾਂਗੇ ਸੋ ਜ਼ਰੂਰ ਜ਼ਰੂਰ ਥੈਂਕ ਯੂ ਵੀ ਜੀ ਹੁੰਦਾ ਨੋ ਗਾਇਜ਼ ਥੈਂਕ ਯੂ ਸਾਨੂੰ ਧੰਨਵਾਦ ਜਿੱਥੋਂ ਵੀ ਦੇਖਦੇ ਆ ਸਬਸਕ੍ਰਾਈਬ ਕਮੈਂਟ ਜੋ ਵੀ ਸਾਨੂੰ ਲਾਈਕ ਐਵਰੀਥਿੰਗ ਜੋ ਵੀ ਸਾਨੂੰ ਲੱਗਦਾ ਵੀ ਅਸੀਂ ਕੀ ਕਰਨਾ ਚਾਹੁੰਦੇ ਕੀ ਗਲਤ ਕਰਦੇ ਕੀ ਸਹੀ ਕਰਦੇ ਸਾਨੂੰ ਦੱਸੋ ਉਹਦੇ ਨਾਲ ਅਸੀਂ ਵੱਧ ਸਕਦੇ ਅੱਗੇ ਐਂਡ ਹੁੰਦਾ ਨੋ ਥੈਂਕ ਯੂ ਪੀਸ ਸਤਿ ਸ਼੍ਰੀ ਅਕਾਲ